ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀ ਆਇਆਂ ਆਖਦੇ ਹਾਂ ਅਤੇ ਅੱਜ ਇੱਕ ਇਹੋ ਜਿਹਾ ਮਸਲਾ ਜਿਹੜਾ ਲੈ ਕੇ ਆਇਆ। ਵੈਸੇ ਤਾਂ ਰੋਜ਼ ਕੋਈ ਨਾ ਕੋਈ ਨਵਾਂ ਹੀ ਮਸਲਾ ਜਿਹੜਾ ਆਇਆ ਰਹਿੰਦਾ ਹੈ ਅਤੇ ਹੁਣ ਇਹ ਮਸਲਾ ਜਿਹੜਾ ਆ ਲੱਖਾ ਸਿਧਾਣਾ ਜਿਹਨੂੰ ਬਹੁਤ ਲੋਕ ਇਸ ਕਰਕੇ ਜਾਣਦੇ ਜੀ, ਇਹ ਬਹੁਤ ਪੰਜਾਬ ਦੇ ਵਿੱਚ ਕੰਮ ਕਰ ਰਿਹਾ, ਬੜਾ ਲੋਕਾਂ ਨੂੰ ਜਾਗਰਿਤ ਕਰ ਰਿਹਾ ਅਤੇ ਉਹਨਾਂ ਨੇ ਵੀ ਇੱਕ ਇਹੋ ਜਿਹਾ ਤਰਕ ਜਾਂ ਇਹ ਕਹਿ ਲਓ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਅੱਜ ਪੂਰਾ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਨੂੰ ਬੁਰਾ ਭਲਾ ਵੀ ਕਿਹਾ ਜਾ ਰਿਹਾ ਅਤੇ ਉਹਨਾਂ ਨੇ ਗੱਲਬਾਤ ਦਰਬਾਰ ਸਾਹਿਬ 'ਤੇ ਵੀ ਕੀਤੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਰੁਮਾਲੇ ਦੇਣ 'ਤੇ ਵੀ ਕੀਤੀ ਆ ਅਤੇ ਦੁੱਧ ਨਾਲ ਜਿਹੜਾ ਫਰਸ਼ ਧੋਤੇ ਜਾਂਦੇ ਆ ਉਹ ਵੀ ਕੀਤੀ ਆ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਬੀਬੀਆਂ ਨੂੰ ਦਰਬਾਰ ਸਾਹਿਬ ਕੀਰਤਨ ਕਿਉਂ ਨਹੀਂ, ਮੈਂ ਤਾਂ ਅੱਜ ਤੱਕ ਦੇਖਿਆ ਨਹੀਂ। ਮਤਲਬ ਕੋਈ ਗੱਲ ਰਹਿ ਨਹੀਂ ਗਈ ਜਿਹੜੀ ਅੱਗੇ ਮਤਲਬ ਜਿਹੜੇ ਲੋਕ ਪਹਿਲਾਂ ਪ੍ਰਚਾਰਕ ਸਿੱਖ ਧਰਮ 'ਤੇ ਹਮਲੇ ਕਰਦੇ ਉਦੋਂ ਵੀ ਦੋ ਕਦਮ ਅੱਗੇ ਜਾ ਕੇ ਉਹਨਾਂ ਨੇ ਗੱਲ ਕੀਤੀ ਆ। ਉਹਦੇ ਸੰਬੰਧ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਆ, ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਇਸੇ ਹੀ ਤਰ੍ਹਾਂ ਭਾਈ ਸੁਰਜੀਤ ਸਿੰਘ ਜੀ ਖੰਡੇਵਾਲਾ ਇਟਲੀ ਤੋਂ ਅਤੇ ਭਾਈ ਗੁਰਮੀਤ ਸਿੰਘ ਜੀ ਖਲਿਆਣ ਜਿਹੜੇ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਉਹ ਵੀ ਜਰਮਨੀ ਤੋਂ ਆ ਸਾਡੇ ਨਾਲ, ਅਤੇ ਇਸੇ ਤਰ੍ਹਾਂ ਇੰਗਲੈਂਡ ਤੋਂ ਭਾਈ ਲਵਛਿੰਦਰ ਸਿੰਘ ਜੀ ਜੋ ਦਲ ਖਾਲਸਾ ਦਲ ਉਹਦੇ ਮੁਖੀ ਹਨ ਇੱਥੋਂ ਦੇ ਇੰਗਲੈਂਡ ਦੇ। ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਜੀ ਤੁਹਾਡੇ ਵੱਲ ਚੱਲਦੇ ਹਾਂ ਕਿ ਇਹ ਲੱਖਾਂ ਸਿਧਾਣਾ ਨੇ ਜਿਹੜੀ ਅੱਜ ਗੱਲਬਾਤ ਕੀਤੀ ਆ ਸੋਸ਼ਲ ਮੀਡੀਆ ਰਾਹੀਂ, ਭਾਵੇਂ ਕਿ ਤੁਸੀਂ ਆਪਣੇ ਤੌਰ 'ਤੇ ਉਹਨਾਂ ਨਾਲ ਜਿਹੜਾ ਜਵਾਬ ਦਿੱਤਾ ਵੀ ਆ, ਪਰ ਸਾਡੇ ਦਰਸ਼ਕ ਚਾਹੁੰਦੇ ਆ ਕਿ ਇਹ ਜਿਹੜੀਆਂ ਗੱਲਾਂ ਇਹ ਜਿਹੜੇ ਉਹਨਾਂ ਨੇ ਅੱਜ ਮੁੱਦੇ ਉਠਾਏ ਆ, ਤੁਸੀਂ ਇਹਦੇ ਬਾਰੇ ਕੀ ਸੋਚਦੇ? ਭਾਈ ਰਘਵੀਰ ਸਿੰਘ ਜੀ, ਅੱਜ ਤੁਸੀਂ ਵਾਜੇ ਕੌਮ ਤੇ ਜਿਹੜਾ ਮਸਲਾ ਰੱਖਿਆ ਵਾ ਇਹ ਬਹੁਤ ਹੀ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ ਵਾ। ਹਾਂਜੀ, ਸਿੱਖ ਸੰਗਤਾਂ ਦੇ ਹਿਰਦੇ ਬਲੁੰਦਰੇ ਹੋਏ ਆ ਇਹ ਸ਼ਬਦਾਵਲੀ ਸੁਣ ਕੇ ਜੋ ਲੱਖੇ ਸਿਧਾਣੇ ਦੇ ਵੱਲੋਂ ਕਹੀ ਗਈ ਆ। ਠੀਕ ਹੈ, ਮੈਨੂੰ ਪੰਜਾਬ ਤੋਂ ਵੀ, ਅਮਰੀਕਾ ਤੋਂ ਵੀ, ਕੈਨੇਡਾ ਤੋਂ ਵੀ ਤੇ ਇੱਥੋਂ ਇੰਗਲੈਂਡ ਤੋਂ ਵੀ ਜਿਹੜੇ ਆ ਸਿੰਘਾਂ ਦੇ ਫੋਨ ਆਏ ਇਸ ਬਾਰੇ, ਬਹੁਤ ਮੈਸੇਜ ਵੀ ਆਏ ਕਿ ਲੱਖੇ ਸਿਧਾਣੇ ਨੇ ਜਿਹੜੀ ਸ਼ਬਦਾਵਲੀ ਵਰਤੀ ਆ ਉਹਦੇ ਨਾਲ ਸੰਗਤਾਂ ਦੇ ਹਿਰਦੇ ਬਲੁੰਦਰੇ ਹੋਏ ਆ। ਬਹੁਤ ਹੀ ਜਿਹੜੀ ਆ ਨਿੰਦਾਜਨਕ ਜਿਹੜੀ ਉਹਨੇ ਭਾਸ਼ਾ ਦੀ ਵਰਤੋਂ ਕੀਤੀ, ਉਹਦੀ ਮਾਨਸਿਕਤਾ ਜਿਹੜੀ ਆ ਨਾ ਉਹ ਸਾਹਮਣੇ ਹੁੰਦੀ ਆ। ਠੀਕ ਹੈ, ਕਈਆਂ ਵੀਰਾਂ ਨੇ ਤੇ ਇਹ ਵੀ ਕਮੈਂਟ ਦਿੱਤੇ ਆ ਕਿ ਉਹ ਕਹਿੰਦੇ ਅਸੀਂ ਸੋਚ ਰਹੇ ਸੀ ਵੀ ਹੈ ਤੇ ਗਾਂਦੇ ਆ, ਲਫ਼ਜ਼ ਵਰਤੇ ਜਿਹੜੇ ਹੈ ਤੇ ਗਾਂਦੇ ਆ, ਪਰ ਬਦਬੋ ਕਿਉਂ ਨੀ ਆ ਰਹੀ ਕਹਿੰਦੇ। ਅੱਛਾ ਜੀ, ਕਹਿੰਦੇ ਵੀ ਅੱਜ ਜਿਹੜੀ ਉਹ ਬਦਬੋ ਆ ਉਹ ਵੀ ਸਾਹਮਣੇ ਆ ਗਈ ਆ, ਕਹਿੰਦੇ ਜਿਹੜੀ ਅਸੀਂ ਅਸੀਂ ਕਈ ਚਿਰ ਤੋਂ ਉਡੀਕ ਰਹੇ ਸੀ ਵੀ ਗੰਦ ਚੋਂ ਬਦਬੋ ਕਿਉਂ ਨੀ ਨਿਕਲ ਰਹੀ। ਠੀਕ ਹੈ, ਤਾਂ ਉਹਨਾਂ ਵੀਰਾਂ ਨੇ ਇਹ ਸ਼ਬਦ ਵੀ ਵਰਤੇ ਆ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਬੜੇ ਸਤਿਕਾਰਯੋਗ ਸੱਜਣ ਨੇ ਅੱਜ ਪੈਨਲ ਦੇ ਉੱਤੇ ਇੰਗਲੈਂਡ ਦੇ ਵਿੱਚੋਂ ਹੀ ਭਾਈ ਲਵਛਿੰਦਰ ਸਿੰਘ ਡੱਲੇਵਾਲ ਜੋ ਯੂਨਾਈਟਿਡ ਖਾਲਸਾ ਦਲ ਦੇ ਆਗੂ ਨੇ, ਜਿਸ ਤਰ੍ਹਾਂ ਫੈਡਰੇਸ਼ਨ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਖਨਿਆਣ ਨੇ, ਔਰ ਇਟਲੀ ਤੋਂ ਜੋ ਦਮਦਮੀ ਟਕਸਾਲ ਦੇ ਪ੍ਰਸਿੱਧ ਕਥਾਵਾਚਕ ਨੇ ਭਾਈ ਸੁਰਜੀਤ ਸਿੰਘ ਖੰਡੇਵਾਲਾ, ਸਾਰੇ ਬੜੇ ਵਿਦਵਾਨ ਸੱਜਣ ਤੇ ਬੜੇ ਹੀ ਪੰਥਕ ਸੇਵਾਦਾਰ, ਮੈਂ ਕਹਿ ਸਕਦਾ ਆਪੋ ਆਪਣੇ ਖੇਤਰ ਚ ਸਾਰਿਆਂ ਦੀ ਬਹੁਤ ਵੱਡੀ ਸੇਵਾ। ਉਹ ਸਾਰੇ ਹੀ ਤਕਰੀਬਨ ਲੱਖੇ ਸਿਧਾਣੇ ਨੂੰ ਦੂਰ ਨੇੜੇ ਤੋਂ ਸਾਰੇ ਜਿੰਨਾ ਕਾ ਜਾਣਦੇ ਆ, ਚਾਹੇ ਕੋਈ ਵਾਇਆ ਮੀਡੀਆ ਹੀ। ਠੀਕ ਹੈ, ਤੇ ਬੜਾ ਸੋਹਣਾ ਇੱਕ ਲੋਕਾਂ ਦੇ ਵਿੱਚ ਲੱਖੇ ਸਿਧਾਣੇ ਦਾ ਮੈਸੇਜ ਇਹ ਜਾਂਦਾ ਸੀ ਜਦੋਂ ਉਸਨੇ ਪੰਜਾਬੀ ਮਾਂ ਬੋਲੀ ਦਾ ਜਿਹੜਾ ਮੁੱਦਾ ਚੁੱਕਿਆ ਸੀਗਾ ਤੇ ਜਿਹੜੇ ਸਾਡੇ ਪੰਜਾਬ ਦੇ ਰੋਡਾਂ ਦੇ ਉੱਪਰ ਇੰਗਲਿਸ਼ ਜਾਂ ਹਿੰਦੀ ਲਾਈ ਹੋਈ ਸੀ ਤੇ ਪੰਜਾਬੀ ਨੂੰ ਹੇਠਾਂ, ਤਾਂ ਉਹਨੇ ਕਾਫੀ ਸਾਰੇ ਬੋਰਡਾਂ ਦੇ ਉੱਤੇ ਕੋਚੇ ਮਾਰੇ ਸੀ ਕਾਲੇ ਤੇ ਕਿਹਾ ਸੀਗਾ ਕਿ ਪੰਜਾਬੀ ਮਾਂ ਬੋਲੀ ਨੂੰ ਉੱਪਰ ਕੀਤਾ ਜਾਵੇ। ਹਾਂਜੀ, ਅਸੀਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਸੀ ਇਸ ਗੱਲ ਦਾ ਕਿ ਵਾਕਈ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਤਾਂ ਉੱਪਰ ਹੋਣੀ ਚਾਹੀਦੀ ਆ। ਬਹੁਤ ਸਾਰੇ ਮਸਲਿਆਂ ਦੇ ਵਿੱਚ ਉਹਨੇ ਜਦੋਂ ਵੀ ਕਿਤੇ ਸਿੱਖ ਮਸਲਿਆਂ ਦੇ ਵਿੱਚ ਆਪਣਾ ਸਿੱਖ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੀ ਗੱਲ ਕੀਤੀ ਤੇ ਅਸੀਂ ਬੜਾ ਐਪਰੀਸ਼ੀਏਟ ਕੀਤਾ ਸੀ ਵੀ ਚਲੋ ਚਾਹੇ ਕੋਈ ਅੰਮ੍ਰਿਤਧਾਰੀ ਸਿੰਘ ਆ, ਚਾਹੇ ਕੋਈ ਸੂਰਤ ਆ ਤੇ ਚਾਹੇ ਕੋਈ ਕਲੀਨ ਸੇਵ ਆ, ਸਾਡੇ ਸਾਰੇ ਹੀ ਸਿੱਖ ਭਰਾ ਜਿਹੜੇ ਕੋਈ ਇਸ ਵਿੱਚ ਯੋਗਦਾਨ ਪਾਉਂਦੇ ਅਸੀਂ ਸਵਾਗਤ ਕਰਦੇ ਹਾਂ, ਹਨਾ। ਠੀਕ ਹੈ, ਪਰ ਜਿਸ ਤਰੀਕੇ ਨਾਲ ਲੱਖੇ ਸਿਧਾਣੇ ਦਾ ਕਿਰਦਾਰ ਪਿਛਲੇ ਸਮੇਂ ਸਾਹਮਣੇ ਆਇਆ, ਵੈਸੇ ਉਹਦਾ ਪਹਿਲਾਂ ਵੀ ਜਿਹੜਾ ਸੀਗਾ ਇਹ ਸਾਰੀਆਂ ਸੇਵਾ ਗੱਲਾਂ ਕਰਨ ਤੋਂ ਪਹਿਲਾਂ ਦਾ ਜਿਹੜਾ ਕਿਰਦਾਰ ਆ, ਹਾਂਜੀ, ਉਹ ਵੀ ਜਦੋਂ ਬਰਗਾੜੀ ਮੋਰਚੇ ਵਿੱਚ ਲੱਖਾ ਸਿਧਾਣਾ ਆਇਆ ਸੀ ਤੇ ਸਪੈਸ਼ਲ ਇਹਦੇ ਪਿੰਡ ਤੋਂ ਚੱਲ ਕੇ ਇਹਦੀ ਪੂਰੀ ਇਹਦੇ ਕੱਚੇ ਚਿੱਠਿਆਂ ਦੀ ਫਾਈਲ ਲੈ ਕੇ ਮੇਰੇ ਕੋਲੇ ਗੁਰਦੁਆਰਾ ਦਾਦੂ ਸਾਹਿਬ ਇਹਦੇ ਪਿੰਡ ਦੇ ਨੌਜਵਾਨ ਆਏ ਸੀ।
ਅੱਛਾ ਜੀ ਤੇ ਉਹਨਾਂ ਨੇ ਕਿਹਾ ਸੀ ਜਥੇਦਾਰ ਸਾਹਿਬ ਉਹਨਾਂ ਇਤਰਾਜ਼ ਕੀਤਾ ਸੀ ਵੀ ਤੁਸੀਂ ਉਹਨੂੰ ਬਰਗਾੜੀ ਮੋਰਚੇ ਦੀ ਸਟੇਜ ਤੇ ਟਾਈਮ ਕਿਉਂ ਦਿੱਤਾ ਜਿਹੜੀ ਕਿ ਇੱਕ ਜੂਨ ਨੂੰ ਮੈਂ ਟਾਈਮ ਦਿੱਤਾ ਸੀ ਜਿਸ ਦਿਨ ਇਹ ਮੋਰਚਾ ਆਰੰਭ ਹੁੰਦਾ ਠੀਕ ਹੈ ਕਿਉਂਕਿ ਸਟੇਜ ਦਾ ਸੰਚਾਲਨ ਮੈਂ ਕਰ ਰਿਹਾ ਸੀ ਔਰ ਮੈਂ ਦਿੱਤਾ ਵੀ ਜਿਹੜਾ ਸੀਗਾ ਉਹ ਇੱਕ ਸਿੱਖ ਜਥੇਬੰਦੀ ਦੇ ਆਗੂਆਂ ਦੇ ਕਹਿਣ ਤੇ ਸਮਾਂ ਦਿੱਤਾ ਸੀਗਾ ਇਸ ਨੂੰ ਠੀਕ ਹੈ ਤਾਂ ਬਹੁਤ ਸਾਰੇ ਲੋਕ ਉੱਥੇ ਰਹਿ ਵੀ ਜਾਂਦੇ ਸੀਗੇ ਜਿਹੜੇ ਕਿ ਬੁਲਾਉਣੇ ਚਾਹੀਦੇ ਸੀ ਪਰ ਉਹ ਬੁਲਾਏ ਨਹੀਂ ਸੀ ਜਾਂਦੇ ਤੇ ਇਹਨੂੰ ਇੱਕ ਜਥੇਬੰਦੀ ਨੇ ਟਾਈਮ ਦਵਾਇਆ ਸੀ ਅਸੀਂ ਟਾਈਮ ਦਿੱਤਾ ਸੀਗਾ ਠੀਕ ਹੈ ਬਾਅਦ ਵਿੱਚ ਕਈ ਵਾਰ ਮੋਰਚੇ ਦੇ ਵਿੱਚ ਆਪਣੇ ਸਾਥੀਆਂ ਨੂੰ 20-50 ਨੂੰ ਲੈ ਕੇ ਆਉਂਦਾ ਰਿਹਾ ਤਾਂ ਉਦੋਂ ਇਹਨੂੰ ਉੱਥੇ ਸਟੇਜ ਦੇ ਉੱਤੇ ਬੋਲਣ ਦਾ ਜਿਹੜਾ ਰੁਟੀਨ ਚ ਰੋਜ਼ਾਨਾ ਚੱਲਦਾ ਸੀ ਉਹਦੇ 'ਚ ਸਮਾਂ ਦਿੰਦੇ ਰਹੇ ਠੀਕ ਹੈ ਪਰ ਇਹਦੇ ਪਿੰਡ ਦੇ ਨੌਜਵਾਨਾਂ ਨੇ ਸਾਰਾ ਚਿੱਠਾ ਮੇਰੇ ਸਾਹਮਣੇ ਲਿਆਂਦਾ ਅੱਜ ਵੀ ਇਹਦੇ ਪਿੰਡ ਤੋਂ ਫੋਨ ਤੇ ਮੇਰੇ ਨਾਲ ਸੰਪਰਕ ਕਰਕੇ ਉਹਨਾਂ ਨੇ ਸਾਰਾ ਦੱਸਿਆ ਵੀ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਤੇ ਅੱਜ ਆ ਦੇਖ ਲਓ ਤੁਹਾਡੇ ਸਾਹਮਣੇ ਆ ਗਈ ਸਾਰੀ ਗੱਲ ਹਾਂਜੀ ਮੈਂ ਥੋੜੀ ਜੀ ਡਿਟੇਲ 'ਚ ਦੱਸੂਗਾ ਕਿਉਂਕਿ ਦੂਜੇ ਜਿੰਨੇ ਪੈਨਲ ਦੇ ਆਗੂ ਬੈਠੇ ਨੇ ਉਹ ਵਾਇਆ ਮੀਡੀਆ ਜ਼ਿਆਦਾ ਜਾਣਦੇ ਨੇ ਲੱਖੇ ਸੁਧਾਣੀ ਨੂੰ ਤੇ ਮੈਂ ਉਹਦੇ ਪਿੰਡ ਤੋਂ ਜ਼ਿਆਦਾ ਉਹਨੂੰ ਜਾਣਦਾ ਹਾਂਜੀ ਜ਼ਰੂਰ ਦੱਸਣਾ ਚਾਹੀਦਾ ਦੱਸੋ ਜੀ ਹਾਂ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਜੇ ਸਾਰੇ ਪੈਨਲ ਦੇ ਜਿੰਨੇ ਆਗੂ ਨੇ ਸਾਰਿਆਂ ਨੂੰ ਜੇ ਸ਼ਾਮਲ ਕਰਨਾ ਹਾਂਜੀ ਸ਼ਾਮਲ ਕਰ ਲਿਆ ਜਾਵੇ ਹਾਂਜੀ ਪਹਿਲਾਂ ਆਪਾਂ ਥੋੜਾ ਥੋੜਾ ਸਾਰਿਆਂ ਨੂੰ ਪੁੱਛ ਲੈਂਦੇ ਹਾਂ ਤੁਹਾਡੇ ਤੇ ਫਿਰ ਜਿੱਦਾਂ ਆ ਕੇ ਫੋਕਸ ਕਰਦੇ ਹਾਂ ਜੀ ਹਾਂ ਮੈਂ ਸਾਰੀ ਜਿਹੜੀ ਉਹਦੀ ਹਿਸਟਰੀ ਹੈ ਜਿਸ ਤਰ੍ਹਾਂ ਉਹ ਕਿਸ ਤਰ੍ਹਾਂ ਗੈਂਗਸਟਰ ਬਣੇ ਆ ਮੈਂ ਹਾਂ ਥੋੜੀ ਜੀ ਬਰੀਫ ਕਰ ਦਿੰਦਾ ਸਾਰੇ ਵੀਰਾਂ ਨੂੰ ਕਿ ਉਹ ਮਾਂ ਬਾਪ ਦਾ ਇਕਲੌਤਾ ਪੋਤਿਆ ਸਧਾਣਾ ਪਿੰਡ ਜਿਹੜਾ ਰਾਮਪੁਰਾ ਖੂਨ ਦੇ ਕੋਲੇ ਬਠਿੰਡੇ ਚ ਆ ਠੀਕ ਹੈ ਜੀ ਤੇ ਮਾਂ ਬਾਪ ਦਾ ਇਕਲੌਤਾ ਪੋਤਾ ਜਦੋਂ ਇਹ ਸਕੂਲੇ ਪੜ੍ਹਦਾ ਸੀਗਾ ਪੜ੍ਹਦਿਆਂ ਕਿਸੇ ਪਿੰਡ ਦੀ ਬਰਾਤ ਦੇ ਵਿੱਚ ਗਿਆ ਸੀਗਾ ਨੇੜੇ ਰਾਮਪੁਰੇ ਫੂਲ ਦੇ ਨੇੜੇ ਤੇ ਉੱਥੇ ਸਟੇਜ ਦੇ ਉੱਤੇ ਚੜ ਕੇ ਜਿੱਥੇ ਜਿਵੇਂ ਗਾਉਣ ਵਾਲੇ ਹੁੰਦੇ ਆ ਨੱਚਣ ਵਾਲੇ ਡਾਂਸਰਾਂ ਡਾਂਸ ਕਰਦੀਆਂ ਉੱਥੇ ਇਹਨੇ ਇਹਨਾਂ ਨੇ ਖਰੂਦ ਕੀਤਾ ਸੀ ਇਹਨੇ ਆਪਦੇ ਸਾਥੀਆਂ ਸਮੇਤ ਲੱਖੇ ਸਧਾਣੇ ਨੇ ਤੇ ਉਹਨਾਂ ਨੇ ਇਹਨੂੰ ਕੁੱਟਿਆ ਸੀਗਾ ਅੱਛਾ ਜੀ ਕੁੱਟਣ ਤੋਂ ਬਾਅਦ ਇਹਨੇ ਆਪਣੇ ਸਾਥੀ ਕੁਝ ਲੈ ਕੇ ਤੇ ਉਹ ਜਿਹੜੇ ਬੰਦੇ ਸੀ ਉਹਨਾਂ ਦੀ ਇੱਕ ਦੀਆਂ ਲੱਤਾਂ ਤੜਵਾ ਦਿੱਤੀਆਂ ਸੀ ਤੇ ਉਹ ਮੁਕਦਮਾ ਇਹਦੇ ਤੇ ਪਿਆ ਸੀਗਾ ਠੀਕ ਹੈ ਜਦੋਂ ਮੁਕਦਮਾ ਪਿਆ ਸੀਗਾ ਤੇ ਇਹਨੇ ਫਿਰ ਜਿਹੜਾ ਸੀ ਆਸੇ ਪਾਸੇ ਭੱਜਣਾ ਸ਼ੁਰੂ ਕੀਤਾ ਵੀ ਕਿਤੇ ਆਸੇ ਪਾਸੇ ਦੌੜਿਆ ਬਚਾਅ ਵਾਸਤੇ ਤਾਂ ਉਸ ਵੇਲੇ ਇਹਦੇ ਪਿੰਡ ਦਾ ਇੱਕ ਮੁੰਡਾ ਅਮਨਾ ਸਧਾਣਾ ਜਿਹੜਾ ਬਾਅਦ ਵਿੱਚ ਇਹਨੇ ਮਰਵਾ ਦਿੱਤਾ ਸੀ ਉਹ ਇਹਦੇ ਤੇ ਇਲਜ਼ਾਮ ਲੱਗਦਾ ਇਹਦਾ ਸਾਥੀ ਜਿਹੜਾ ਸੀ ਉਹਦੇ ਬਾਪ ਨੇ ਇਹਨੂੰ ਸਿਕੰਦਰ ਸਿੰਘ ਮਲੂਕਾ ਜਿਹੜਾ ਅਕਾਲੀ ਮੰਤਰੀ ਸੀ ਸਾਬਕਾ ਮੰਤਰੀ ਉਹਦੇ ਕੋਲੇ ਲੈ ਗਿਆ ਸੀਗਾ ਅੱਛਾ ਜੀ ਉਹਨੇ ਕਿਹਾ ਸੀਗਾ ਵੀ ਤੁਹਾਨੂੰ ਇਹਦੇ ਲਈ ਮੰਤਰੀ ਲਈ ਕੰਮ ਕਰਨਾ ਪਊਗਾ ਜਿਵੇਂ ਬੂਥ ਕੈਪਚਰ ਕਰਨੇ ਮਾੜੇ ਚੰਗੇ ਕੰਮ ਜਿਹੜੇ ਅਕਾਲੀ ਲੀਡਰ ਕਰਾਉਂਦੇ ਆ ਜਾਂ ਕਾਂਗਰਸੀ ਲੀਡਰ ਕਰਾਉਂਦੇ ਆ ਜਿਹੜੇ ਰਾਜਨੀਤਿਕ ਲੋਕ ਆ ਠੀਕ ਹੈ ਇਸ ਤਰ੍ਹਾਂ ਲੱਖੇ ਸਧਾਣੇ ਨੇ ਜਿਹੜਾ ਕੰਮ ਸੀ ਫਿਰ ਸ਼ੁਰੂ ਕਰ ਦਿੱਤਾ ਜਦੋਂ ਅਕਾਲੀ ਮੰਤਰੀ ਦਾ ਥਾਪੜਾ ਸਿਰ ਤੇ ਆ ਗਿਆ ਤੇ ਮੁੜ ਕੇ ਇਹਨੇ ਪਿਛਾਂਹ ਭੌਂ ਕੇ ਨਹੀਂ ਦੇਖਿਆ ਇੱਕ ਕਾਲੇ ਰੰਗ ਦੀ ਬਲੈਰੋ ਜੀਪ ਜਿਹੜੀ ਸੀ ਇਹਨਾਂ ਦੀ ਮਸ਼ਹੂਰ ਹੋਈ ਸੀ ਉਹਦੀਆਂ ਬਕਾਇਦਾ ਇਹ ਸਟੋਰੀਆਂ ਵੀ ਅਖਬਾਰਾਂ 'ਚ ਲੱਗੀਆਂ ਤੇ ਇਹ ਬੰਦਾ ਜਿਹੜਾ ਕਿ ਆਪਣੇ ਸਾਥੀਆਂ ਨੂੰ ਲੈ ਕੇ ਸਰੇਆਮ ਹਥਿਆਰ ਲੈ ਕੇ ਥਾਣਿਆਂ 'ਚ ਵੀ ਜਾਂਦੇ ਰਹੇ ਪੁਲਿਸ ਇਹਨਾਂ ਨੂੰ ਕੁਛ ਨਹੀਂ ਸੀ ਕਹਿੰਦੀ ਕਿਉਂਕਿ ਮੰਤਰੀਆਂ ਦਾ ਹੱਥ ਸੀ ਸਿਰ ਦੇ ਉੱਤੇ ਠੀਕ ਹੈ ਇਹਦੇ ਪਿੰਡ ਦਾ ਇੱਕ ਨੰਬਰਦਾਰ ਮੁੰਡਾ ਸੀਗਾ ਉਹ ਦੁਬਈ ਤੋਂ ਵਾਪਸ ਆਇਆ ਸੀ ਉਹਨਾਂ ਦਿਨਾਂ 'ਚ 4-5 ਲੱਖ ਰੁਪਇਆ ਲੈ ਕੇ ਆਇਆ ਸੀ ਉਹ ਇਹਨੇ ਉਹਦਾ ਜਿਹੜਾ ਸੀਗਾ ਨਾਲ ਰਲ ਕੇ ਉਹਦਾ ਖਰਚਾਇਆ ਜਦੋਂ ਉਹਨੂੰ ਵਿਹਲਾ ਕਰਤਾ ਉਹਦੇ ਨਾਲ ਲੱਗ ਕੇ ਮੁੜ ਕੇ ਉਹਦੇ ਨਾਲ ਰੌਲਾ ਹੋ ਗਿਆ ਉਹ ਜੇਲ੍ਹ ਵਿੱਚ ਚਲਿਆ ਗਿਆ ਤੇ ਉਹਨੂੰ ਜੇਲ੍ਹ ਦੇ ਵਿੱਚ ਹੀ ਮਾਨਸੇ ਜੇਲ੍ਹ ਦੇ ਵਿੱਚ ਹੀ ਉਹਦੀਆਂ ਜਿਹੜੀਆਂ ਲੱਤਾਂ ਤੜਵਾ ਦਿੱਤੀਆਂ ਤੇ ਉਹ ਜਿਹੜਾ ਨੰਬਰਦਾਰ ਮੁੰਡਾ ਸੀ ਉਹ ਵੀ ਮਰਵਾ ਦਿੱਤਾ ਅੱਛਾ ਤੀਸਰਾ ਮੁੰਡਾ ਇੱਕ ਜਿਹੜਾ ਮਹਿਰਾਜ ਪਿੰਡ ਦਾ ਸੀਗਾ ਠੀਕ ਹੈ ਮਹਿਰਾਜ ਪਿੰਡ ਦਾ ਮੁੰਡਾ ਸੀ ਉਹ ਵੀ ਇਹਨਾਂ ਨੇ ਇਹਨੇ ਜਿਹੜਾ ਸੀਗਾ ਮਰਵਾਇਆ ਇਹਨੇ ਆਪਣੇ ਸਾਥੀਆਂ ਨੂੰ ਵੀ ਇਸ ਤਰੀਕੇ ਦੇ ਨਾਲ ਆਪ ਇਹਨੇ ਸਿੱਧੇ ਤੌਰ ਤੇ ਨਹੀਂ ਆਪਣੇ ਸਾਥੀਆਂ ਦੇ ਕੋਲੋਂ ਹੀ ਮਰਵਾਇਆ ਅੱਛਾ ਜੀ ਉਹ ਵੀ ਕੇਸ ਇਹਦੇ ਤੇ ਪਿਆ ਤੇ ਉਸ ਕੇਸ ਦੇ ਵਿੱਚ ਇਹਨੇ 45 ਲੱਖ ਰੁਪਇਆ ਉਹਨਾਂ ਦੇ ਅਨੁਸਾਰ 45 ਲੱਖ ਰੁਪਇਆ ਦੇ ਕੇ ਉਸ ਪਰਿਵਾਰ ਨਾਲ ਸਮਝੌਤਾ ਕੀਤਾ ਆਪਣੇ ਆਪ ਨੂੰ ਕਿਉਂਕਿ ਉਹ ਕਤਲ ਦੇ ਕੇਸ ਵਿੱਚ ਆਉਂਦਾ ਸੀਗਾ ਠੀਕ ਹੈ ਪਹਿਲਾਂ ਅਕਾਲੀ ਮੰਤਰੀ ਦਾ ਇਹਦੇ ਤੇ ਸਿਰ ਤੇ ਹੱਥ ਰਿਹਾ ਤੇ ਫਿਰ ਇਹ ਦੂਸਰਾ ਜਿਹੜਾ ਸੀਗਾ ਉਧਰ ਚਲੇ ਗਿਆ ਮਨਪ੍ਰੀਤ ਬਾਦਲ ਨਾਲ ਉਹਦੀ ਜਿਹੜੀ ਪਤੰਗ ਪਾਰਟੀ ਬਣੀ ਸੀਗੀ ਪੀਪਲ ਪਾਰਟੀ ਪੰਜਾਬ ਪੀਪਲ ਪਾਰਟੀ ਉਦੋਂ ਇਹਨਾਂ ਨੇ 1.5-2 ਕਰੋੜ ਰੁਪਇਆ ਇੱਦਾਂ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਸਮਝੌਤਿਆਂ ਦੇ ਵਿੱਚੋਂ ਪੈਸੇ ਲੈਣੇ ਤੇ ਇੱਦਾਂ ਕਰਕੇ ਇਹਨਾਂ ਨੇ 2 ਕਰੋੜ ਰੁਪਇਆ ਜਿਹੜਾ ਇਕੱਠਾ ਕੀਤਾ ਸੀ ਇਹਨੇ ਤੇ ਅਮਨੇ ਨੇ ਅਮਨਾ ਜਿਹੜਾ ਸਧਾਣਾ ਸੀਗਾ ਠੀਕ ਹੈ ਫਿਰ ਇਹਨੇ ਅਮਨੇ ਨੂੰ ਜਿਹੜਾ ਸੀਗਾ ਜਿਹੜਾ ਇਸ ਤਰੀਕੇ ਦੇ ਨਾਲ ਉਹਦਾ ਅੱਜ ਤੱਕ ਮਤਲਬ ਸਾਹਮਣੇ ਨਹੀਂ ਆਉਣ ਦਿੱਤਾ ਵੀ ਉਹਨੂੰ ਕਿਸ ਤਰੀਕੇ ਨੇ ਨਾਲ ਅਮਨੇ ਨੂੰ ਮਰਵਾਇਆ ਤੇ ਜਿਹੜਾ ਸਾਰਾ ਪੈਸਾ ਸੀ ਆਪ ਸਾਂਭ ਲਿਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਬੰਦੇ ਦਾ ਇਸ ਤਰ੍ਹਾਂ ਦਾ ਗੈਂਗਸਟਰ ਜਿਹੜਾ ਬੈਕਗਰਾਉਂਡ ਆ ਹੋਰ ਵੀ ਬੜੇ ਮਾੜੇ ਚੰਗੇ ਕੰਮ ਕੀਤੇ ਜਿਹਨਾਂ ਦਾ ਮੈਂ ਜ਼ਿਕਰ ਇੱਦਾਂ ਨਹੀਂ ਕਰ ਸਕਦਾ ਮੀਡੀਆ ਤੇ ਤਾਂ ਇਸ ਬੰਦੇ ਨੇ ਜਿਹੜਾ ਸੀਗਾ ਹੁਣ ਤੁਸੀਂ ਦੇਖੋ 12 ਕਿੱਲੇ ਘਰ ਦੀ ਜ਼ਮੀਨ ਹੈ
हाँ पर बेनामी प्रॉपर्टी बड़ी बनाई है इसने, अच्छा जिहड़े गैंगस्टर दे कम्मां तों मार धाड़ दे विचों कब्जियां तों बूथ कैप्चर करने, लोकां नूं कुटणा मारना डराउणा समझौतियां च पैसे लैणे जमीनां दे कब्जे करने, ठीक है। हुण इह बंदा जिहड़ा इक फार्चूनर गड्डी हाँ जी जिहड़ी के तकरीबन 25-30 लाख रुपए की गड्डी है ना, हाँ जी हाँ जी तुहानूं पता वी जिहड़ा 12 किले जमीन वाला बंदा पंजाब च, उहनूं तां रोटी मसीं जुड़दी है। हाँ जी इस बंदे कोले फार्चूनर गड्डी हुंदी, 6-7 बंदे असले वाले दे नाल हुंदे, कोई ना इहदे चाचे तायां दे पोतियां ते कुछ जिहड़े आ तनखाहदार बंदे ने नाल रखे आ। मतलब इहदे दसण दे लोकां अनुसार कि 1.5-2 करोड़ दी कोठी इहने पाई आ, अच्छा जी ये सारी मार धाड़ ते। हुण इस तरह दे बंदे करके कहिंदे हुंदे आ उह जिहड़ा है जवानी वेले लुट्टे बाणी वाली गल, उह जिदां दा मुहावरा जिहा चलदा वी हुण रब दी भगत नहीं, इहने अपने उह गैंगस्टरां वाले जिहड़े कम्म सी उह छुपाउण वास्ते इधर पंथक प्लेटफार्म यूज़ करन दी कोशिश कीती सी इहने। पर ठीक अज इहदा सच जिहड़ा उह सामने आ गया कि इहने श्री दरबार साहिब दी पवित्र मर्यादा दे उत्ते शंका कीती है। हाँ ਤੇ जी ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਸਾਹਿਬ ਹੀ ਸਿੱਧਾ ਲਫ਼ਜ਼ ਇਹਨੇ ਵਰਤਿਆ ਵਾ, ਔਰ ਹਾਂ ਜਿਸ ਜੀ ਤਰ੍ਹਾਂ ਦੀ ਮਾਨਸਿਕਤਾ ਅੱਜ ਸਾਹਮਣੇ ਆਈ ਆ, ਮੈਂ ਸਮਝਦਾ ਵੀ ਉਹ ਜਿਹੜੇ ਵੀਰ ਨੇ ਕਮੈਂਟ ਕੀਤਾ ਨਾ ਉਹ 101% ਢੁਕਦਾ, ਵੀ ਕਹਿੰਦਾ ਅਸੀਂ ਹੈਰਾਨ ਸੀ ਵੀ ਹੈ ਤੇ ਗਾਉਂਦੇ ਆ ਪਰ ਬਦਬੋ ਕਿਉਂ ਨਹੀਂ ਆ ਰਹੀ, ਠੀਕ ਤੇ ਹੈ ਅੱਜ ਉਹ ਇਹਦੀ ਜਿਹੜੀ ਆ ਸਾਹਮਣੇ ਆ ਗਈ ਆ। ਤੇ ਇਹ ਸਾਰਾ ਕੁਛ ਹੁਣ ਕੀ ਲੱਖੇ ਸਿਧਾਣੇ ਵਰਗੇ ਬੰਦਿਆਂ ਤੋਂ ਪੁੱਛਣਾ ਪਊਗਾ ਵੀ ਦਰਬਾਰ ਸਾਹਿਬ ਦੀ ਮਰਿਆਦਾ ਕੀ, ਇਹਦਾ ਤਾਂ ਸਰਟੀਫਿਕੇਟ ਲੈਣੇ ਪੈਣਗੇ। ਮੈਂ ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਸਿਫਾਰਿਸ਼ ਕਰੂੰਗਾ ਕਿ ਲੱਖੇ ਸਿਧਾਣੇ ਨੂੰ ਸਕਾਲਰ ਭਰਤੀ ਕਰ ਲੈਣਾ ਚਾਹੀਦਾ, ਇਹ ਮਰਿਆਦਾ ਦਾ ਪਾਠ ਪੜਾਇਆ ਕਰੂੰਗਾ। ਇਹ ਤਾਂ ਅਸੀਂ ਅੱਜ ਦਾ ਸਵਾਲ ਵੀ ਇਹ ਆ ਕਿ ਸਿੱਖ ਹੋਣ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਲਈ ਪਹਿਲਾਂ ਲੱਖੇ ਸਿਧਾਣੇ ਤੋਂ ਸਰਟੀਫਿਕੇਟ ਲੈਣਗੇ। ਹਾਂਜੀ ਆਪਣੇ ਭਾਈ ਸਰਜੀਤ ਸਿੰਘ ਜੀ ਖੰਡੇਵਾਲਾ ਜੀ ਤੁਸੀਂ ਲਾਈਨ ਤੇ ਹੋ ਜੀ? ਹਾਂਜੀ ਹਾਂਜੀ ਤੁਸੀਂ ਕੀ ਸੋਚਦੇ ਆ ਲੱਖੇ ਸਿਧਾਣੇ ਬਾਰੇ ਜੋ ਇਹਨਾਂ ਨੇ, ਕਿਉਂਕਿ ਜਿਹੜਾ ਵੀ ਜੇ ਕੋਈ ਗਾਇਕ ਉੱਠਦਾ ਉਹ ਤਾਂ ਮਤਲਬ ਸਾਨੂੰ ਮੱਤਾਂ ਦੇਣ ਡਿਆ, ਕੋਈ ਪ੍ਰਚਾਰਕ ਆਉਂਦਾ ਤਾਂ, ਤੇ ਹੁਣ ਲੱਖੇ ਸਿਧਾਣੇ ਨੂੰ ਲੋਕੀ ਬੜਾ ਕਰਦੇ ਸੀ ਜੀ, ਜਿੱਦਾਂ ਜਥੇਦਾਰ ਸਾਹਿਬ ਵੀ ਦੱਸ ਕੇ ਗਿਆ ਵੀ ਪੰਜਾਬ ਦੀਆਂ ਮਤਲਬ ਪੰਜਾਬੀ ਬੋਲੀ ਲਈ ਬੜਾ ਕੰਮ ਕੀਤਾ। ਸਾਨੂੰ ਇੱਥੇ ਫੋਨ ਬੜੇ ਆਉਂਦੇ ਜਦੋਂ ਪਿਛਲੇ ਸਾਲਾਂ ਦੇ ਵਿੱਚ ਉਸ ਵੇਲੇ ਉਹਨਾਂ ਨੇ ਜਥੇਦਾਰ ਸਾਹਿਬ ਤੇ ਵੀ ਮਤਲਬ ਉਹ ਆਪਾਂ ਸਵਾਲ ਇਹਨਾਂ ਨੂੰ ਪੁੱਛਾਂਗੇ, ਬਰਗਾੜੀ ਮੋਰਚੇ ਵੇਲੇ ਵੀ ਕਾਫੀ ਖਲਾਰਾ ਜਿਹਾ ਪਾਇਆ ਤੇ ਇਹ ਹੁਣ ਤਾਂ ਉਹਨਾਂ ਹੱਦ ਹੀ ਕਰਤੀ, ਮਤਲਬ ਸਿੱਖਾਂ ਨੂੰ ਕਹਿੰਦਾ ਜੀ ਇੱਕ ਸਾਲ 'ਚ ਇੱਕ ਰੁਮਾਲਾ ਥੋੜ੍ਹਾ ਇੱਕ ਰੁਮਾਲਾ ਦੇ ਦੇਣਾ ਚਾਹੀਦਾ ਗ੍ਰੰਥ ਸਾਹਿਬ ਤੇ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਕਹਿ ਰਿਹਾ, ਕੀ ਕਹੋਗੇ? ਹਾਂਜੀ ਮੈਂ ਭਾਈ ਰਘਨੀਤ ਸਿੰਘ ਜੀ ਆਪ ਜੀ ਦੇ ਨਾਲ ਜਿਹੜੇ ਸਾਰੇ ਗੁਰਮੁਖ ਪਿਆਰੇ ਉਹਨਾਂ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਣਾ ਤੇ ਬੇਨਤੀ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਬੜੀ ਦੁੱਖ ਦੀ ਗੱਲ ਆ ਭਾਈ ਆਪਣੇ ਰਘਬੀਰ ਸਿੰਘ ਜੀ, ਵੀ ਮਹਾਰਾਜ ਸਾਹਿਬ ਜੀ ਨੇ ਇੱਕ ਭਗਤ ਰਸਨਾ ਦੁਆਰਾ ਇੱਕ ਪੰਕਤੀ ਕਹੀ ਆ, ਮਹਾਰਾਜ ਸਾਹਿਬ ਕਹਿੰਦੇ ਵੀ ਹਰ ਜਲ ਸੁਣੇ ਨਾ ਹਰ ਗੁਣ ਗਾਵੇ, ਬਤਨੀ ਅਸਮਾਨ ਗਰਾਵੇ, ਐਸੇ ਲੋਕਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ। ਠੀਕ, ਇਹੋ ਜਿਹੇ ਲੋਕਾਂ ਤੋਂ ਤਾਂ ਡਰ ਕੇ ਰਹਿਣਾ ਚਾਹੀਦਾ, ਪਰ ਦੁੱਖ ਦੀ ਗੱਲ ਇਹ ਆ ਵੀ ਪਹਿਲੋਂ ਅਸੀਂ ਇਹਨਾਂ ਸਾਡੇ ਵਿੱਚ ਵੀ ਸਾਡੇ ਲੋਕਾਂ ਚ ਵੀ ਇਹ ਕਮਜ਼ੋਰੀਆਂ ਵਾ ਵੀ ਇਹੋ ਜਿਹੇ ਗੰਦ ਲੋਕਾਂ ਨੂੰ ਲੋਕੀ ਪਹਿਲੋਂ ਪ੍ਰਮੋਟ ਕਰਦੇ ਆ। ਹਾਂਜੀ, ਪ੍ਰਮੋਟ ਕਰਕੇ ਉਹਨਾਂ ਲੋਕਾਂ ਨੂੰ ਫਿਰ TRP ਲੈਣ ਲਈ ਲੋਕਾਂ ਵਿੱਚ ਮਸ਼ਹੂਰ ਕਰਦੇ ਆ। ਇਹ ਲੋਕਾਂ ਦੀ ਸਿਰਫ ਇੱਕ ਮਤਲਬ ਬਣਾਈ ਰਣਨੀਤੀ ਹੁੰਦੀ ਆ ਵੀ ਆਪਾਂ ਲੋਕਾਂ ਦੇ ਵਿੱਚ ਕਿਵੇਂ ਜਿਹੜਾ ਆਪਣੀ ਜਾਣ ਪਛਾਣ ਬਣਾਉਣੀ ਆ। ਹੁਣ ਅੱਜ ਤੋਂ ਜੋ ਲੱਖੇ ਸਿਧਾਣੇ ਨੂੰ ਕੌਣ ਜਾਣਦਾ ਸੀ? ਠੀਕ ਹੈ, ਇੱਕ ਦੋ ਚੀਜ਼ਾਂ ਇੱਕ ਲੈਣ ਬਣਾ ਕੇ ਚੱਲ ਪੈਂਦੇ ਆ ਵੀ ਆਪਾਂ ਜਿਹੜਾ ਮੁੜ ਕੇ ਕਿਵੇਂ ਵਿੱਚ ਇਹਨਾਂ ਦੇ ਦਖਲ ਅੰਦਾਜ਼ੀ ਕਿਵੇਂ ਕਰਨੀ ਆ, ਹੌਲੀ ਹੌਲੀ ਪਹਿਲੋਂ ਹਰਮਨ ਪਿਆਰੇ ਹੋ ਜਾਣਾ, ਹਰਮਨ ਪਿਆਰੇ ਹੋ ਕੇ ਵੀ ਬੱਲੇ ਬੱਲੇ ਬੜੀ ਵੱਡੀ ਸੇਵਾ ਕਰ ਰਿਹਾ ਲੱਖਾਂ ਸਿਧਾਣਾ, ਬਹੁਤ ਵੱਡੀ ਸੇਵਾ ਕੀਤੀ ਪੰਜਾਬੀ ਦੀ ਤੇ ਸੇਵਾ ਕਰਦਾ ਆ। ਤੇ ਜਿਸ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਗੁਰਮੁਖੀ ਦਿੱਤੀ ਆ ਉਹਨੂੰ ਗ੍ਰੰਥ ਸਾਹਿਬ ਕਹਿ ਰਿਹਾ, ਤੇ ਉਹਦੇ ਲਈ ਕਹਿ ਰਿਹਾ ਵੀ ਇੱਕ ਰੁਮਾਲਾ ਹੀ ਕਾਫੀ ਆ ਵਿੱਚ। ਹਾਂਜੀ, ਸਾਨੂੰ ਸੋਚਣਾ ਪਊਗਾ ਵੀ ਮਤਲਬ ਇਹ ਲੋਕ ਜਿਹੜੇ ਜਿਵੇਂ ਸਿੰਘ ਸਾਹਿਬ ਜੀ ਕਹਿ ਕੇ ਗਏ ਆ ਵੀ ਇਹ ਲੋਕ ਹੁਣ ਸਾਨੂੰ ਗੁਰਮਰਯਾਦਾ ਸਮਝਾਉਣਗੇ ਗੁਰਦੁਆਰਿਆਂ ਸਾਹਿਬਾਂ ਦੀ ਵੀ ਅਸੀਂ ਗੁਰਮਰਯਾਦਾ ਕਿਵੇਂ ਰੱਖਣੀ ਆ, ਤੇ ਕਹਿੰਦਾ ਵੀ ਗਰੀਬਾਂ ਵਾਸਤੇ ਮਤਲਬ ਨਾਲ ਉਹ ਕਹਿੰਦਾ ਵੀ ਗਰੀਬਾਂ ਨੂੰ ਪੈਸੇ ਵੰਡ ਦਿਓ ਜਾਂ ਗਰੀਬਾਂ ਵਾਸਤੇ ਵਰਤ ਦਿਓ, ਗਰੀਬੀ ਦੂਰ ਹੋ ਜਾਏ। ਮੈਂ ਅੱਗੇ ਵੀ ਇੱਕ ਚੈਨਲ ਤੇ ਬੋਲ ਕੇ ਹਟਿਆ ਵੀ ਗੁਰੂ ਨਾਨਕ ਸਾਹਿਬ ਵਾਲੀ ਗਰੀਬ ਹੈ ਨੀ ਸੀ, ਗੁਰੂ ਗੋਬਿੰਦ ਸਿੰਘ ਵਾਲੇ ਗਰੀਬ ਹੈ ਨੀ ਸੀ, ਤੁਹਾਡੇ ਦੇਸ਼ ਵਿੱਚ ਗਰੀਬ ਹੈ ਨੀ ਕਿ ਜਿੱਥੇ ਅਸੀਂ ਰਹਿ ਰਹੇ ਇੱਥੇ ਗਰੀਬ ਹੈ ਨੀ ਜੀ? ਰਹਿ ਰਹੇ ਬਾਣੀ ਸਾਨੂੰ ਕਹਿ ਰਹੇ ਨੇ ਵੀ ਇੱਕ ਦਾਤਾ ਆ
ਇੱਕ ਭਖਾਰੀ ਆ ਸਭ ਤੇਰੇ ਚੂਜ ਵਡਾਣਾ। ਜਦੋਂ ਪਰਮਾਤਮਾ ਕਹਿ ਰਿਹਾ ਵੀ ਵਾਹਿਗੁਰੂ ਜੀ ਦੀ ਐਸੀ ਮਰਜ਼ਾਦਾ ਆ ਵੀ ਸਮਦ੍ਰਿਸ਼ਟੀ ਸਮਤਾ ਕਦੀ ਆ ਹੀ ਨੀ ਸਕਦੀ ਸਮਾਜ ਵਿੱਚ। ਇਹ ਲਿਆ ਜਿਹੜੇ ਦੁਖੀ ਦੇ ਬੰਦੇ ਨੇ ਗੇ ਇਹ ਲੈ ਕੇ ਆਉਣਗੇ ਲੋਕਾਂ ਚ ਬਰਾਬਰੀ। ਜੇਕਰ ਤੁਹਾਨੂੰ ਲੱਗਦਾ ਆ ਬਈ ਗਰੀਬਾਂ ਦੀ ਮਤ ਕਰਨੀ ਚਾਹੀਦੀ ਆ ਤੇ ਗਰੀਬਾਂ ਦੀ ਮਤ ਸੰਪਰਦਾਵਾਂ ਨੇ ਜਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਾਂ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਵੱਲੋਂ ਇਸ ਮਹਾਂਮਾਰੀ ਤੇ ਲੱਕ ਬੰਨ ਕੇ ਗਰੀਬਾਂ ਲਈ ਗੁਰੂ ਰਾਮਦਾਸ ਦੇ ਘਰੋਂ ਲੰਗਰ ਜੋ ਵੀ ਰਸਤ ਪਾਣੀ ਸੀ ਉਹ ਪਹੁੰਚਾਇਆ ਗਿਆ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜੇ ਲੋਕ ਕਹਿ ਰਹੇ ਆ ਇਹਨਾਂ ਲੋਕਾਂ ਦੀ ਕੀ ਦੇਣ ਆ ਮਤਲਬ ਸਮਾਜ ਦੇ ਵਿੱਚ ਇੱਕ ਦੁੱਖੀ ਦੀ ਦੇਣ ਵੀ ਨੇ ਇੱਕ ਦੁੱਖੀ ਜਿੰਨੀ ਬਚਨ ਆਉਂਦਾ ਨਾ ਮਾਰੇ ਦਾ ਵੀ ਆਪਣਾ ਤੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਅੰਨੀ। ਤੇ ਜਿਸ ਹਿਸਾਬ ਨਾਲ ਉਹਨੇ ਆਪਣੇ ਖੰਡੇਵਾਲਾ ਜੀ ਤਰਕ ਕੀਤਾ ਵੀ ਜੀ ਉੱਥੇ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਆਹ ਨਹੀਂ ਸਾਡੇ ਧਰਮ ਦੇ ਵਿੱਚ ਬਹੁਤ ਵਹਿਮ ਆ ਬਹੁਤ ਪਖੰਡ ਬਹੁਤ ਆ ਏਦਾਂ ਦੀਆਂ ਗੱਲਾਂ ਵੀ ਕੀਤੀਆਂ। ਦੇਖੋ ਦੇਖੋ ਭਾਈ ਰਘਵੀਰ ਸਿੰਘ ਜੀ ਹਾਸੋ ਹੋਣ ਵਾਲੀ ਗੱਲ ਇਹ ਆ ਵੀ ਪਤਤ ਬੰਦਾ ਇਹ ਹਾਂ ਇਹ ਪਤਤ ਆ ਗੁਰਸਿੱਖੀ ਵਿੱਚ ਨਹੀਂ ਗਾ। ਹਾਂ ਜਦੋਂ ਗੁਰਸਿੱਖੀ ਤੋਂ ਬੰਦਾ ਖਾਰਜ ਹੋਵੇ ਉਹ ਬੰਦਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿਧਾਂਤ ਲਈ ਔਰ ਸ੍ਰੀ ਗੁਰਤਖ ਸਾਹਿਬ ਜਾਂ ਗੁਰਦੁਆਰਿਆਂ ਦੇ ਸਿਧਾਂਤ ਪ੍ਰਤੀ ਬੋਲੇ ਸਾਡੇ ਲਈ ਮਤਲਬ ਇਹ ਤਾਂ ਸ਼ਰਮ ਵਾਲੀ ਗੱਲ ਆ ਉਹਦੇ ਵਾਸਤੇ ਇਹਨੂੰ ਡੁੱਬ ਕੇ ਮਰਨਾ ਚਾਹੀਦਾ ਵੀ ਇਹਦੀ ਮਰਜ਼ਾਦਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੱਧੀ ਆ ਤੇ ਭਾਈ ਮਨੀ ਸਿੰਘ ਸਾਹਿਬ ਜੀ ਉਹ ਸ਼ਖਸੀਅਤ ਆ ਪੰਥ ਵਿੱਚ ਜਿਨ੍ਹਾਂ ਦੇ ਸਰੀਰ ਉੱਤੇ 57 ਵਾਰ ਟੋਕੇ ਦੇ ਹੋਏ ਹੋਣ ਤੇ ਪਰ ਉਹਨਾਂ ਕਿਸੇ ਜੁਰਮਾਨੇ ਦੀ ਈਨ ਨਾ ਮੰਨੀ ਹੋਵੇ ਤੇ ਇਹ ਰੋਜ਼ ਧਾਗਾ ਲਵਾਉਣ ਮੂੰਹ ਤੇ ਰੋਜ਼ ਆਪਣੀ ਜਾ ਕੇ ਦਾੜੀ ਕਟਾਉਂਦੇ ਹੋਣ ਕੇਸਾਂ ਦੀ ਬੇਅਦਬੀ ਕਰਦੇ ਹੋਣ ਤੇ ਸਲਾਹ ਦਿੰਦੇ ਹੋਣ ਪੰਥ ਨੂੰ ਵੀ ਮਤਲਬ ਉੱਥੇ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਕਿਸੇ ਬੀਬੀ ਨੂੰ ਕੀਰਤਨ ਤੋਂ ਰੋਕਿਆ ਨਹੀਂ ਜਾਂਦਾ ਇਹ ਗੱਲ ਪਿੱਛੋਂ ਵੀ ਚੱਲੀ ਸੀ ਪਰ ਦਰਬਾਰ ਸਾਹਿਬ ਜੀ ਦੇ ਵਿੱਚ ਮਰਜ਼ਾਦਾ ਆ ਕੀਰਤਨ ਦੀ ਮਤਲਬ ਉੱਥੇ ਕੋਈ ਕੀਰਤਨ ਦੀ ਜਿਹੜੀ ਉਹਨਾਂ ਨੇ ਜਿਹੜੀ ਚੋਣ ਆ ਕੀਰਤਨ ਦੀ ਪ੍ਰਕਿਰਿਆ ਵਾ ਉਹਦੀ ਕੋਈ ਮਰਜ਼ਾਦਾ ਰੱਖੀ ਗਈ ਆ ਵੀ ਰਾਗਾਂ ਦੇ ਆਧਾਰ ਤੇ ਉੱਥੇ ਕੀਰਤਨ ਹੁੰਦਾ ਆ ਅੰਮ੍ਰਿਤ ਵੇਲੇ ਦਾ ਕਿਹੜਾ ਰਾਗ ਗਿਆ ਦੁਪਹਿਰ ਵੇਲੇ ਦਾ ਕਿਹੜਾ ਰਾਗ ਗਿਆ ਸ਼ਾਮ ਦਾ ਕਿਹੜਾ ਰਾਗ ਗਿਆ ਉੱਥੇ ਸਿੱਧੂ ਧਾਰਨਾ ਰੂਪੀ ਕੀਰਤਨ ਨਹੀਂ ਹੁੰਦਾ ਤੇ ਅੱਜ ਤੱਕ ਕੋਈ ਬੀਬੀ ਮੇਰੀ ਭੈਣ ਮੇਰੀ ਧੀ ਉੱਪਰ ਕੇ ਸਾਹਮਣੇ ਆਈ ਨਹੀਂ ਜਿਹਨੇ ਇਹ ਕਿ ਕਲੇਮ ਕੀਤਾ ਹੋਵੇ ਕਿ ਮੈਨੂੰ ਦਰਬਾਰ ਸਾਹਿਬ ਤੋਂ ਕੀਰਤਨ ਕਰਨ ਤੋਂ ਰੋਕਿਆ ਗਿਆ। ਠੀਕ ਹੈ ਹਨਾ ਹਾਂਜੀ ਇਹ ਠੀਕ ਹੈ ਅਸੀਂ ਆਉਂਦੇ ਹਾਂ ਆਪਣੇ ਖੰਡੇਵਾਲਾ ਸਾਹਿਬ ਦੇ ਵਿੱਚ ਤੁਹਾਡੇ ਕੋਲ ਦੁਬਾਰਾ ਆਉਂਦੇ ਹਾਂ। ਗੁਰਮੀਤ ਸਿੰਘ ਜੀ ਇਹ ਬਹੁਤ ਜਿੱਦਾਂ ਕਹਿ ਰਹੀ ਆਪਾਂ ਤੁਸੀਂ ਵੀ ਸੰਘਰਸ਼ ਨਾਲ ਜੁੜੇ ਹੋਏ ਹੋਏ ਹਾਂ ਅਤੇ ਲੋਕ ਕਹਿ ਰਹੀ ਤਾਂ ਸੋਚਦੇ ਆ ਵੀ ਲੱਖੇ ਸਿਧਾਣੇ ਵਰਗਾ ਜਾਂ ਹੋਰ ਕੋਈ ਜਦੋਂ ਚਾਰ ਕੁ ਦਿਨ ਸੋਸ਼ਲ ਮੀਡੀਆ ਦੇ ਵਿੱਚ ਰੌਲਾ ਰੱਪਾ ਜਿਹਾ ਪਾਉਂਦੇ ਆ ਪੰਜਾਬੀ ਦਾ ਜਾਂ ਹੋਰ ਆ ਤਾਂ ਲੋਕ ਕਹਿਣ ਲੱਗ ਪਏ ਲੈ ਬਈ ਇਹਨੂੰ ਲਿਆਓ ਹੁਣ ਅੱਗੇ ਇਹਨੂੰ ਬਣਾਓ ਕੌਮ ਦਾ ਲੀਡਰ ਇਹ ਕਰੂਗਾ ਅਗਵਾਈ ਅਤੇ ਇਹਦਾ ਹੁਣ ਆਹ ਦੇਖ ਲਓ ਤੁਸੀਂ ਜੋ ਹੁਣ ਕੀਤਾ ਉਹਦੇ ਲਈ ਕੀ ਕਹੋਗੇ ਤੁਸੀਂ। ਭਾਈ ਰਘਵੀਰ ਸਿੰਘ ਜੀ ਜਿਸ ਵਿਸ਼ੇ ਤੇ ਜਾ ਕੇ ਲੱਖਾਂ ਸਿਧਾਣਾ ਬੋਲਿਆ ਨਾ ਜੀ ਸਾਨੂੰ ਮੇਰੇ ਖਿਆਲ ਉਸ ਵਿਸ਼ੇ ਦੀ ਵੀ ਗੱਲ ਕਰਨੀ ਪਊਗੀ ਉਹਦਾ ਬੋਲਣ ਦਾ ਕਾਰਨ ਕੀ ਬਣਿਆ ਦੱਸੋ। ਉਹਦਾ ਬੋਲਣ ਦਾ ਕਾਰਨ ਬਣਿਆ ਤੇ ਬਾਬੇ ਵਾਲਾ ਗੀਤ ਹਾਂਜੀ ਜਿਹਦੇ ਵਿੱਚ ਉਹਨੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਤੇ ਗੱਲ ਭਾਵੇਂ ਤੁਸੀਂ ਮਰਿਆਦਾ ਤੇ ਕਹਿ ਲਓ ਬਾਣੀ ਤੇ ਕਹਿ ਲਓ ਬਾਣੀ ਤੇ ਕਹਿ ਲਓ ਜਿਹਦੇ ਉੱਪਰ ਉਹਨੂੰ ਕੁਐਸਚਨ ਮਾਰਕ ਲਾਇਆ ਵਾ ਠੀਕ ਹੈ ਜਿਹਦੇ ਸ਼ੰਕਾ ਕੀਤਾ ਜਾਂ ਉਹਨੇ ਉਹ ਗੱਲਾਂ ਨੂੰ ਉਸ ਤਰ੍ਹਾਂ ਕੀਤਾ ਤੇ ਉਹਦੇ ਵਿਰੋਧ ਵਿੱਚ ਉਹਦੇ ਹੱਕ ਵਿੱਚ ਬੋਲਿਆ ਇਹ ਗੱਲਾਂ ਦੇ ਠੀਕ ਹੈ। ਪਰ ਹੁਣ ਗੱਲ ਸੋਚਣ ਵਾਲੀ ਇਹ ਹੈ ਵੀ ਜਿਹੜੇ ਧਾਰਮਿਕ ਇਸ਼ੂ ਨੇ ਜਾਂ ਧਾਰਮਿਕ ਪਰੰਪਰਾਵਾਂ ਨੇ ਧਾਰਮਿਕ ਜਿਹੜੇ ਫੈਸਲੇ ਨੇ ਹਾਂਜੀ ਉਹ ਫੈਸਲੇ ਹੁੰਦੇ ਕਿੱਥੋਂ ਨੇ ਠੀਕ ਹੈ। ਸਿੱਖਾਂ ਦਾ ਫੈਸਲਾ ਜਿਹੜਾ ਜੇ ਗੱਜ ਸਾਢੇ ਤੈ ਤਾਂ ਧੋਤੀਆਂ ਵਾਲੀ ਗੱਲ ਆ ਉਹ ਹੈ ਆਉਂਦੀ ਕਿੱਥੋਂ ਆ ਉਹ ਠੀਕ ਹੈ। ਜੇ ਪਖੰਡ ਦੀ ਗੱਲ ਆਉਂਦੀ ਕਹਿਣ ਕੌਣ ਕਹਿ ਰਿਹਾ ਸਾਡੇ ਕੋਲ ਕਸਵੱਟੀ ਕੀ ਹੈ ਸਾਡੇ ਕੋਲ ਕਸਵੱਟੀ ਗੁਰੂ ਗ੍ਰੰਥ ਸਾਹਿਬ ਹੈ ਹਾਂਜੀ ਸਾਡੇ ਕੋਲ ਕਸਵੱਟੀ ਗੁਰਬਾਣੀ ਹੈ ਠੀਕ ਹੈ। ਅਸੀਂ ਸਿੱਖ ਨੇ ਗੁਰਬਾਣੀ ਦੇ ਅਨੁਸਾਰ ਚੱਲਣਾ ਹਾਂਜੀ ਗੁਰਬਾਣੀ ਲਿਖੀ ਕਿਹਨੇ ਆ ਉਹ ਤੁਰਕੀ ਬਾਣੀ ਆ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀ ਆ ਉਹ ਤੁਰਕੀ ਬਾਣੀ ਹਾਂਜੀ ਉਸ ਬਾਣੀ ਜਿਹੜੀ ਉਹਨਾਂ ਨੇ ਉਚਾਰਨ ਕੀਤੀ ਆ ਉਹ ਸਿੱਖਾਂ ਨੂੰ ਉਪਦੇਸ਼ ਦਿੱਤਾ ਠੀਕ ਹੈ। ਉਸ ਉਪਦੇਸ਼ ਉੱਪਰ ਉਹ ਖੁਦ ਚੱਲੇ ਹਾਂ ਖੁਦ ਚੱਲੇ ਤੇ ਖੁਦ ਉਹਨਾਂ ਨੇ ਚੱਲ ਕੇ ਆਪਣੀ ਸਿੱਖਾਂ ਨੂੰ ਸੰਗਤ ਨੂੰ ਉਸ ਉਪਦੇਸ਼ ਤੇ ਚੱਲਣ ਦਾ ਹੁਕਮ ਕੀਤਾ ਵੀ ਤੁਸੀਂ ਪਖੰਡ ਨਹੀਂ ਕਰਨਾ ਤੁਸੀਂ ਮਾੜੀਆਂ ਨਹੀਂ ਪੂਜਣੀਆਂ ਤੁਸੀਂ ਉਹ ਨਹੀਂ ਕਰਨਾ ਤੁਸੀਂ ਆਹ ਨਹੀਂ ਕਰਨਾ ਹਾਂ ਹਾਂ ਜਦੋਂ ਜਦੋਂ ਇਹ ਗੁਰੂ ਇਹ ਸਿੱਖ ਨੇ ਹੁਕਮ ਮੰਨਣਾ ਗੁਰੂ ਦਾ ਠੀਕ ਹੈ ਲੱਖਿਆ ਸਿਧਾਣੇ ਦਾ ਤੇ ਬਾਬੇ ਦਾ ਜਾਂ ਜਿਹੜਾ ਗਾਉਣੇ ਵਾਲਾ ਵੀਰ ਸਿੰਘ ਉਹਦਾ ਹੁਕਮ ਨਹੀਂ ਮੰਨਣਾ
ਜਿਹੜਾ ਲਿਖਾਰੀ ਆ ਲਿਖਾਰੀ ਆ ਅਸੀਂ ਵਿਅਕਤੀ ਦਾ ਹੁਕਮ ਨਹੀਂ ਮੰਨਣਾ ਅਸੀਂ ਹੈਗੇ ਗੁਲਾਮ ਗੁਰੂ ਦੇ ਅਸੀਂ ਗੁਲਾਮ ਹੈਗੇ ਗੁਰਬਾਣੀ ਦੇ ਅਸੀਂ ਗੁਲਾਮ ਹੈਗੇ ਸਿੱਖੀ ਸਿਧਾਂਤਾਂ ਦੇ ਠੀਕ ਹੈ ਜਿੰਨੀ ਦੇਰ ਤੱਕ ਜਿਹੜਾ ਵਿਅਕਤੀ ਸਿੱਖੀ ਸਿਧਾਂਤਾਂ ਜਦੋਂ ਸ਼੍ਰੋਮਣੀ ਕਮੇਟੀ ਭਾਵੇਂ ਜਾਂ ਜਿਹੜੇ ਵੀ ਜੈਦਾਰ ਸਾਹਿਬ ਆਪਣੇ ਨਾਲ ਬੈਠੇ ਨੇ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਇਲਮ ਹੈ ਕਿ ਜਦੋਂ ਤੁਸੀਂ ਕੋਈ ਫੈਸਲਾ ਕਰਨਾ ਤਾਂ ਸਿੱਖੀ ਸਿਧਾਂਤਾਂ ਗੁਰਬਾਣੀ ਦੇ ਅਨੁਸਾਰ ਹੀ ਕਰਨਾ ਹੈ ਠੀਕ ਹੈ ਜਦੋਂ ਤੁਹਾਡੇ ਸਾਡੇ ਦੇ ਉੱਪਰ ਕੁਛ ਲੱਗਣਾ ਦੋਸ਼ ਲੱਗਣਾ ਜਾਂ ਸਜ਼ਾ ਲੱਗਣੀ ਹੈ ਤੁਹਾਨੂੰ ਉਸ ਅਸੂਲਾਂ ਦੀ ਜਿਹੜੀ ਅਸੀਂ ਜੇ ਵੱਧ ਉਹ ਅਸੂਲ ਉਲੰਘਣਾ ਕੀਤੀ ਤਾਂ ਸਾਨੂੰ ਉਹਦੀ ਸਜ਼ਾ ਮਿਲਣੀ ਹੈ ਠੀਕ ਹੈ ਪਰ ਗੱਲ ਇੱਥੇ ਖੜੀ ਹੈ ਵੀ ਜਿਹੜੇ ਬੰਦੇ ਖੁਦ ਦੇਖੋ ਹਰ ਇੱਕ ਧਰਮ ਵਿੱਚ ਜਦੋਂ ਵਿਅਕਤੀ ਜਨਮ ਲੈਂਦਾ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਵਿੱਚ ਹੋਵੇ ਉਹ ਉਹਦਾ ਕੋਈ ਨਾ ਕੋਈ ਧਰਮ ਹੁੰਦਾ ਠੀਕ ਹੈ ਹਰ ਧਰਮ ਦੇ ਵਿੱਚ ਸੀਮਿਤ ਸਮਾਂ ਹੁੰਦਾ ਭਾਵੇਂ ਸੁੰਨਤਾ ਹੋਵੇ ਜਨੇਊ ਦਾ ਹੋਵੇ ਕ੍ਰਿਸਚਨ ਵਿੱਚ ਹੋਵੇ ਬੁੱਧੀਆਂ ਦਾ ਹੋਵੇ ਉਹਨੇ ਆਪਣੇ ਧਰਮ ਵਿੱਚ ਪ੍ਰਵੇਸ਼ ਕਰਨਾ ਹੁੰਦਾ ਠੀਕ ਹੈ ਜਿਹੜੇ ਇਹ ਦੋਨੇ ਤਿੰਨੇ ਮੈਂ ਕਹਿ ਲਵਾਂ ਜਿਹੜੇ ਸਿੱਖ ਬਾਬਾ ਵੀ ਕਹਿ ਲਵਾਂ ਭਾਵੇਂ ਮੈਂ ਉਹਦੇ ਨਾਲ ਦੋ ਚਾਰ ਵਾਰੀ ਅਸੀਂ ਬੈਠੇ ਇੰਟਰਵਿਊ ਕੀਤੀ ਹੈ ਉੱਦਾਂ ਵੈਸੇ ਬੰਦਾ ਸੁਭਾਅ ਤੌਰ ਤੇ ਚੰਗਾ ਪਰ ਜਦੋਂ ਉਹ ਸਿਧਾਂਤਾਂ ਦੀ ਮਤ ਧੱਜੀਆਂ ਡਾਵੇ ਫਿਰ ਉਹ ਚੰਗਾ ਬਣ ਨਹੀਂ ਰਹਿੰਦਾ ਠੀਕ ਹੈ ਜਦੋਂ ਆਪਣੇ ਲੱਖੇ ਦੀ ਗੱਲ ਕਰੀਏ ਜਾਂ ਬਾਵੀ ਦੀ ਗੱਲ ਕਰੀਏ ਜਿਹੜੇ ਬੰਦੇ ਖੁਦ ਆਪਣੇ ਧਰਮ ਵਿੱਚ ਜਿਸ ਧਰਮ ਵਿੱਚ ਉਹਨਾਂ ਦਾ ਜਨਮ ਹੋਇਆ ਉਸ ਮੁਤਾਬਕ ਉਹਨਾਂ ਦਾ ਜੀਵਨ ਨਹੀਂ ਅਕਲ ਨਹੀਂ ਸ਼ਕਲ ਨਹੀਂ ਰਹਿਣੀ ਨਹੀਂ ਬਹਿਣੀ ਨਹੀਂ ਸਹਿਣੀ ਨਹੀਂ ਕਹਿਣੀ ਨਹੀਂ ਠੀਕ ਹੈ ਫਿਰ ਉਹ ਵਿਅਕਤੀਆਂ ਨੂੰ ਕੀ ਅਧਿਕਾਰ ਹੈ ਵੀ ਉਹ ਸਿੱਖਾਂ ਦੇ ਉੱਪਰ ਜਾ ਰਿਹਾ ਭਾਵੇਂ ਹਿੰਦੂ ਵੀ ਹੋਵੇ ਜੇ ਆਪਣੇ ਧਰਮ ਵਿੱਚ ਤੂੰ ਪੱਕਾ ਨਹੀਂ ਤੈਨੂੰ ਕੀ ਅਧਿਕਾਰ ਹੈ ਵੀ ਤੂੰ ਦੂਜੇ ਟਿੱਪਣੀ ਕਰੇ ਦੂਸਰੀ ਗੱਲ ਮੈਂ ਜਿਹੜੀ ਅਗਲੇ ਰਾਊਂਡ ਫਿਰ ਆਪਾਂ ਕਰਾਂਗੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਇੱਕ ਦੋ ਤਿੰਨ ਜਿਹੜੇ ਥਰਮਾਮੀਟਰ ਨੇ ਇੱਕ ਦਾ ਲੱਖੇ ਸਿਧਾਣੇ ਨੂੰ ਦੇ ਦੇਣਾ ਚਾਹੀਦਾ ਤੇ ਇੱਕ ਦੇ ਦੇਣਾ ਚਾਹੀਦਾ ਟੱਡਰੀ ਵਾਲੇ ਨੂੰ ਦੋ ਥਰਮਾਮੀਟਰ ਜਿਹੜੇ ਲਾ ਲਾ ਸਾਰੇ ਸਿੱਖਾਂ ਦੀ ਪਰਖ ਕਰ ਲੈਣ ਕਿਹੜਾ ਪਖੰਡੀ ਹੈ ਕੀ ਚ ਘਾਟਾ ਨੇ ਕਿਹਦੇ ਵਿੱਚ ਕੀ ਹੈ ਕਿਹਦੇ ਵਿੱਚ ਕੀ ਨੁਕਸਾ ਕਿਹੜਾ ਅਸਲੀ ਹੈ ਇੱਕ ਵਾਰੀ ਤਾਂ ਜਿਹੜੇ ਜੰਮੇ ਹੋਏ ਨੇ ਸਾਰੇ ਉਹਨਾਂ ਦਾ ਆਪਰੇਸ਼ਨ ਕਰ ਦੇਣਾ ਡਿਟੇਲ ਦੇ ਦੇਣ ਇੱਕ ਵਾਰੀ ਜੰਮਣੇ ਵਾਲੇ ਡਾਕਟਰਾਂ ਨੂੰ ਦੱਸ ਦੇਣ ਥਰਮਾਮੀਟਰ ਦੇ ਦੇਣ ਵੀ ਭਾਈ ਜਿਹੜਾ ਬੱਚਾ ਜੰਮਣਾ ਨਾ ਉਹਨੂੰ ਲਾ ਕੇ ਦੇਖ ਲਿਓ ਵੀ ਅਸਲੀ ਹੈ ਕਿ ਨਕਲੀ ਹੈ ਮਤਲਬ ਇੱਕ ਥਰਮਾਮੀਟਰ ਢੱਡਰੀਆਂ ਵਾਲੇ ਨੂੰ ਤੇ ਇੱਕ ਲੱਖੇ ਸਿਧਾਣੇ ਨੂੰ ਫੜਾ ਦਈਏ ਠੀਕ ਹੈ ਜਿਹੜਾ ਲਾਜ਼ਮੀ ਡਿਊਟੀ ਜੰਮੇ ਵਾਲੇ ਬੱਚਿਆਂ ਦੀ ਇੱਕ ਲੱਖ ਜਿਹੜੇ ਜੰਮੇ ਹੋਏ ਨੇ ਉਹਨਾਂ ਤੇ ਥਰਮਾਮੀਟਰ ਲਾ ਕੇ ਚੈੱਕ ਕਰ ਉਹ ਟਿੱਕ ਮਾਰ ਕਰ ਜਾਂ ਨਿਸ਼ਾਨੀ ਲਾਈ ਦੇ ਬੋਰਡ ਵਾਲਿਆਂ ਦੀ ਨਿਸ਼ਾਨੀ ਲਾਈ ਜਾਣ ਵੀ ਸਿੱਖ ਨੇ ਇਹ ਬੰਦੇ ਗੈਰ ਧਾਰਮਿਕ ਨੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂਜੀ ਅੱਜ ਮਹਾਮਾਰੀ ਦੇ ਵਿੱਚ ਮੈਂ ਹੰਕਾਰ ਨਾਲ ਨਹੀਂ ਗੱਲ ਕਰਦਾ ਅੱਜ ਦੀ ਮਹਾਮਾਰੀ ਦੇ ਵਿੱਚ ਅਸੀਂ ਚਾਰ ਬੰਦੇ ਪੈਨਲ ਤੇ ਬੈਠੇ ਹਾਂ ਹਾਂਜੀ ਦੋ ਬੰਦੇ ਬਾਬਾ ਤੇ ਲੱਖਾ ਹਾਂ ਇਹ ਗੱਲ ਨੂੰ ਸਪਸ਼ਟ ਮੈਂ ਖੁੱਲੇ ਰੂਪ ਵਿੱਚ ਸਾਡੇ ਨਾਲ ਗੱਲ ਕਰਨ ਉਹਨਾਂ ਨੇ ਇਹ ਮਹਾਮਾਰੀ ਵਿੱਚ ਉਹਦਾ ਕੀ ਪਾਰਟ ਰਿਹਾ ਕੀ ਹਿੱਸਾ ਰਿਹਾ ਕੀ ਸਿੱਖੀ ਸਿਧਾਂਤਾਂ ਅਨੁਸਾਰ ਉਹਨਾਂ ਨੇ ਕਿੰਨੀ ਲੋੜਵੰਦਾਂ ਦੀ ਸੇਵਾ ਕੀਤੀ ਆ ਠੀਕ ਹੈ ਆਹ ਚਾਰੇ ਬੰਦੇ ਬੈਠੇ ਜੈਦਾਰ ਸਾਹਿਬ ਬੈਠੇ ਅਖੰਡਾ ਸਾਹਿਬ ਬੈਠੇ ਲਖਵਿੰਦਰ ਤੇ ਮੈਂ ਹਾਂਜੀ ਹਾਂਜੀ ਫਿਰ ਉਹਨੂੰ ਅਸੀਂ ਦੱਸਾਂਗੇ ਦੂਰ ਬੈਠੇ ਜਿਹਨਾਂ ਸਾਨੂੰ ਕੋਈ ਵਾਹ ਵਾਸਤਾ ਨਹੀਂ ਹੈ ਕਿਸੇ ਲਾਲਸਾ ਨਹੀਂ ਹੈ ਸਾਨੂੰ ਕਿਸੇ ਚੀਜ਼ ਦੀ ਵੀ ਅਸੀਂ ਆਪਣੇ ਫਰਜ਼ ਨੂੰ ਅਸੀਂ ਆਪਣੇ ਪਿੰਡ ਨੂੰ ਮੈਂ ਆਪਣੇ ਪਿੰਡ ਨੂੰ ਸਾਂਭਿਆ ਹਾਂਜੀ ਆਪਣੇ ਪਿੰਡ ਨੂੰ ਸਾਂਭਿਆ ਤੂੰ ਦੱਸ ਤੈਂ ਕੀ ਕੀਤਾ ਤੇ ਜੈਦਾਰ ਹੋਣਾ ਤਾਂ ਕਿੰਨੀ ਦੇਰ ਦਾ ਲੰਗਰ ਚਲਾਇਆ ਉਹਨੇ ਅਖੰਡਾ ਸਾਹਿਬ ਨੇ ਤਾਂ ਮੈਂ ਕਿਹਾ ਇਹਨੇ 40-50 ਹਜ਼ਾਰ ਜੀਰੋ ਆਪਣੀ ਗੌਰਮੈਂਟ ਨੂੰ ਦਿੱਤਾ ਸਮੁੱਚੇ ਸਿੱਖ ਪੰਥ ਨੂੰ ਜਿਹੜੇ ਇਹ ਲੋਕ ਨੇ ਨਾ ਜਿਹੜੇ ਕਰਦੇ ਆ ਇਹ ਦਸਤਾਰ ਕਿਉਂ ਸਜਾਈਏ ਦਾੜਾ ਕਿਉਂ ਰੱਖਿਆ ਤੇ ਦਾੜੇ ਵਾਲਿਆਂ ਨੇ ਆਹ ਕਰਤਾ ਵਾਲਿਆਂ ਨੇ ਆਹ ਕਰਤਾ ਤੇ ਉਹਨਾਂ ਬੰਦਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਰਣਜੀਤ ਬਾਵੇ ਦੀ ਗੱਲ ਤੋਂ ਸ਼ੁਰੂ ਹੋਇਆ ਉਹਨਾਂ ਬਹੁਤ ਸਾਡੇ ਸਿੱਖ ਏਦਾਂ ਵੀ ਖੁਸ਼ ਹੋਏ ਕਿ ਹਾਂਜੀ ਰਣਜੀਤ ਬਾਵੇ ਨੇ ਉਹਨਾਂ ਨੇ ਮਤਲਬ ਮੂਤ ਪੀਣੇ ਕਹਿਤਾ ਜਾਂ ਆਹ ਕਹਿਤਾ ਬੜੀ ਚੰਗੀ ਗੱਲ ਹੈ ਤੇ ਪਰ ਇਹ ਨੀ ਦੇਖਿਆ ਵੀ ਬਾਕੀ ਜਿਹੜੇ ਧਰਮ ਹੈ ਉਹਨਾਂ ਤੇ ਵੀ ਹਮਲਾ ਕੀਤਾ ਤੇ ਬਹੁਤ ਲੋਕਾਂ ਨੇ ਉਹਦੀ ਹਮਾਇਤ ਵੀ ਕੀਤੀ ਆ ਤੇ ਹੁਣ ਲੱਖੇ ਸਿਧਾਣੇ ਤੇ ਹੱਦੇ ਕਰਤੀ ਜੋ ਸਿੱਖ ਧਰਮ ਤੇ ਹਮਲਾ ਕਰ ਦਿੱਤਾ ਕੀ ਕਹੋਗੇ ਹਾਂਜੀ ਸਭ ਤੋਂ ਪਹਿਲੀ ਤਾਂ ਗੱਲ ਭਾਈ ਰਘਵੀਰ ਸਿੰਘ ਜੀ ਇਹ ਆ ਜਿੱਦਾਂ ਭਾਈ ਗੁਰਵੀਰ ਸਿੰਘ ਨੇ ਆਖਿਆ ਨਾ ਇਸ ਬੰਦੇ ਦੀ ਰਹਿਣੀ ਆ ਨਾ ਬਹਿਣੀ ਆ ਨਾ ਸਹਿਣੀ ਆ ਨਾ ਠੀਕ ਹੈ ਉਹ ਤਾਂ ਚੱਲ ਬਹੁਤ ਦੂਰ ਦੀ ਗੱਲ ਆ ਇਹਦਾ ਤਾਂ ਦਾਈ ਸਿੱਖਾਂ ਵਾਲੇ ਹੈ ਨਹੀਂ ਗਾ ਲੱਖਾਂ ਸਿਧਾਣਾ ਵੀ ਹੋਇਆ ਨਾ ਸਿੰਘ ਨਾ ਕੁਮਾਰ ਨਾ ਰਾਮ ਕੋਲ ਕੱਖ ਵੀ ਨੀ ਗਾ ਨਾ ਇਹਦਾ ਨਾ ਸਿੱਖਾਂ ਵਾਲਾ ਨਾ ਇਹਦੀ ਸ਼ਕਲ ਸਿੱਖਾਂ ਵਾਲੀ ਤੇ ਗੱਲ ਇਸ ਤੱਕ ਮਰਿਆਦਾ ਦੀ ਕਰ ਰਿਹਾ
हाँ जी सो गुरु साहब का रहतनामे फरमान आ प्रथम हाँ रह के जान खंडे की पौल लै सोई सिंह प्रधान। सो ठीक पहली तो रहत अमर दी आ, हाँ ये तो हले महीने बाद अपना शर्मू मना होना मेरा ख्याल उदू शायद पहला मना होगा। इनू हक की आ साडे सचखंड श्री दरबार साहब से टिप्पणी करन दा, इनू हक की आ साडे साहिब श्री गुरु ग्रंथ साहब जी महाराज से टिप्पणी करन दा। वह सिर्फ तो सिर्फ ये लोग किसी के मित नहीं, पहला इन्हें गुंडागर्दी की आ, हुण ये अपने आप को सेफ कर रखने वास्ते लीडर बनना चाहता। तो दूसरी गल ये आ पहले पहल इदा होंदा सीगा आल इंडिया सिख स्टूडेंट फैडरेशन है ना, हाँ जी जिहड़े सिख जिन्हां ने सिखां ने लीडरशिप पे जाना हुंदा सी, हाँ। तो उन्हें एक प्रवेश द्वार बना के तुरदे सीगे, ठीक है। उहदे तो बाद सचखंड श्री दरबार साहब ते अटैक हो गया 84 दे विच, ठीक है। ते फिर उन्हां ओह जिही फितरत वाले जिहड़े बंदे सीगे ना जिन्हें अपना बेनीफिट परसनल बेनीफिट लेना सी लीडर बन के जिन्हां नूं आपां गिण सकदे आ, उन्होंने फिर प्रवेश द्वार बनाया अपना संयुक्त अकाली दल जो बाबा जगिंदर सिंह जी की अगवाई बनया, ठीक है। उस तो बाद फिर इन्होंने अपना प्रवेश द्वार बना लिया अकाली दल अमृतसर सियासी का, फिर प्रवेश अपना प्रवेश द्वार बना लिया जेडे जज्बाती मुद्दे आ उन्होंने बना लिया, जिस तरह गुरु ग्रंथ साहब जी महाराज की बेअदबी हो गई वो, जिदा पंजाबी बोली का मुद्दा लिया जाता जहां को होर मुद्दा लिया के प्रवेश करना चाहते कर रहे नहीं है प्रवेश करना कारण पर धर्म से हमला करने का हक कहीं देता बिलकुल कोई हक नहीं है इस गल सजा सजा के हकदार है पूरी तरह और जी अपने भारत की ना सियासत आके ये भी पक्ष आ कि जेडे बंदे ने पैण च गुल्ली डंडा नहीं खेडिया होंगे ना, हाँ जी वह खेड मंत्री बन जाता, जिन्हू 50 बीमारियां होंगे उन्हें सेहत मंत्री बना दे, जिन्हू ये नहीं पता होंगे भी जी कणक आ दरख्त में लगती है धरती च उगती है तो उन्होंने एग्रीकल्चर मिनिस्टर बना दिता जाता, उही गल इहो जिहे लोगों की आ। सो ना इन्हों का सिक्खी ना वाह वास्ता आ, तो गल्लां करदे आ सिक्खी दियां, इन्हों गुरु ग्रंथ साहब जी महाराज रुमालिया दसते इन्हों उ जोत जगती का घेर दसदा आ, उस गुरु वास्ते उस दरबार साहब वास्ते सिखा ने जाना दतिया, कली कली जी प्रकार वाली स्लैब है एक एक स्लैब के थले कई कई सिखा के सहरे आ, यह रुमालिया दी जाते हैं ये बहुत ही बकवास किया, ये बिलकुल उ बोली बोली ब्रांडेड कपड़े जिदा आप पाते हैं मतलब गल जी गुरु साहबान पहली गल तो हक ही नहीं कोई हक नहीं बिलकुल हम जो रणजीत बावा आ सपोर्ट करता प्रशंसा करता टमिया वाला प्रशंसा करते तो साबित होता कि जो सारे अंदर खाते एक ही बंदे आ जो जो गुरु साहब से गौरस्थाना से अटैक की टिप्पणी की गल आ उ सारा जरा लौंग लाना सारा कट्ठा ही हो जाता है, तो इस करके इन्हों का कोई दीन मजहब है नहीं गा, ये सिर्फ तो सिर्फ नकारन दे योग आ बिलकुल इन्हों कितने भी किसी भी स्टेज पर प्रमोट नहीं करना चाहिए, हम उन्होंने बंद का कसूर हैगा आ जिन्होंने इन प्रमोट किया पंजाबी बोली का इन्हें चुकया झंडा आ करके इन्हें अपनी पछाण बना ली माड़ी जी मुड़ के हम दसो गुरु साहब से अटैक कर लिया कितनी माड़ी गल है। लखविंदर सिंह जी और जिदा कई पंथक जथेबंदियां भी मतलब वो खालिस्तान की भी लड़ाई लड़ रही तो वह भी इन मतलब हर वेले ही रख दी तो हूँ मेरा ख्याल नहीं रखनगियाँ हूँ जो रखूगी तो फिर वो खालसा नहीं हो गया फिर तो भी वो अपने निजी स्वार्थ उन्होंने होगी आप खालसा नहीं करेंगे आप मन सकते जी अजे भी ये चलन गया हम गल गल देखो बोलना तो उन्होंने आता नहीं आपी बोलनी नहीं आती कहना मैं पंजाबी बोली की गल करना कोई किसी बुढ़िया कहता बी सत्कार जो लफ्ज बीबी जी है ना मतलब किताब अपने जाके सिखा वास्ते प्रतख आ के जीवित गुरु आ हाजरा हजूर जहरा जरूर प्रगट गुरां दी देह आ साहिब श्री गुरु ग्रंथ साहिब जी महाराज ये कहना उसे बुढ़िया कीर्तन करने से जेरी मर्यादा अज तो चली आ रही आ इस बंदे नूं की हक आ कि उहते टिप्पणी करन दा उहदा कोई कारण होगा अपने पुरातन बजुर्गां ने जिहड़ा उहदा कारण बनाया उह कारण होगा ही ना जिहदे कारण ये मर्यादा बन्नी गई आ। सो अजकल जिहड़ा उठदा
ਜਾਂ ਤਾਂ ਉਹ ਕਹਿੰਦਾ ਪੰਜਾਬ ਵਿੱਚ ਬੀਬੀਆਂ ਨਹੀਂ ਲੱਗਣੀਆਂ, ਬੀਬੀਆਂ ਲੱਗਣੀਆਂ ਚਾਹੀਦੀਆਂ, ਜਾਂ ਮੈਨੂੰ ਕੀਰਤਨ ਬੁੜੀਆਂ ਬੀਬੀਆਂ ਨੂੰ ਕੀਰਤਨ ਉਸੇ ਕਰ ਦਿੰਦੇ, ਜਦਕਿ ਇਹਨਾਂ ਨੇ ਇਹਦੀ ਆਪਣੀ ਘਰਾਂ ਨੂੰ ਕੀਰਤਨ ਕਰਨਾ, ਉੱਥੇ ਜਾ ਕੇ ਭੈਣ ਨੇ ਕਰਨਾ, ਇਸ ਤਰ੍ਹਾਂ ਨਾ ਕਰਨਾ ਕਿਸੇ ਨੇ, ਤੇ ਬਿਲਕੁਲ ਪਖੰਡ ਕਰਦੇ ਲੋਕ ਸਿੱਖ ਕੌਮ ਨੂੰ ਭੰਬਲ ਭੂਸਾ ਪਾਉਣ ਵਾਸਤੇ ਇਹ ਲੋਕੀ ਇੱਦਾਂ ਗੱਲਾਂ ਕਰਦੇ ਆ, ਤਾਂ ਕਿ ਲੋਕਾਂ ਦੇ ਵਿੱਚ ਨਾ ਵਿਵਾਦ ਛੇੜ ਕੇ ਆਪਣੀ ਜਿਹੜੀ ਆ ਲੋਕਾਂ ਦੇ ਵਿੱਚ ਪਛਾਣ ਬਣਾ ਲੈਣ, ਕਿਉਂਕਿ ਕਹਿੰਦੇ ਨੇ ਹੁਣ ਨਾਮ ਬਣਨਾ ਚਾਹੀਦਾ ਭਾਵੇਂ ਬਦਨਾਮ ਹੋ ਕੇ ਬਣੀ, ਉਹ ਕੰਮ ਨਾ ਲੋਕੀ ਨਾ ਲੋਕਾਂ ਦਾ ਬਰਸਾਤੀ ਡੱਡੂ ਨੇ। ਠੀਕ ਹੈ ਜੀ, ਆਪਾਂ ਜਥੇਦਾਰ ਸਾਹਿਬ ਤੁਹਾਡੇ ਵਾਲਾ, ਕਿਉਂਕਿ ਬਰਗਾੜੀ ਮੋਰਚੇ ਦੇ ਨਾਲ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਵੀ ਪਿੰਡ ਵਾਲਿਆਂ ਦੇ ਜਾਂ ਕਿਸੇ ਪੰਥਕ ਜਥੇਬੰਦੀ ਦੇ ਕਹਿਣ 'ਤੇ ਤੁਸੀਂ ਇਹਨਾਂ ਨੂੰ ਸਟੇਜ 'ਤੇ ਬੁਲਾਇਆ, ਵੀ ਉਸ ਤੋਂ ਬਾਅਦ ਤੁਸੀਂ ਬੁਲਾਇਆ ਅਤੇ ਤੁਹਾਡੇ ਦੁਆਲੇ ਹੋ ਗਏ ਸੀਗੇ ਕਿ ਜੀ ਇਹ ਮਤਲਬ ਮੀਡੀਆ ਦੇ ਵਿੱਚ ਬੜਾ ਹੋਇਆ, ਲੇਕਿਨ ਤੁਸੀਂ ਉਸ ਵੇਲੇ ਵੀ ਠੋਕਵਾਂ ਜਵਾਬ ਦਿੱਤਾ ਸੀ ਇਹਨਾਂ ਨੂੰ, ਅਤੇ ਇਹੋ ਜਿਹੇ ਲੋਕਾਂ ਨੂੰ ਜਿੱਦਾਂ ਬਾਹਰ ਜਿਹੜੇ ਸਾਡੇ ਜਜ਼ਬਾਤੀ ਸਿੱਖ ਆ ਉਹ ਸਮਝਦੇ ਨੀਗੇ ਉਸ ਸਮੇਂ, ਉਹ ਸਮਝਦੇ ਵੀ ਜਿਹੜਾ ਜ਼ਿਆਦਾ ਬੋਲਦਾ ਜਿਹੜਾ ਪੰਜਾਬੀ ਦੀ ਗੱਲ ਕਰਦਾ ਵੀ ਇਹ ਖਰਿਆ ਸੱਚ ਹੀ ਬੋਲਦਾ ਆ। ਅਤੇ ਹੁਣ ਜਿਹੜਾ ਜਦੋਂ ਕਹਿੰਦੇ ਹੋਣੇ ਸਾਰਾ ਕੁਛ ਸਾਹਮਣੇ ਆਇਆ ਤਾਂ ਹੁਣ ਤੜਾ ਤੜ ਹਰ ਬੰਦਾ ਕਹਿ ਰਿਹਾ ਗਲਤ ਆ ਗਲਤ ਆ ਗਲਤ ਆ। ਦੇਖੋ ਭਾਈ ਰਘਵੀਰ ਸਿੰਘ ਜੀ, ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਚਾਹੇ ਸਾਡੇ ਚਲੋ ਕੋਈ ਕਲੀਨ ਸੇ ਵੀਰ ਆ ਜਿਹੜੇ ਸੇਵਾ ਕਰਦੇ ਆ, ਅਸੀਂ ਕਿਸੇ ਨੂੰ ਜਿਹੜਾ ਹੈਗਾ ਪਰੇ ਨਹੀਂ ਧੱਕਦੇ, ਸਭ ਨੂੰ ਕਲਾਵੇ ਚ ਲੈਂਦੇ ਹਾਂ ਕਿ ਹੌਲੀ ਹੌਲੀ ਚਲੋ ਅੱਜ ਕੋਈ ਪਤਲ ਤਾਂ ਕੱਲ ਨੂੰ ਸ਼ਬਦ ਸੂਰ ਦਊਗਾ, ਪਰਸੋਂ ਨੂੰ ਅੰਮ੍ਰਿਤ ਛਕੂਗਾ। ਉਹ ਭੁੰਡਾ ਭੁੱਟ ਗਿਆ ਸਾਡੇ ਤੋਂ ਪਾਸੇ ਗਿਆ ਤੇ ਉਹਨੂੰ ਪੰਥ ਵਿੱਚ ਸ਼ਾਮਿਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਆ। ਕਿਸੇ ਨੂੰ ਬਹੁਤ ਸਾਰੇ ਸਿੱਖ ਆ ਜਿਹਨਾਂ ਦੇ ਮਨ ਚ ਬੜੀ ਭਾਵਨਾ ਸ਼ਰਧਾ ਸਿੱਖੀ ਪ੍ਰਤੀ, ਬੜੇ ਸੰਘਰਸ਼ ਦੇ ਵਿੱਚ ਵੀ ਸੇਵਾਵਾਂ ਨਿਭਾਈਆਂ, ਅੱਜ ਵੀ ਨਿਭਾ ਰਹੇ ਆ। ਚਾਹੇ ਸਰਸੇ ਵਾਲੇ ਦੇ ਖਿਲਾਫ਼ ਸੀ ਜਦੋਂ ਲੜਦੇ ਸੀ, ਤੇ ਕਈ ਵਾਰੀ ਸਾਡੇ ਕੁਲੀਨ ਸਿੰਘ ਵੀਰ ਸਾਡੇ ਨੂੰ ਵੀ ਅੱਗੇ ਹੋ ਕੇ ਸੇਵਾ ਕਰਦੇ ਸੀ ਸਾਡੇ ਨਾਲ, ਤੇ ਅੱਜ ਵੀ ਮੈਂ ਦੇਖਦਾ। ਇਸ ਕਰਕੇ ਅਸੀਂ ਸਭ ਦਾ ਸਨਮਾਨ ਕਰਦੇ ਹਾਂ ਇਸ ਗੱਲ ਤੋਂ ਵੀ ਚਲੋ ਅੱਜ ਨੀ ਕੱਲ ਰੰਗ ਲਾਗਤ 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 ਹੈ, ਹੌਲੀ ਹੌਲੀ ਸ਼ਬਦ ਸੂਰਤ ਹੋਣਗੇ ਫਿਰ ਅੰਮ੍ਰਿਤ ਛੱਕ ਗੁਰੂ ਵਾਲੇ ਵੀ ਬਣਨਗੇ। ਵੈਸੇ ਸਿੱਖੀ ਚ ਦਾਖਲਾ ਜਿਵੇਂ ਭਾਈ ਡੱਲੇਵਾਲ ਸਾਹਿਬ ਨੇ ਕਿਹਾ ਕਿ ਮਰਿਆਦਾ ਦੇ ਬਚਨ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹੁੰਚ ਛਕੇ। ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਇਹ ਬੰਦੇ ਜਿਹੜੇ ਆ ਨਾ ਸਿਰਫ ਇਹ ਸੁਰਖੀਆਂ ਬਟੋਰਨਾ ਚਾਹੁੰਦੇ ਆ, ਪਬਲਿਸਿਟੀ ਚਾਹੁੰਦੇ, TRP ਚਾਹੁੰਦੇ ਇਹੋ ਜਿਹੇ ਬੰਦੇ। ਇਹ ਜਿਹੜਾ ਲੱਖਾ ਸਧਾਣਾ ਹੋਇਆ, ਇੱਦਾਂ ਦੇ ਹੋਰ ਵੀ ਕਈ ਬੰਦੇ ਆ, ਇਹ ਅਸਲ ਕੋਈ ਨਾ ਪੰਥਕ ਜਥੇਬੰਦੀ ਨਾ ਕੋਈ ਪੰਥ ਦਾ ਮਸਲਾ, ਇਹ ਤੋਰੀ ਫੁਲਕਾ ਮਹਿਕਮਾ ਸਿੱਧੇ ਲਫ਼ਜ਼ ਦੇ ਵਰਤੇ ਜਾਣ, ਆਪਣੀਆਂ ਦੁਕਾਨਾਂ ਚਲਾਉਂਦੇ ਆ, ਇਹ ਤੋਰੀ ਫੁਲਕਾ ਮਹਿਕਮਾ ਵਾ। ਹੁਣ ਪੰਜਾਬੀ ਬੋਲੀ ਦੇ ਨਾਂ ਤੇ ਇਹਨੇ ਤੋਰੀ ਫੁਲਕਾ ਚਲਾਇਆ, ਬਾਹਰੋਂ ਵਿਦੇਸ਼ਾਂ ਤੋਂ ਵੀ ਇਹਨੂੰ ਪੌਣ ਕੇ ਡਾਲਰ ਜਿਹੜੇ ਆ ਜਾਂਦੇ ਰਹੇ ਆ। ਸਾਡੀ ਸਿੱਖ ਜਥੇਬੰਦੀਆਂ ਵੀ ਸਪੋਰਟ ਕਰਦੀਆਂ ਰਹੀਆਂ ਵੀ ਲੋ ਇੱਕ ਕਲੀਨ ਸੇ ਨੌਜਵਾਨ ਮੁੰਡਾ ਮੂਹਰੇ ਹੋਇਆ, ਤੇ ਆਪਾਂ ਮੈਂ ਇਹਨੂੰ ਤਾਂ ਨੀ ਸੀ ਟਾਈਮ ਦਿੰਦਾ ਉੱਥੇ ਬਰਗਾੜੀ ਦੀ ਸਟੇਜ ਤੇ, ਕਿਉਂਕਿ ਮੈਨੂੰ ਇਹਦੇ ਬਾਰੇ ਪਤਾ ਸੀ ਜਿਸ ਤਰ੍ਹਾਂ ਦੇ ਇਹਦੇ ਹਾਲਾਤ ਆ, ਜਿਹੋ ਜਿਹਾ ਇਹਨਾਂ ਨੇ ਕੱਲ ਨੂੰ ਕਰਨਾ ਹੁੰਦਾ, ਇਸ ਕਾਰਨ ਕਰਕੇ ਉੱਥੇ ਟਾਈਮ ਨਹੀਂ। ਤੇ ਜਿਹੜਾ ਬਰਗਾੜੀ ਬਾਰੇ ਬੋਲਿਆ ਸੀਗਾ ਮੋਰਚੇ ਬਾਰੇ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਮੋਰਚਾ ਸੀ ਕਿ ਇਨਸਾਫ ਵਾਸਤੇ ਲੜਾਈ ਲੜੀ ਜਾ ਰਹੀ ਸੀ, ਤਰੀਕੇ ਦੇ ਨਾਲ ਕਿਸੇ ਤੋਂ ਸੁਣੀ ਸੁਣਾਈਆਂ ਗੱਲਾਂ ਨਾਲ ਜਿਵੇਂ ਬੋਲਣ ਲੱਗਿਆ ਸੀ, ਤੇ ਇਹਨੂੰ ਮੈਂ ਲਾਈਵ TV ਚੈਨਲ ਦੇ ਉੱਤੇ ਜਿਸ ਤਰ੍ਹਾਂ ਜਵਾਬ ਦਿੱਤੇ ਸੀ, ਮੁੜ ਕੇ ਇਹਨੂੰ ਜਵਾਬ ਨਹੀਂ ਸੀ ਆਇਆ, ਤੁਹਾਨੂੰ ਪਤਾ ਇਸ ਗੱਲ ਦਾ, ਉਹ ਡੇਲੀ ਪੋਸਟ ਤੇ ਅੱਜ ਵੀ ਸੁਣਿਆ ਜਾ ਸਕਦਾ। ਹਾਂਜੀ ਹਾਂਜੀ, ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਦੇਖੋ ਜਿਹੜਾ ਲੱਖਾ ਸਧਾਣਾ ਇਹ ਬੰਦਾ ਹੁਣ ਜਿਹਨੂੰ ਜਿਹੜਾ ਗੁਰੂ ਸਾਹਿਬ ਦੀ ਸਿੱਖੀ ਤੋਂ ਵੀ ਮੁਨਕਰ ਆ, ਜਿਵੇਂ ਬਾਕੀ ਪੈਨਲ ਤੇ ਬੈਠੇ ਵੀਰਾਂ ਨੇ ਦੱਸਿਆ ਕਿ ਜਿਹਨੂੰ ਸਵੇਰੇ ਉੱਠ ਕੇ ਕੈਂਚੀ ਦੀ ਲੋੜ ਆ, ਗੁਰੂ ਸਾਹਿਬ ਦੀ ਮੋਹਰ ਕੇਸ ਗੁਰੂ ਕੀ ਮੋਹਰ ਆ, ਮੋਹਰ ਕਤਲ ਕਰਨ ਵਾਸਤੇ ਜਿਹਨੂੰ ਸਵੇਰੇ ਦਾੜੀ ਕੱਟਣ ਤੇ ਕੇਸ ਕੱਟਣ ਲਈ ਕੈਂਚੀ ਚਾਹੀਦੀ ਆ, ਉਹ ਬੰਦਾ ਹੁਣ ਮਰਿਆਦਾ ਦਾ ਪਾਠ ਪੜਾਊਗਾ। ਫਿਰ ਅਗਲੀ ਗੱਲ ਮੈਂ ਹੋਰ ਕਹਿਣਾ ਕਿ ਦੇਖੋ ਜਿਹੜਾ ਬੰਦਾ ਖੁਦ ਬ੍ਰਾਂਡਡ ਕੱਪੜੇ ਭਾਲਦਾ ਵੀ ਉਹਨੂੰ ਟੀ ਸ਼ਰਟ ਬ੍ਰਾਂਡਡ ਚਾਹੀਦੀ, ਉਹਨੂੰ ਪੈਂਟ ਬ੍ਰਾਂਡਡ ਚਾਹੀਦੀ, ਬੂਟ ਬ੍ਰਾਂਡਡ ਚਾਹੀਦੇ ਆ, ਉਹਨੂੰ ਫਾਰਚੂਨਰ ਗੱਡੀ ਚਾਹੀਦੀ ਆ, ਤੇ ਉਹ ਬੰਦਾ ਗਰੀਬਾਂ ਦੀ ਗੱਲ ਕਿੱਥੋਂ ਕਰ ਰਿਹਾ ਕਿ ਗੁਰੂ ਸਾਹਿਬ ਨੂੰ ਇੱਕ ਰੁਮਾਲਾ ਦੇ ਦਿਓ ਤੇ ਬਾਕੀ ਜਿਹੜਾ ਗਰੀਬਾਂ ਚ, ਮੈਨੂੰ ਇਹ ਦੱਸੇ ਲੱਖਾ ਸਧਾਣਾ ਇਹਨੇ ਕਿੰਨੇ ਕੁ ਗਰੀਬ ਪਰਿਵਾਰਾਂ ਦੀ ਮਦਦ ਕੀਤੀ, ਕਿੰਨੇ ਕੁ ਗਰੀਬਾਂ ਦੀ ਬਾਂਹ ਫੜੀ ਇਹਨੇ, ਤੇ ਆਪਣੇ ਸਾਥੀ ਮਰਵਾ ਤੇ, ਸਧਾਣੇ ਪਿੰਡ ਦੇ 3 ਮੁੰਡੇ ਮਰਵਾ ਤੇ ਇਹਨੇ, 2-3 ਮੁੰਡੇ ਸਧਾਣੇ ਪਿੰਡ ਦੇ, ਮਹਾਰਾਜ ਪਿੰਡ ਦਾ, ਤੇ ਇਹਦੇ ਕੰਮ ਕੀ ਆ, ਫਰੋਤੀਆਂ ਇਕੱਠੀਆਂ ਕਰਦਾ ਰਿਹਾ ਆਪਣਾ ਝਗੜਿਆਂ ਦੇ ਵਿੱਚ ਕਬਜ਼ਿਆਂ ਦੇ ਉੱਤੋਂ, ਤੇ ਅੱਜ ਵੀ ਪਹਿਲਾਂ ਇਹ ਸਿਕੰਦਰ ਸਿੰਘ ਮਲੂਕੇ ਦੇ ਨਾਂ ਦੇ ਉੱਤੇ ਕਰਦਾ ਸੀਗਾ ਉਹਦੇ ਥਾਪੜੇ ਨਾ, ਉਦੋਂ ਬਾਅਦ ਮਨਪ੍ਰੀਤ ਬਾਦਲ ਜਿਹੜਾ ਇਸ ਵੇਲੇ ਵਿੱਤ ਮਿਨਿਸਟਰ ਆ ਪੰਜਾਬ ਸਰਕਾਰ ਦਾ, ਉਹਦੀ ਪਾਰਟੀ ਚ ਸੀਗਾ, ਇਹਨੇ ਇਲੈਕਸ਼ਨ ਵੀ ਲੜੀ ਆ ਰਾਮਪੁਰੇ ਫੂਲ ਤੋਂ MLA ਦੀ। ਅੱਛਾ ਜੀ। ਔਰ ਉਹਦੀ ਪਾਰਟੀ ਤੋਂ ਉਹ ਕਾਂਗਰਸ ਚ ਚਲੇ ਗਿਆ, ਅੱਜ ਵੀ ਉਹਦਾ ਥਾਪੜਾ ਉਹਦੇ ਕਹੇ ਤੇ, ਜਿੱਦਾਂ ਲੀਡਰਾਂ ਨੇ ਗੁੰਡਾ ਗਰੋਹ ਰੱਖੇ ਹੁੰਦੇ ਆ, ਗੈਂਗਸਟਰ ਰੱਖੇ ਹੁੰਦੇ ਆ ਮਾੜੇ ਚੰਗੇ ਕੰਮ ਕਰਨ ਲਈ, ਅੱਜ ਵੀ ਲੱਖਾ ਸਧਾਣਾ ਮਨਪ੍ਰੀਤ ਬਾਦਲ ਦੇ ਕਹਿਣ ਤੇ ਮਾੜੇ ਚੰਗੇ ਕੰਮ ਕਰਦਾ ਵਾ।
ਠੀਕ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਬੰਦਾ ਦੇਖੋ ਰਹਿਤ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ, ਸਤਿਗੁਰ ਦੀ ਬਾਣੀ, ਕਿ ਸਾਬਤ ਸੂਰਤ ਦਸਤਾਰ ਸਿਰਾ। ਹਾਂਜੀ, ਸਤਿਗੁਰ ਸਾਬਤ ਸੂਰਤ ਦਸਤਾਰ ਦੀ ਗੱਲ ਕਰ ਰਹੇ ਆ, ਪਰਮਾਤਮਾ ਦਾ ਸਰੂਪ ਚਿਤਰਿਆ ਬਾਣੀ ਚ ਤੇ ਆਖਿਆ ਸੋਹਣਾ ਨੱਕ ਜਿਨ ਲੰਬੜੇ ਵਾਲਾ। ਹਾਂਜੀ, ਜੇ ਰਹਿਤਨਾਮੇ ਪੜ੍ਹੀਏ ਤੇ ਸਤਿਗੁਰ ਕਹਿੰਦੇ ਰਹਿਤਨਾਮਿਆਂ ਚ ਗੁਰੂ ਦੇ ਪਿਆਰਿਆਂ ਨੇ ਕਿਹਾ ਕਿ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ। ਠੀਕ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ ਏ। ਮੈਂ ਨੀ ਕਹਿੰਦਾ, ਰਹਿਤਨਾਮੇ ਕਹਿ ਰਹੇ ਆ, ਕਾਫਰ ਆਖਿਆ, ਕੁੱਤਾ ਆਖਿਆ, ਸ਼ੈਤਾਨ ਆਖਿਆ। ਦੇਖੋ ਇੱਕ ਗੱਲ ਹੋਰ ਆ, ਇਹ ਖੁਦ ਕੈਂਚੀ ਨਾ ਕੱਟਦਾ ਹੋਊ, ਪਰ ਜਿੱਦਾਂ ਦਾ ਇਹਨੇ ਸਟਾਈਲ ਰੱਖਿਆ, ਇਹ ਕਿਸੇ ਮਹਿੰਗੇ ਸਲੂਨ ਵਿੱਚ ਜਾ ਕੇ 1000-1500 ਰੁਪਇਆ ਦਿੰਦਾ ਹੋਊ ਮੂੰਹ ਸਿਰ ਬਣਾਉਣ ਦਾ। ਠੀਕ ਹੈ, ਉਹ 1000-1500 ਰੁਪਇਆ ਜਿਹੜਾ ਉਹ ਕਿਸੇ ਗਰੀਬ ਦਾ ਗਰੀਬ ਦੇ ਮੂੰਹ ਚ ਰੋਟੀ ਪਾਵੇ, ਉਹ 1000-1500 ਜਿਹੜਾ ਸਲੂਨ ਤੇ ਖਰਾਬ ਕਰਦਾ। ਸਾਬਤ ਸੂਰ ਧੋ ਕੇ ਸਿਰ ਤੇ ਦਸਤਾਰ ਬੰਨੇ, ਅੰਮ੍ਰਿਤ ਛਕ ਗੁਰੂ ਵਾਲਾ ਬਣੇ। ਜੇ ਗੁਰੂ ਦੀ ਸਿੱਖੀ ਦੇ ਕੋਈ ਗੱਲ ਕਰਨੀ ਆ ਦਰਬਾਰ, ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ, ਦੇਖੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਬਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੰਦੂ ਸੁਖ ਵਧਾ ਦੇ ਤਾਂ ਤੂੰ ਸੋਹਿਆ। ਸਾਡੇ ਗੁਰੂ ਦੇ ਸਿੱਖ ਤੇ ਤਨ ਮਨ ਧਨ, ਅਸੀਂ ਤਾਂ ਸਾਰਾ ਕੁਛ ਸਮਰਪਿਤ ਆਪਣੇ ਗੁਰੂ ਦੇ ਦਰਬਾਰ ਨੂੰ ਕਰਦੇ। ਸਿੱਖਾਂ ਨੇ ਸਿਰ ਦਿੱਤੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿਹੜੀ ਆ, ਚੱਪਾ ਚੱਪਾ ਸ਼ਹੀਦਾਂ ਦੇ ਸਿਰਾਂ ਦੇ ਉਹਦੇ ਇਤਿਹਾਸ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਕੋਈ ਮਹਿੰਗੀ ਵਸਤੂ ਆਉਂਦੀ ਤੇ ਉਹ ਦਰਬਾਰ ਸਾਹਿਬ ਭੇਟ ਕਰਦੇ। ਗੁਰੂ ਸਾਹਿਬ ਦੇ ਤੋਸੇ ਖਾਨੇ ਚ ਦਰਬਾਰ ਸਾਹਿਬ ਜਿਹੜੇ 84 ਅਟੈਕ ਵੇਲੇ ਕੁੱਝ ਨਸ਼ਟ ਹੋ ਗਿਆ ਤੇ ਕੁੱਝ ਅੱਜ ਵੀ ਸੰਭਾਲੇ ਹੋਏ ਆ। ਬੇਸਕੀਮਤੀ ਚੀਜ਼ਾਂ ਨੇ ਦਰਬਾਰ ਸਾਹਿਬ ਗੁਰਸਿੱਖਾਂ ਨੇ ਭੇਟ ਕੀਤੀਆਂ ਤੇ ਗੈਰ ਸਿੱਖਾਂ ਨੇ ਵੀ ਭੇਟ ਕੀਤੀਆਂ। ਦਰਬਾਰ ਸਾਹਿਬ ਜਿਹੜੀਆਂ ਗੁਰੂ ਸਾਹਿਬ ਦੇ ਜਲੌ ਵੇਲੇ ਵਰਤੀਆਂ ਜਾਂਦੀਆਂ, ਜਦੋਂ ਦਰਬਾਰ ਸਾਹਿਬ ਕੋਈ ਗੁਰਪੁਰਬ ਹੁੰਦਾ ਨਾ, ਉਦਣ ਪੂਰਾ ਜਲੌ ਲਾਉਂਦੇ ਆ। ਠੀਕ ਹੈ ਜੀ, ਇਹ ਮੂਰਤੀ ਜਿਹੜਾ ਚੰਦੋਆ, ਮੈਂ 1-2 ਮਿੰਟ ਗੱਲ ਕਰਨੀ ਚਾਹੁੰਦਾ, ਜਿਹੜੇ ਚੰਦੋਆ ਸਾਹਿਬ ਲੱਗੇ ਉਹਨਾਂ ਦੇ ਉੱਤੇ ਨੀਲਮ ਲਟਕਦੇ, ਮੋਤੀ ਲਟਕਦੇ, ਹੀਰੇ ਲਟਕਦੇ ਆ। ਗੁਰੂ ਸਾਹਿਬ ਦੇ ਦਰਬਾਰ ਦੀ ਸੋਭਾ ਜਿਹੜੀ ਅਗਮ ਪਾਰ ਆ ਸਤਿਗੁਰ ਦੀ ਸੋਭਾ ਤੇ, ਪਰ ਲੱਖੇ ਸਧਾਣੇ ਅਰਗਾ ਕਹਿੰਦਾ ਵੀ ਉਹ ਰੁਮਾਲੇ ਵੀ ਮੈਂ ਇੱਕ ਬੇਨਤੀ ਕਰਾਂ ਸ਼ਰਧਾਲੂਆਂ ਵੱਲੋਂ, ਏਡੀ ਲੰਬੀ ਲਾਈਨ ਆ ਨਾ ਦਰਬਾਰ ਸਾਹਿਬ ਰੁਮਾਲਾ ਸਾਹਿਬ ਭੇਟ ਕਰਨ ਦੀ, ਜਿਹੜਾ ਗੁਰੂ ਸਾਹਿਬ ਤੇ ਰੁਮਾਲਾ ਵਰਤਿਆ ਜਾਂਦਾ ਰੋਜ਼ਾਨਾ, ਜਿਹੜਾ ਭੇਟ ਕੀਤਾ ਜਾਂਦਾ ਉਹ ਦੂਸਰੇ ਦਿਨ ਨੀ ਭੇਟ ਕੀਤਾ ਜਾਂਦਾ ਦਰਬਾਰ ਸਾਹਿਬ। ਠੀਕ ਹੈ ਜੀ, ਉਹ ਜਿਹੜਾ ਰੁਮਾਲਾ ਸਾਹਿਬ ਆ ਉਹਦੀ ਕੀਮਤ ਵੀ 3 ਲੱਖ, 3.5 ਲੱਖ, 4 ਲੱਖ, 4.5 ਲੱਖ, 5 ਲੱਖ ਤੱਕ ਕੀਮਤ ਉਹ ਰੁਮਾਲਾ ਸਾਹਿਬ ਦੀ ਹੁੰਦੀ ਹੈ, ਜਿਹੜੇ ਰੁਮਾਲਾ ਸਾਹਿਬ ਦਰਬਾਰ ਸਾਹਿਬ ਦਿੱਤੇ ਜਾਂਦੇ ਆ। ਠੀਕ ਹੈ, ਸ਼ਰਧਾਲੂਆਂ ਦੇ ਵੱਲੋਂ ਹੀ ਹੁੰਦੇ ਆ। ਜਿਹੜਾ ਜਿਹੜਾ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਉਹ ਵੀ ਜਿਹੜਾ ਦੁੱਧ ਆ ਇੱਕ ਬੜਾ ਵਧੀਆ ਜਿਹੜਾ ਸਫਾਈ ਦੇ ਵਾਸਤੇ ਜਿਹੜਾ ਵਰਤਿਆ ਜਾਂਦਾ, ਕਿਉਂਕਿ ਪੱਥਰ ਦੀ ਚਮਕ ਬਣੀ ਰਹਿੰਦੀ ਆ, ਜਿਹੜੇ ਜਰਾਸੀਮ ਉਹ ਨਸ਼ਟ ਹੁੰਦੇ ਆ ਜਦੋਂ ਆਪਾਂ ਦੁੱਧ ਦੀ ਕੱਚੀ ਲੱਸੀ ਬਣਾ ਕੇ ਪੱਥਰ ਨੂੰ ਸਾਫ਼ ਕਰਦੇ ਹਾਂ। ਜੇ ਉੱਥੇ ਸਭ ਕੈਮੀਕਲ ਸਾਬਣ ਵਗੈਰਾ ਵਰਤੋਂ ਕਰੀਏ ਤੇ ਉਹ ਦਰਬਾਰ ਦੇ ਜਿਹੜੇ ਪੱਥਰ ਉਹਨਾਂ ਦੀ ਚਮਕ ਵੀ ਜਿਹੜੀ ਆ ਉਹ ਖਤਮ ਹੁੰਦੀ ਆ। ਇਸ ਕਾਰਨ ਕਰਕੇ ਉਹ ਵੀ ਸ਼ਰਧਾਲੂਆਂ ਦੇ ਵੱਲੋਂ ਜਿਹੜਾ ਭੇਟ ਕੀਤਾ ਜਾਂਦਾ, ਜੇ 2-4 ਕਿਲੋ ਦੁੱਧ ਦੇ ਨਾਲ ਉਹਦੀ ਸੇਵਾ ਹੋ ਜਾਂਦੀ ਉੱਥੇ, ਤੇ ਲੱਖੇ ਧਿਆਣੇ ਦਾ ਕੀ ਢਿੱਡ ਦੁਖਦਾ ਜਿਹਨੂੰ ਆਪਦੇ ਪਾਉਣ ਵਾਸਤੇ ਬ੍ਰਾਂਡਡ ਸੂਟ ਚਾਹੀਦੇ, ਬ੍ਰਾਂਡਡ ਬੂਟ ਚਾਹੀਦੇ ਆ, ਜਿਹਨੂੰ ਆਪਦੇ ਸਿਰ ਮੂੰਹ ਬਣਾਉਣ ਵਾਸਤੇ ਤਾਂ ਸਲੂਨ ਚਾਹੀਦਾ ਮਹਿੰਗਾ, ਤੇ ਉੱਥੇ ਪੈਸੇ ਖਰਚ ਕਰਦਾ ਉਹ ਦਰਬਾਰ ਸਾਹਿਬ। ਰਹੀ ਗੱਲ ਬੀਬੀਆਂ ਦੇ ਕੀਰਤਨ ਕਰਨ ਦੀ, ਦੇਖੋ ਜਿਹੜੀਆਂ ਸਾਡੀਆਂ ਮਰਿਆਦਾ ਪਰੰਪਰਾਵਾਂ ਚੱਲੀਆਂ ਆਉਂਦੀਆਂ ਨੇ, ਬਣੀਆਂ ਹੋਈਆਂ ਨੇ, ਲੱਖੇ ਸਧਾਣੇ ਵਰਗੇ ਬੰਦੇ ਨੂੰ ਉਹਦੇ ਤੇ ਟੀਕਾ ਟਿੱਪਣੀ ਕਰਨ ਦਾ ਕਿਹਨੇ ਹੱਕ ਦਿੱਤਾ? ਉਹ ਸਿੱਖਾਂ ਦਾ ਅੰਦਰੂਨੀ ਮਸਲਾ, ਜਦੋਂ ਮਰਜ਼ੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਉਹਦੀ ਵਿਚਾਰ ਹੋ ਸਕਦੀ ਆ ਕਿ ਕੌਣ ਕੀਰਤਨ ਕਰ ਸਕਦਾ ਕੌਣ ਨਹੀਂ ਕਰ ਸਕਦਾ। ਇਹ ਜਿਹੜੀਆਂ ਮਰਿਆਦਾਵਾਂ ਨੇ ਪਰੰਪਰਾਵਾਂ ਨੇ, ਕੀ ਹੁਣ ਲੱਖਾਂ ਸਧਾਣਾ ਸਕਾਲਰ ਆ, ਸਿੱਖ ਸਕਾਲਰ ਆ, ਵੀ ਉਹ ਇਹਦੇ ਵਿੱਚ ਜਿਹੜਾ ਦੱਸੂਗਾ ਵੀ ਇਹ ਦਰਬਾਰ ਸਾਹਿਬ ਦੀ ਮਰਿਆਦਾ ਕਿਵੇਂ ਕਰਨੀ ਆ ਤੇ ਕਿਵੇਂ ਨਹੀਂ ਕਰਨੀ। ਜੇ ਇਹੀ ਗੱਲ ਏਸੀ ਲਾਉਣ ਦੀ, ਜਿਹੜੇ ਏਅਰ ਕੰਡੀਸ਼ਨ ਆ ਜਾਂ ਹੀਟਰ ਦੀ ਵਰਤੋਂ, ਇਹ ਸਮੇਂ ਅਨੁਸਾਰ ਮੌਸਮ ਦੇ ਹਿਸਾਬ ਨਾਲ ਸਰਦੀਆਂ ਗਰਮੀਆਂ ਚ ਕੀਤੀ ਜਾਂਦੀ ਹੈ ਗੁਰੂ ਦੇ ਦਰਬਾਰਾਂ ਚ। ਠੀਕ ਹੈ, ਲੱਖੇ ਸਧਾਣੇ ਨੂੰ ਤੇ ਏਅਰ ਕੰਡੀਸ਼ਨ ਚਾਹੀਦਾ, ਹੀਟਰ ਚਾਹੀਦਾ, ਤੇ ਜਿਹੜੇ ਜੁਗੋ ਜੁਗ ਟਲ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ, ਜੇ ਅਸੀਂ ਸ਼ਰਧਾ ਵਸ ਭਾਵਨਾ, ਕਿਉਂਕਿ ਗੁਰੂ ਨੂੰ ਤਾਂ ਨਾ ਸਰਦੀ ਆ ਨਾ ਗਰਮੀ ਆ, ਠੀਕ ਹੈ, ਗੁਰੂ ਦਾ ਸਰਦੀ ਗਰਮੀ ਤੋਂ ਉੱਪਰ, ਪਰ ਅਸੀਂ ਜੇ ਸ਼ਰਧਾ ਵਸ ਪ੍ਰੇਮ ਵਸ ਅਸੀਂ ਗੁਰੂ ਸਾਹਿਬ ਦੇ ਸਰੂਪ ਦੇ ਦਰਬਾਰ ਦੇ ਵਿੱਚ ਏਸੀ ਜਾਂ ਹੀਟਰ ਦੀ ਵਰਤੋਂ ਕਰਦੇ, ਤੇ ਲੱਖੇ ਸਧਾਣੇ ਦਾ ਕੀ ਢਿੱਡ ਦੁਖਦਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹਦੇ ਵਿੱਚ ਕਿ ਦੇਖੋ ਇਹ ਆਪਣੇ ਬੰਦਿਆਂ ਦੇ ਹੀ ਭੂਏ ਚੜਾ ਇਹੋ ਜਿਹਾ ਤੋਰੀ ਫੁਲਕਾ ਮਹਿਕਮਾ ਵਾ, ਨਾ ਇਹਨਾਂ ਨੂੰ ਜਿਹੜਾ ਹੈਗਾ ਵਾ ਕੋਈ ਮਰਿਆਦਾ ਦਾ ਪਤਾ, ਨਾ ਸਿੱਖੀ ਸਿਧਾਂਤ ਦਾ ਪਤਾ ਵਾ। ਸਾਡੀਆਂ ਕੁੱਝ ਸਿੱਖ ਜਥੇਬੰਦੀਆਂ ਇਹੋ ਜਿਹੇ ਬੰਦਿਆਂ ਨੂੰ ਭੂਏ ਚੜਾ ਲੈਂਦੀਆਂ, ਤੇ ਮੁੜ ਕੇ ਜਦੋਂ ਇਹਨਾਂ ਦਾ ਸੱਚਾਈ ਸੱਚ ਸਾਹਮਣੇ, ਇਹਨਾਂ ਦੀ ਮਾਨਸਿਕਤਾ ਸਾਹਮਣੇ ਆਉਂਦੀ ਆ, ਤੇ ਫਿਰ ਸਾਨੂੰ ਜਿਹੜਾ ਹੈਗਾ ਚਿੰਤਾ ਵੱਧਦੀ ਆ।
ਸੋ ਮੈਂ ਇੱਕ ਗੱਲ ਇਹ ਦਿੱਤੀ ਕਿ ਇਹ ਕਹਿਣੀ ਚਾਹੁੰਦਾ ਕਿ ਦੇਖੋ ਇਹਨੇ ਜੋ ਕਿਹਾ ਸਰਾਸਰ ਗਲਤ ਆ, ਇਹਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦੇ ਆ, ਔਰ ਜਿਸ ਤਰ੍ਹਾਂ ਦੇ ਹਾਲਾਤ ਮੈਂ ਸਮਝਦਾ ਉਹਨੂੰ ਇਸ ਗੱਲ ਦੀ ਮੁਆਫ਼ੀ ਵੀ ਮੰਗਣੀ ਪਊ, ਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੁਆਫ਼ੀ ਮੰਗਣ ਤੇ ਵੀ ਮਾਫ਼ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਆ ਜਿਵੇਂ ਢੱਡਰੀਆਂ ਵਾਲੇ ਨੇ ਪਹਿਲਾਂ ਇਹ ਗੱਲਾਂ ਕੀਤੀਆਂ, ਹੁਣ ਇਹ ਕਰ ਰਹੇ, ਇਹ ਸਿੱਖੀਆਂ ਸਿਖਾਈਆਂ, ਇਹ ਪਬਲਿਸਿਟੀ ਭਾਲਦੇ ਇਹੋ ਜਿਹੀਆਂ ਗੱਲਾਂ ਤੇ। ਮੈਂ ਸਮਝਦਾ ਇਹਨਾਂ ਨੂੰ ਸਾਡਾ ਸਿੱਖ ਇਤਿਹਾਸ ਜਾਂ ਸਾਡੇ ਸਿੱਖ ਸਥਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਦਰਬਾਰ ਸਾਹਿਬ ਸਾਡੀਆਂ ਮਰਿਆਦਾਵਾਂ ਹੀ ਰਹਿ ਗਈਆਂ ਪਬਲਿਸਿਟੀ ਕਰਨ ਵਾਸਤੇ ਇਹੋ ਜਿਹੇ ਬੰਦਿਆਂ ਨੂੰ। ਇਹਨਾਂ ਦਾ ਜਿਹੜਾ ਅੱਜ ਸਾਹਮਣੇ ਆ ਗਿਆ, ਸਾਨੂੰ ਸਾਰਿਆਂ ਨੂੰ ਪਛਾਣਨਾ ਚਾਹੀਦਾ, ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ। ਬਹੁਤ ਬਹੁਤ ਧੰਨਵਾਦ ਜੀ। ਆਪਾਂ ਇੱਕ ਕਾਲ, ਕਪਤਾਨ ਸਿੰਘ ਹੋਣੀ ਬਹੁਤ ਚਿਰਾਂ ਦੇ ਹੋਲਡ ਤੇ ਆ, ਮੈਂ ਖੰਡੇਵਾਲਾ ਸਾਹਿਬ ਉਹਨਾਂ ਵੱਲ ਬਾਅਦ ਚ ਜਾਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਰਘਵੀਰ ਸਿੰਘ ਜੀ, ਆਪ ਜੀ ਨੂੰ ਤੇ ਆਪ ਦੇ ਜਿਹੜੇ ਗੈਸਟ ਪ੍ਰੋਗਰਾਮ ਦੇ ਵਿੱਚ ਬੈਠੇ ਨੇ ਤੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਸਰੋਤੇ ਸੁਣ ਰਹੇ ਆ ਵਾਜੇ ਕੌਮ ਟੀਵੀ ਰਾਹੀਂ, ਸਾਰਿਆਂ ਨੂੰ ਦਾਸ ਕਪਤਾਨ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪ ਜੀ ਦਾ, ਆਪ ਜੀ ਬਹੁਤ ਵਧੀਆ ਅੱਜ ਵਿਸ਼ਾ ਟੋਪਿਕ ਜਿਹੜਾ ਲੈ ਕੇ ਆਏ ਹੋ। ਬਾਕੀ ਇਹ ਬੇਨਤੀ ਆ ਵੀ ਇਹ ਲੋਕ ਕੱਲ ਤੱਕ 2-4 ਹਜ਼ਾਰ ਰੁਪਏ ਫਰੋਦੀਆਂ ਲੈ ਕੇ ਤੇ ਗੈਂਗਸਟਰੀਆਂ ਕਰਦੇ ਸੀ, ਪੁੱਠੇ ਸਿੱਧੇ ਕੰਮ ਕਰਦੇ ਸੀ ਤੇ ਮੁੜ ਕੇ ਪਬਲਿਕ ਸਿਟੀ ਵਾਸਤੇ ਇਸ ਬੰਦੇ ਨੂੰ ਆਏ ਆ। ਸਿੱਖ ਕੌਮ ਦੀ ਮਾਣ ਮਰਿਆਦਾ ਵਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਸਿੱਖ ਆਪਣੇ ਸੀਸ ਭੇਟ ਕਰ ਸਕਦਾ। ਬਾਕੀ ਇਹ ਗੱਲਾਂ ਲੋਕਾਂ ਦੇ ਮੂੰਹ ਚ ਪਾਉਣ ਵਾਲੀਆਂ ਵੀ ਦੁੱਧ ਕਿਸੇ ਦੇ ਮੂੰਹ ਚ ਪਾ ਦੇ, ਗੱਲਾਂ ਤਾਂ ਕਹੀਆਂ ਜਾਣ ਵੀ ਜੇ ਕੋਈ ਗੁਰਦੁਆਰੇ ਹੋ ਦੁੱਧ ਤੋਂ ਬਿਨਾਂ ਜਾਂ ਪ੍ਰਸ਼ਾਦੇ ਤੋਂ ਬਿਨਾਂ ਜਾਂ ਚਾਹ ਪਾਣੀ ਤੋਂ ਬਿਨਾਂ ਭੁੱਖਾ ਜਾਂਦਾ ਹੋਵੇ। ਠੀਕ ਆ, ਦੁਨੀਆ ਅੱਜ ਵੀ ਦਿੱਲੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਵੱਡੀ ਗਿਣਤੀ ਚ ਲੰਗਰ ਬਣਾ ਕੇ ਜਿਹੜੇ ਬਾਹਰ ਵਰਤਾਏ ਜਾਣ ਡੇ ਆ, ਦੁਨੀਆਂ ਦੇ ਵਿੱਚ ਸਾਰਾ ਕੁਛ ਸਾਹਮਣੇ ਆ ਰਿਹਾ ਨਾ, ਤੇ ਇਹਨਾਂ ਲੋਕਾਂ ਕੋਲ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਆ, ਨਾ ਇਹਨਾਂ ਨੂੰ ਕਿਸੇ ਚੀਜ਼ ਦਾ ਪਤਾ ਵਾ। ਇਹ ਕੱਲ ਤੱਕ ਲੀਡਰਾਂ ਦੀਆਂ ਸ਼ਹਿਵਾਂ ਦੇ ਉੱਤੇ ਤੇ ਕਿਸੇ ਕੋਲ 10-20 ਹਜ਼ਾਰ ਲੈ ਕੇ ਕਿਸੇ ਨੂੰ ਮਾਰਤਾ, ਕਿਸੇ ਦੇ ਚਪੇੜਾਂ ਮਾਰਤੀਆਂ ਜਾਂ ਇੱਦਾਂ ਕਰਤਾ, ਨਾ ਤੇ ਇਹ ਸਿੱਖ ਨੇ ਤੇ ਨਾ ਇਹ ਸਿੱਖਾਂ ਦੇ ਬੱਚੇ ਨੇ। ਜੇ ਇਹਨਾਂ ਦੇ ਮਾਂ ਪਿਓ ਵੀ ਕਿਤੇ ਸਿੱਖ ਹੁੰਦੇ ਤੇ ਇਹ ਏਦਾਂ ਦੇ ਲਫ਼ਜ਼ ਨਾ ਬੋਲਦੇ। ਇਹ ਇਹੋ ਜਿਹੀਆਂ ਜਿਹੜੀਆਂ ਭੈੜੀਆਂ ਨਸਲਾਂ ਵਾ, ਸਾਨੂੰ ਇਹਨਾਂ ਨੂੰ ਮੂੰਹ ਲਾਉਣ ਦੀ ਲੋੜ ਨਹੀਂ। ਇਹ ਸਿੱਖਾਂ ਦਾ ਸਿਧਾਂਤ ਮਰਿਆਦਾ ਵਾ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੁੰਦੇ ਨੇ ਜਾਂ ਮਰਿਆਦਾ ਵਾ ਜੋ, ਤੇ ਉਹ ਸਿੱਖ ਕੌਮ ਕਰ ਰਹੀ ਆ, ਸੰਗਤਾਂ ਕਰ ਰਹੀਆਂ, ਇਹਨਾਂ ਲੋਕਾਂ ਦੇ ਢਿੱਡ ਪੀੜ ਕਿਉਂ ਹੁੰਦੀ ਹੈ? ਇਸ ਕਰਕੇ ਇਹਨਾਂ ਲੋਕਾਂ ਤੋਂ ਜਿਹੜਾ ਵਾ, ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਜਿਹੜੇ ਕਿ ਪੰਥ ਦੇ ਵਿੱਚ ਜਾਣਾ। ਪਰ ਉਹਨਾਂ ਲੋਕਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਜਿਹੜੀਆਂ ਜਥੇਬੰਦੀਆਂ ਜਿਹੜੇ ਖਾਲਿਸਤਾਨੀ ਜਾਂ ਜਿਹੜੇ ਕੋਈ ਗੁਰਦੁਆਰਿਆਂ ਦੀਆਂ ਕਮੇਟੀਆਂ ਇਹੋ ਜਿਹੇ ਲੁੱਚੇ ਪਣੰਗੇ ਲੋਕਾਂ ਦੇ ਮਗਰ ਖਲੋ ਕੇ ਸਪੋਰਟ ਕਰਦੀਆਂ, ਹਾਂ ਕਿਤੇ ਖਲੋ ਕੇ ਕਹਿਤਾ ਮੈਂ ਉਹ ਕਰ ਦੂ ਜਾਂ ਪੋਚੇ ਮਾਰਤੇ ਜਾਂ ਐਂ ਕਰਦੇ ਪਬਲਿਕ ਸਿਟੀ ਲੈਣ ਵਾਸਤੇ, ਤੇ ਇਹਨਾਂ ਲੋਕਾਂ ਦਾ ਪਿਛੋਕੜ ਵੇਖਣਾ ਚਾਹੀਦਾ। ਸਿੱਖ ਕੌਮ ਚ ਜਵਾਦੀ ਆ ਜਿਹੜੀ ਉਸੇ ਵੇਲੇ ਮਗਰ ਖਲੋ ਜਾਂਦੀ, ਇਹਨਾਂ ਲੋਕਾਂ ਦਾ ਪਿਛੋਕੜ ਪਹਿਲਾਂ ਵੇਖਣਾ ਚਾਹੀਦਾ। ਇਹਨਾਂ ਦੀ ਦੇਣ ਕੀ ਆ ਪੰਥ ਨੂੰ, ਪੰਜਾਬੀਅਤ ਨੂੰ ਦੇਣ ਕੀ ਆ, ਇਹਨਾਂ ਦੀ ਪੰਜਾਬ ਸੂਬੇ ਨੂੰ ਦੇਣ ਕੀ ਆ, ਇਹਨਾਂ ਦੀ ਧਰਮ ਨੂੰ ਦੇਣ ਕੀ ਆ? ਇਸ ਕਰਕੇ ਲੋਕਾਂ ਦਾ ਪਤਾ ਨੀ ਜਿਹੜੇ ਜਿੰਨਾ ਬੜੀ ਬੜੀ ਕੁਰਬਾਨੀ ਕੀਤੀ, ਇਹੋ ਜਿਹੇ ਦੁਖੀ ਤਕੀ ਲੋਕ ਉੱਠ ਕੇ ਮੂੰਹ ਚੋਂ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਆ ਵੀ ਜਿਹਨਾਂ ਨੇ ਸੰਘਰਸ਼ ਕੀਤੇ ਜਾਂ ਜਿਹਨਾਂ ਨੇ ਕੁਰਬਾਨੀ ਕੀਤੀ ਉਹਨਾਂ ਵੱਲ ਲੋਕੀ ਸਵਾਲੀਆ ਨਿਗਾਹ ਨਾਲ ਵੇਖਣ ਲੱਗ ਪੈਂਦੇ ਆ। ਇਸ ਕਰਕੇ ਮੈਂ ਜ਼ਿਆਦਾ ਟਾਈਮ ਨੀ ਲੈਣਾ ਤੁਹਾਡੇ ਗੈਸਟ ਨੇ, ਇਸ ਕਰਕੇ ਮੈਂ ਬੇਨਤੀ ਕਰਦਾ ਸਿੱਖ ਪੰਥ ਨੂੰ ਸੁਚੇਤ ਹੋਣਾ ਚਾਹੀਦਾ, ਇਹ ਲਖੇ ਸਿਧਾਣੇ ਵਰਗੇ ਨੂੰ ਜਿਹੜਾ ਆਪਣੇ ਇਹਨਾਂ ਕੰਮਾਂ ਤੋਂ ਬਾਜ ਆਉਣਾ ਚਾਹੀਦਾ, ਕੁਝ ਸੋਚ ਵਿਚਾਰ ਕੇ ਬੋਲੇ। ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਪੰਥ ਦੀ ਗੱਲ ਆ, ਇਸ ਕਰਕੇ ਜੋ ਮੂੰਹ ਚ ਆਇਆ ਇਹ ਉਲਦਾ ਨਾ ਬੋਲਣ, ਨਹੀਂ ਤੇ ਇਹਨਾਂ ਵਾਸਤੇ ਇਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਨਹੀਂ ਹੋਣਗੀਆਂ। ਬਹੁਤ ਬਹੁਤ ਧੰਨਵਾਦ ਜੀ ਭਾਈ ਕਪਤਾਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖੰਡੇਵਾਲਾ ਸਾਹਿਬ ਜਿੱਦਾਂ ਗੱਲਾਂ ਤੇ ਉਹੀ ਜਿੱਦਾਂ ਜਦੋਂ ਇੱਦਾਂ ਦਾ ਵਿਅਕਤੀ ਗੱਲ ਕਰ ਲੈਂਦਾ, ਜਦੋਂ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹ ਮਾਫ਼ੀ ਵੀ ਮੰਗ ਲੈਂਦਾ। ਜਥੇਦਾਰ ਸਾਹਿਬ ਕਹਿੰਦੇ ਇਹੋ ਜਿਹੇ ਬੰਦੇ ਨੂੰ ਤਾਂ ਮਾਫ਼ ਵੀ ਨਹੀਂ ਕਰਨਾ ਚਾਹੀਦਾ। ਤੁਹਾਡਾ ਕੀ ਵਿਚਾਰ ਆ ਵੀ ਜੇ ਹੁਣ ਕੱਲ੍ਹ ਨੂੰ ਇਹ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਪੰਥ ਮਾਫ਼ ਕਰ ਦੇਵੇ, ਫਿਰ ਕੀ ਕਰਨਾ ਚਾਹੀਦਾ? ਦੇਖੋ ਭਾਈ ਰਘਵੀਰ ਸਿੰਘ ਜੀ, ਪਹਿਲੀ ਗੱਲ ਤੇ ਆ ਵੀ ਜਿਹੜਾ ਨਾ ਪਿੱਛੇ ਜਿਹੜਾ ਵਾ ਬਾਹੂ ਵਾਲੋ ਜਿਹੜਾ ਇੱਕ ਗਾਣਾ ਗੀਤ ਗਾਇਆ ਗਿਆ, ਜਿਹੜਾ ਨਾ ਮਤਲਬ ਵੀ ਉਹਨੇ ਸਾਰੇ ਚਿੰਨਾਂ ਦੀ ਗੱਲ ਕੀਤੀ, ਹੋਰ ਧਰਮਾਂ ਦੀ ਵੀ ਗੱਲ ਕੀਤੀ ਤੇ ਕੁਛ ਧਰਮਾਂ ਵੱਲੋਂ ਉੱਤੇ ਕੇਸ ਵੀ ਕੀਤੇ ਗਏ। ਹਾਂਜੀ, ਦੇਖੋ ਜੇ ਕੋਈ ਮਲ ਮੂਤਰ ਕਿਸੇ ਪਸ਼ੂ ਦਾ ਤੇ ਉਹਨਾਂ ਨੂੰ ਮਲ ਮੂਤਰ ਤੇ ਵਿਸ਼ਵਾਸ ਹੋ ਸਕਦਾ ਆ ਕਿ ਸਾਨੂੰ ਆਪਣੇ ਅੰਬਰ ਤੇ ਵਿਸ਼ਵਾਸ ਨਹੀਂਗਾ, ਠੀਕ, ਜੇ ਉਹਨਾਂ ਨੂੰ ਜਨੇਊ ਤੇ ਵਿਸ਼ਵਾਸ ਹੋ ਸਕਦਾ ਤੇ ਸਿੱਖ ਕੌਮ ਨੂੰ ਗਾਤਰੇ ਕਿਰਪਾਨ ਤੇ ਵਿਸ਼ਵਾਸ ਕਿਉਂ ਨੀਗਾ, ਕਿਉਂਕਿ ਪੰਜਾਂ ਕਤਾਰਾਂ ਦਾ ਇੱਕ ਅੰਗ ਆ। ਠੀਕ ਹੈ, ਤੇ ਮੈਂ ਦੇਖੋ ਜਦੋਂ ਸਿੰਘ ਸਾਹਿਬ ਵੀ ਕਹਿ ਕੇ ਗਏ ਸੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਗਈਆਂ ਕਿ
ਇਹ ਜਿਹੜੇ ਵੀਰ ਨੇ ਜਿੱਦਾਂ ਕੋਈ ਪਤਤ ਆ ਤੋ ਸਿੱਖੀ ਦੇ ਵਿਹੜੇ ਵਿੱਚ ਆ, ਇਹ ਚ ਕੋਈ ਦੋ ਰਿਹਾ ਨੀ, ਪਰ ਗੁਰੂ ਜੀ ਦੇ ਬਚਨ ਇਹ ਆ ਵੀ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਹੈ ਉਸ ਕਾ ਜੀਰਾ। ਰਹਿਤ ਬਿਨਾਂ ਨੀ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ, ਰਹਿਤ ਬਿਨਾਂ ਸੁੱਖ ਕਦੇ ਨਾ ਲੈ ਹੈ, ਤਾਂ ਤੇ ਰਹਿਤ ਸੋ ਦਿੜ ਕਰ ਰਹੇ। ਸੱਚੇ ਪਾਤਸ਼ਾਹ ਸਾਨੂੰ ਬਚਨ ਦਿੱਤੇ ਆ, ਫਿਰ ਜਦੋਂ ਇਹ ਉਸ ਰਹਿਤ ਵਿੱਚ ਆਉਂਦੇ ਨੇ, ਹੁਣ ਦੇਖੋ ਉੱਥੇ ਉਹਨੇ ਜਿਹੜਾ ਗਾਉਣ ਵਾਲਾ ਬਾਊ ਮਾਨ, ਉਹਨੇ ਕੀ ਕੌਣ ਹੈ ਰੱਬ ਜਾਣੇ ਦਾ ਕੀ ਨਾਮ ਆ, ਉਹਨੇ ਗੱਲ ਕੀਤੀ ਆ ਵੀ ਕਕਾਰਾਂ ਦੇ ਮਤਲਬ ਗਾਤਰੇ ਦੀ ਗੱਲ ਕੀਤੀ। ਇਹਨਾਂ ਨੇ ਮੇਰੇ ਖਿਆਲ ਗਾਤਰੇ ਸਾਡੇ ਕਿਰਪਾਨਾਂ ਜਿਹੜੀਆਂ ਕਿਤੇ ਦੁਕਾਨਾਂ ਤੇ ਦੇਖੀਆਂ, ਇਹਨਾਂ ਨੇ ਸਿੱਖੀ ਦੇ ਜੀਵਨ ਵਿੱਚ ਗਾਤਰੇ ਕਿਰਪਾਨਾਂ ਦੀ ਕੀ ਮਹੱਤਤਾ ਆ ਇਹ ਨਹੀਂ ਦੇਖੀ। ਰਣਜੀਤ ਬਾਬਾ ਆ ਜੀ ਜਿਹਨਾਂ ਗਾਣਾ ਗਾਇਆ, ਰਣਜੀਤ ਬਾਬਾ ਇਹਨਾਂ ਨੇ ਦੇਖੀ। ਫਿਰ ਦੇਖੋ ਗੁਰੂ ਨਾਨਕ ਦੇ ਘਰ ਵਿੱਚ ਕਰਮ ਕਾਂਡ ਨੀਗੇ, ਹਾਂਜੀ, ਗੁਰੂ ਨਾਨਕ ਸਾਹਿਬ ਜੀ ਨੇ ਕਰਮ ਕਾਂਡਾਂ ਤੇ ਚੋਟ ਮਾਰੀ ਆ, ਜਦੋਂ ਕਿ ਹਿੰਦੁਸਤਾਨ ਵਿੱਚ ਕਰਮ ਕਾਂਡ ਚੱਲਦੇ ਸੀ ਉਦੋਂ ਵੀ ਤੇ ਅੱਜ ਵੀ, ਠੀਕ ਹੈ, ਅੱਜ ਵੀ ਬਹੁਤ ਮਾਤੀ ਤਲ ਤੇ ਬ੍ਰਾਹਮਣ ਗੁਰੂ ਆ ਹਿੰਦੁਸਤਾਨ ਵਿੱਚ, ਉਦਨ ਵੀ ਬ੍ਰਾਹਮਣ ਗੁਰੂ ਸੀ, ਠੀਕ ਹੈ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਿਆਰਾ, ਇਹ ਠੀਕ ਆ ਵੀ ਕੋਈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਅਪਣਾ ਕੇ ਕੋਈ ਗਲਤੀ ਕਰ ਰਿਹਾ ਤੂੰ ਵਿਅਕਤੀ ਆ, ਸਿਧਾਂਤ ਮੇਰਾ ਨੀਗਾ, ਠੀਕ ਹੈ, ਇਹ ਬੜਾ ਵੱਡਾ ਹਮਲਾ ਆ ਤੇ ਸਾਡੇ ਬੰਦੇ। ਮੈਂ ਅੱਜ ਕਹੀ ਨਾ ਇੱਕ ਲੀਡਰ ਵੀ, ਮੈਂ ਹੁਣ ਗੁੱਸਾ ਨਾ ਕਰਨਾ ਵੀ ਮੈਂ ਹੁਣ ਔਨ ਏਅਰ ਬੋਲ ਰਿਹਾ ਵਾ, ਤੇ ਮੈਂ ਦੇਖਿਆ ਵੀ ਇਹ ਇਹਨਾਂ ਦਾ ਇਹ ਬੋਲ ਰਿਹਾ ਸੀਗਾ ਤੇ ਸਾਡੇ ਮਾਨ ਸਾਹਿਬ ਤੇ ਹੋਰ ਕਈ ਬੰਦੇ ਜਾ ਕੇ ਉਹਨੂੰ ਹੌਸਲਾ ਵਧਾਈ ਕਰ ਰਹੇ ਸੀ ਸਟੇਜ ਉੱਪਰ। ਮੈਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ, ਮੈਂ ਫੇਸਬੁੱਕ ਤੇ ਦੇਖ ਰਿਹਾ ਸੀ ਵੀ ਜਦੋਂ ਇਹਨਾਂ ਲੋਕਾਂ ਨੂੰ ਭੂਵੇ ਚੜਾਉਣੇ ਹਨਾ ਆਪ ਜਾਣ ਬੁੱਝ ਕੇ, ਤੇ ਫਿਰ ਇਹ ਲੋਕ ਸਮਝਦੇ ਆ ਵੀ ਸਾਡੇ ਮਗਰ ਤਾਂ ਵੱਡੀਆਂ ਕੌਮ ਦੀਆਂ ਹਸਤੀਆਂ ਖੜੀਆਂ ਤੇ ਸਾਡੇ ਮੂੰਹ ਤੋਂ ਫੂਲ ਜਲੂਲ ਆਵੇ ਅਸੀਂ ਬੋਲੀ ਜਾਈਏ, ਠੀਕ ਹੈ। ਇੱਕ ਦੂਸਰੀ ਗੱਲ ਦੇਖੋ ਸ੍ਰੀ ਹਰਿਮੰਦਰ ਸਾਹਿਬ ਕੀ ਆ, ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਜਦੋਂ ਉਹਨਾਂ ਦਾ ਸ਼ੁਭ ਵਿਆਹ ਸੀ ਤੇ ਮਹਾਰਾਜ ਸਾਹਿਬ ਜੀ ਦੇ ਨੇਤਰਾਂ ਚ ਜਲ ਆਇਆ ਸੀ, ਹਾਂਜੀ, ਗੁਰੂ ਅਮਰਦਾਸ ਸਾਹਿਬ ਜੀ ਪੁੱਛਣ ਲੱਗੇ ਵੀ ਲਾਲ ਇਸ ਵੇਲੇ ਤਾਂ ਵਿਆਹ ਤੇ ਤਾਂ ਖੁਸ਼ੀ ਹੁੰਦੀ ਆ, ਹਾਂਜੀ, ਤੂੰ ਮਤਲਬ ਤੇਰਾ ਨੇਤਰ ਕਿਉਂ ਭਾਰਾ ਹੈ? ਕਹਿਣ ਲੱਗੇ ਮਹਾਰਾਜ ਮੈਂ ਤਾਂ ਇਸ ਕਰਕੇ ਵੀ ਵਿਆਹ ਵੇਲੇ ਮਾਮੇ ਹੁੰਦੇ ਨੇ, ਭੂਆ ਹੁੰਦੀਆਂ ਨੇ, ਮਾਤਾ ਪਿਤਾ ਮੇਰੇ ਚਲੋ ਚੱਲ ਚੱਲ ਵਸੇ, ਮੇਰਾ ਕੋਈ ਵੀ ਨਹੀਂ, ਤੇ ਮੇਰੀ ਮਾਂ ਨੇ ਵੀ ਮੇਰੀ ਸੱਸ ਮਾਂ ਵੀ ਕਹਿ ਰਹੀ ਆ ਵੀ ਜਿੱਥੇ ਭਾਨੀ ਮਾਤਾ ਜੀ ਨੂੰ ਵਿਆਹ ਰਹੇ ਉਹਨਾਂ ਦਾ ਨਾ ਕੋਈ ਘਰ ਆ ਨਾ ਉਹਨਾਂ ਨੂੰ ਕੋਈ ਰਿਸ਼ਤੇਦਾਰ ਮਿਲਣ ਆਉਂਦਾ। ਮਹਾਰਾਜ ਨੇ ਬੜੇ ਪਿਆਰ ਨਾਲ ਕਿਹਾ ਸੀ, ਕਹਿਣ ਲੱਗੇ ਮਨਸਾ ਦੇਵੀਏ ਇੱਕ ਗੱਲ ਇੱਥੇ ਰੱਖੀ, ਘਰ ਬਣਦੇ ਨੇ ਬਿਖਰ ਜਾਂਦੇ ਨੇ, ਗੁਰੂ ਰਾਮਦਾਸ ਸਾਹਿਬ ਦਾ ਐਸਾ ਘਰ ਹੋਵੇਗਾ ਸਾਰੀ ਲਕਾਈ ਤਪਸਿਆ ਕਰੇਗੀ। ਦੇਖੋ ਇਹ ਕਿਸੇ ਕੋ ਪਾਈਆ ਸੋਨਾ ਹੋ, ਕਿਸੇ ਕੋ ਅੱਧਾ ਕਿਲੋ ਹੋ, ਕਿਲੋ ਹੋ, ਗੁਰੂ ਰਾਮਦਾਸ ਸਾਹਿਬ ਦਾ ਘਰ ਸੋਨੇ ਦਾ ਬਣਿਆ ਹੋਇਆ, ਗੁਰੂ ਰਾਮਦਾਸ ਸਾਹਿਬ ਦੀ ਸੋਭਾ ਜਿਹੜੀ ਅਪਰੋ ਪਾ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਨੇ ਸੀਨੇ ਨਾਲ ਲਾ ਕੇ ਕਿਹਾ ਸੀ, ਲਾਲ ਮੈਂ ਤੇਰਾ ਪਿਤਾ ਹੈ, ਮੈਂ ਤੇਰੀ ਮਾਂ ਹੈ। ਇਹ ਮੈਂ ਸਮਝਦਾ ਜਿਹੜਾ ਗੁਰੂ ਦਰਬਾਰ ਸਾਹਿਬ ਤੇ ਉਂਗਲੀ ਕਰਦਾ ਭਾਈ ਰਘਵੀਰ ਸਿੰਘ ਜੀ, ਉਹ ਸਿੱਖ ਨਹੀਂ ਹੋ ਸਕਦਾ, ਉਹ ਤੁਰਕ ਦੀਆਂ ਲਾ ਦਿਆ। ਇਹ ਲੋਕ ਤੁਰਕ ਨੇ ਬੇਸਾਖੇ ਸਿੱਖੀ ਵਿੱਚ ਮੈਂ ਸਮਝਦਾ ਭੇਸ ਵਟਾ ਕੇ ਆਏ ਹੋਏ ਨੇ, ਇਹਨਾਂ ਦਾ ਸਿੱਖ ਘਰਾਣਿਆਂ ਨਾਲ ਕੋਈ ਸੰਬੰਧ ਨਹੀਂ, ਇਹ ਸਿੱਖ ਨਹੀਂ ਹੋ ਸਕਦੇ ਜਿਹੜਾ ਦਰਬਾਰ ਸਾਹਿਬ ਤੇ ਉਂਗਲੀ ਕਰਕੇ ਕਰੇ ਕਿ ਜੀ ਉੱਥੇ ਇੱਕ ਰਮਾਲਾ ਸਾਲ ਵਿੱਚ ਚੜਾ ਦਿਓ ਜਾਂ ਇੱਕ ਰਮਾਲਾ ਚੜਾ ਦਿਓ, ਉਹ ਦੁੱਧ ਨਾਲ ਧੋਤਾ ਜਾਂਦਾ। ਸਿੰਘ ਸਾਹਿਬ ਉਹਨਾਂ ਨੇ ਬੜਾ ਸੋਹਣਾ ਕਿਹਾ ਵੀ ਲੱਖਾਂ ਲੋਕਾਂ ਦੀ ਆਮਦ ਆ ਰੋਜ਼ ਉੱਥੇ ਆਉਣੀ ਜਾਣੀ, ਠੀਕ ਹੈ। ਇੱਕ ਖੰਡੇਵਾਲਾ ਸਾਹਿਬ ਇੱਕ ਸਵਾਲ ਆਇਆ, ਹਰਪ੍ਰੀਤ ਗਿੱਲ ਆ ਕੋਈ, ਤੇ ਕਹਿੰਦਾ ਤੁਹਾਡਾ ਢੱਡ ਇੰਨਾ ਕਿਉਂ ਦੁਖਿਆ, ਕਮੀਆਂ ਤਾਂ ਹਨ ਬਹੁਤ ਤੁਹਾਡੀ ਸਿੱਖੀ ਵਿੱਚ, ਨਾਨਕ ਜੀ ਦੀ ਸਿੱਖੀ ਅਪਣਾਓ। ਦੇਖੋ ਭਾਈ ਸਾਹਿਬ ਜੀ, ਇੱਕ ਤਾਂ ਮੈਂ ਵੀਰ ਜੀ ਨੂੰ ਕਹਿਦਾ ਵੀ ਆਹ ਜਿਹੜਾ ਟ੍ਰੈਂਡ ਚੱਲ ਪਿਆ ਨਾ ਹੁਣ ਨਵਾਂ ਹੀ ਚਲਾਇਆ ਢੱਡਰੀਆਂ ਵਾਲੇ ਨੇ, ਠੀਕ, ਅਸੀਂ ਆਪਣੇ ਪਿਤਾ ਦਾ ਨਾਮ ਲਿਖਣਾ ਹੁੰਦਾ ਤੇ ਅਸੀਂ ਸਰਦਾਰ ਪਰ ਫਲਾਣਾ ਫਲਾਣਾ ਲਿਖਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਗੁਰਦਾਸ ਸਾਹਿਬ ਨੇ ਆਪਣੇ ਵਾਰਾਂ ਚ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਹਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਠੀਕ ਹੈ। ਬਚਨ ਪੜ੍ਹਦੇ ਹਾਂ ਵੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਠੀਕ, ਜਿਹਨੂੰ ਘਰ ਰਾਖੀ ਮੇਰੀ। ਇਹ ਨਾਨਕ ਸ਼ਬਦ ਇਹ ਢੱਡਰੀਆਂ ਵਾਲੇ ਦੀ ਦੇਣ ਆ, ਨਾਨਕ ਸ਼ਬਦ ਮਹਾਰਾਜ ਜੀ ਦੀ ਬਾਣੀ ਇਹ ਕਹਿੰਦੀ ਆ ਵੀ ਜਦੋਂ ਗੁਰੂ ਨੂੰ ਸੁਣਾਉਣਾ ਵੱਡਾ ਕਰਕੇ ਸੁਣਾਉਣਾ। ਸਾਡਾ ਢਿੱਡ ਤਾਂ ਦੁਖਦਾ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਗੁਰੂ ਕੇ ਪਿਆਰੇ ਤਾਬਿਆ ਖਿਲਾਰੇ ਆ ਹਜ਼ੂਰ ਸਾਹਿਬ ਸੱਚੇ ਪਾਤਸ਼ਾਹ। ਨਾਨਕ ਕੋਈ ਚਾਚਾ ਵਾ ਸਾਡਾ, ਸਤਿਗੁਰੂ ਵੱਡਾ ਕਰ ਸਹਿਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ, ਸਾਨੂੰ ਹੁਕਮ ਆ ਪੰਜਾਂ ਪਿਆਰਿਆਂ ਵੱਲੋਂ। ਇਹ ਵੀ ਲੱਖੇ ਸਿਧਾਣੇ ਦਾ ਕੋਈ ਹਮਾਇਤੀ ਹੋ ਸਕਦਾ ਜੀ? ਭਾਈ ਰਘਵੀਰ ਸਿੰਘ ਜੀ, ਜਿਹੜਾ ਮਰਜ਼ੀ ਹਮਾਇਤੀ ਹੋਵੇ, ਸਾਨੂੰ ਇਹਦੀ ਗੱਲ ਨੀ ਕਿ
ਅਸੀਂ ਤਾਂ ਦੇਖੋ ਗੁਰੂ ਨਾਨਕ ਸਾਹਿਬ ਦੇ ਕੋਕਰ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਘਰ ਦੇ ਟਹਿਲੀਏ ਆ। ਠੀਕ, ਇੱਕ ਗੱਲ ਸੁਣੀ, ਸਾਨੂੰ ਗੁਰੂ ਸਾਹਿਬ ਜੀ ਤਾਬਿਆ ਖਿਲਾਰ ਕੇ ਪੰਜਾਂ ਪਿਆਰਿਆਂ ਨੂੰ ਹਜ਼ੂਰ ਸਾਹਿਬ ਇਹ ਹੁਕਮ ਕਰਕੇ ਗਏ ਆ ਵੀ ਆਪਣ ਪਉ ਸ੍ਰੀ ਖਾਲਸਾ ਸੰਥਾ ਦੁਤੀ ਰੂਪ ਸਤਿਗੁਰੂ ਗੁਰੂ ਗ੍ਰੰਥ ਆ। ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਰਿਹਾ ਤੇ ਹੁਕਮ ਦਿੱਤਾ ਸਾਨੂੰ ਕਿ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਇਸ਼ਟ ਨੇ, ਦਾਤਾ ਸਾਹਿਬ ਜੀ ਵਾਸਤੇ ਅਸੀਂ ਆਪਣੇ ਨੇਤਰ ਵੀ ਕੱਢ ਕੇ ਵਸਾ ਦਈਏ ਤੇ ਮੈਂ ਸਮਝਦਾ ਉੜਿਆ ਕਿ ਲੱਖਾਂ ਸਧਾਣਾ ਜਿਹੜਾ ਦੁਖੀ ਤਿੱਕੀ ਉੱਠ ਕੇ ਕਹਿੰਦੇ ਵੀ ਏਸੀ ਲਾਉਂਦੇ ਆ, ਸਿੱਖਾਂ ਨੇ ਆਪਣੇ ਨੇਤਰ ਵਸਾਏ ਆ ਗੁਰੂ ਗ੍ਰੰਥ ਸਾਹਿਬ ਵਾਸਤੇ। ਜੇ ਪੁੱਛਣਾ ਹੋਵੇ ਤੇ ਸਿੰਘ ਸਾਹਿਬ ਗੁਰਦੇਵ ਸਿੰਘ ਕੌਂਕੇ ਸਾਹਿਬ ਨੂੰ ਪੁੱਛੋ, ਪੁੱਛਣਾ ਹੋਵੇ ਭਾਈ ਕੁਲਵੰਤ ਸਿੰਘ ਜੀ ਨਾਗੋਕੇ ਵਾਲਿਆਂ ਨੂੰ ਪੁੱਛੋ। ਇਹਨਾਂ ਲੋਕਾਂ ਨੂੰ ਕੀ ਪਤਾ, ਜਿਹਨਾਂ ਨੂੰ ਕੋਈ ਪਤਾ ਹੀ ਨੀ ਗਾ ਵੀ ਮਤਲਬ ਸਿੱਖੀ ਕੀ ਆ, ਤੇ ਜਿਹੜੀਆਂ ਅੱਜ ਜਥੇਬੰਦੀਆਂ ਸੁਣਦੀਆਂ, ਮੈਂ ਕਹਿੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਹਜੇ ਵੀ ਇਹੋ ਜਿਹੇ ਲੋਕਾਂ ਨੂੰ ਨੱਥ ਨਾ ਪਾਉਣ। ਦੇਖੋ ਸਿਰੇ ਸਾਡੇ ਚੜਾਏ ਹੋਏ ਲੇਖ, ਜਿਹੜੇ ਬੰਦੇ ਉੱਠਦੇ ਯਾਰ, ਆ ਬੱਬੂ ਆ ਜਿਹੜਾ ਰਣਜੀਤ ਬਾਵਾ ਉੱਠਿਆ, ਉਹਦਾ ਲਖਾਜੀ ਉਹਦਾ ਕੀ ਕਹਿੰਦਾ, ਵੀਰ ਤੁਸੀਂ ਸੁਣੋ ਮੈਂ ਤੁਹਾਨੂੰ ਪਾਈ, ਉਹ ਕਹਿੰਦਾ ਕਿ ਗੰਗਾ ਤੇ ਹਰਿਮੰਦਰ ਸਾਹਿਬ ਬਰਾਬਰ ਹੈ। ਤੁਸੀਂ ਆਪ ਸੁਣਿਆ, ਕਹਿੰਦਾ ਮੈਂ ਗੰਗਾ ਨੂੰ ਬਰਾਬਰ ਸਮਝਦਾ, ਗੰਗਾ ਆਪਣੇ ਥਾਂ ਠੀਕ ਆ ਪਰ ਹਰਿਮੰਦਰ ਸਾਹਿਬ ਨੂੰ ਗੁਰੂ ਆਪ ਕਹਿ ਕੇ ਗਏ ਹਾਂ ਕਿ ਜਿੱਥੇ ਸੱਪੇ ਥਾਮ ਨਹੀਂ ਤੁਦ ਜਿਹਾ, ਬਦੋ ਪੁਰਖ ਵਧਾ ਕੇ ਤਾਂ ਤੂੰ ਸੋਇਆ। ਹਰਿਮੰਦਰ ਸਾਹਿਬ ਦੀ ਬਰਾਬਰੀ ਕਿਵੇਂ ਕਰ ਸਕਦੇ ਹਾਂ? ਇਸ ਕਰਕੇ ਮੈਂ ਬੇਨਤੀ ਕਰਨਾ ਭਾਈ ਸਿੰਘ ਜੀ, ਹਰ ਜਗ੍ਹਾ ਤੇ ਸਿੰਘ ਸਾਹਿਬ ਉਹਨਾਂ ਦੇ ਲੰਗਰ, ਸਿੰਘ ਸਾਹਿਬ ਉਹਨਾਂ ਨੇ ਲੰਗਰ ਚਲਵਾਏ, ਗਰੀਬ ਦੇ ਮੂੰਹ ਚ ਬੁਰਕੀ ਪਾਈ, ਹਰਿਮੰਦਰ ਸਾਹਿਬ ਜੀ ਤੋਂ ਲੰਗਰ ਚੱਲਦੇ, ਹਰ ਜਥੇਬੰਦੀ ਨੇ ਹਰ ਸਿੱਖ ਨੇ ਜੇ ਲੰਗਰ ਚਲਾ ਕੇ ਗਰੀਬਾਂ ਤੱਕ ਭੋਜਨ ਪਹੁੰਚਾਇਆ ਤਾਂ ਉਹਦਾ ਧੁਰਾ ਗੁਰਦੁਆਰਾ ਸਾਹਿਬ ਆ। ਠੀਕ ਹੈ, ਉਹਦਾ ਧੁਰਾ ਗੁਰਦੁਆਰਾ ਸਾਹਿਬ ਆ। ਤੇ ਇਹ ਮੈਨੂੰ ਦੱਸਣ ਜਾਂ ਰਣਜੀਤ ਬਾਵਾ ਦੱਸੇ ਜਾਂ ਇਹ ਲੱਖਾਂ ਸਧਾਣਾ ਦੱਸੇ ਜਾਂ ਡਕੈਤੀਆਂ ਜਾਂ ਜਿਹਦਾ ਸਫਾਈ ਮਤਲਬ ਗੁੰਡਾਗਰਦੀ ਕਰਨਾ ਹੈ, ਇਹਨਾਂ ਦੀ ਕੀ ਦੇਣ ਆ ਸਮਾਜ ਦੇ ਵਿੱਚ ਜਾਂ ਸਮਾਜ ਦੀ ਭਲਾਈ ਵਾਸਤੇ ਦੇਣ ਕੀ ਹੋ ਸਕਦੀ ਹੈ ਜਿਹੜਾ ਬੰਦਾ ਆਪਣੇ ਮਨ ਨੂੰ ਨੀ ਪ੍ਰਬੋਧ। ਮਹਾਰਾਜ ਸਾਹਿਬ ਨੇ ਸਾਨੂੰ ਕਿਹਾ ਵੀ ਪਹਿਲਾਂ ਆਪਣਾ ਮਨ ਪ੍ਰਬੋਧੋ। ਦਰਬਾਰ ਸਾਹਿਬ ਜੀ ਦੀਆਂ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਵੀ ਸਾਨੂੰ ਅੱਜ ਸੁਣਨਾ ਪੈ ਰਿਹਾ ਵਾ। ਮੈਂ ਸਮਝਦਾ ਵੀ ਸਾਡੇ ਭਾਗ ਸਾਡੇ ਮਾੜੇ ਆ ਵੀ ਅੱਜ ਆ ਵੀ ਸਮਾਂ ਆ ਗਿਆ। ਗੁਰੂ ਦਾ ਬਚਨ ਤੇ ਆ ਵੀ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਤੇ ਸੰਗ ਭੇਟ ਕਰੋ ਕਿਰਪਾਨ। ਅੱਜ ਸਾਨੂੰ ਇਹ ਵੀ ਸੁਣਨਾ ਪੈ ਰਿਹਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਲੁਕਣ ਮੀਚੀ ਖੇਡੀ ਬੰਦ ਕਰਨ। ਇਹ ਲੁਕਣ ਮੀਚੀ ਸਾਡੀ ਜਿਹੜੀ ਅੱਗੇ ਕਹਿੰਦੇ ਸੀ ਨਾ ਵੀ ਇਹ ਨਕਲੀ ਲਿਆਂਗਿਆ ਜੀ, ਇਹ ਫਲਾਣੇ ਲਿਆਂਗਿਆ ਜੀ, ਤੇ ਉਹ ਦੇਖ ਲਓ ਤੁਹਾਡੇ ਸਾਹਮਣੇ ਅੱਜ ਸਾਡਾ ਵੀਰ ਇੱਕ ਮਾਰ ਕੇ ਸੁੱਟ ਅਗਲਿਆਂ ਨੇ ਗੋਲੀ ਮਾਰ ਕੇ, ਹੁਣ ਨਕਲੀ ਕਹਿਣ, ਹੁਣ ਫੂਲਕਾ ਕਵੇ ਵੀ ਇਹਨੂੰ ਸਜ਼ਾ ਦਿਓ, ਹੁਣ ਕਵੇ ਜਿਹੜਾ ਤਨੇ ਦਿਓ ਉਹਦਾ ਕਵੇ ਗੋਲੀ ਤੇ ਬਦਲੀ ਗੋਲੀ। ਇਸ ਕਰਕੇ ਇਹ ਗੱਲਾਂ ਸਾਨੂੰ ਸਾਰੀਆਂ ਪਤਾ, ਇਹ ਇੱਕ ਰਣਨੀਤੀ ਦੇ ਤਹਿਤ ਹੋ ਰਹੀਆਂ ਭਾਈ ਰਘਵੀਰ ਸਿੰਘ ਜੀ, ਤੇ ਜਥੇਬੰਦੀਆਂ ਨੂੰ ਇਹਦੇ ਉੱਤੇ ਉੱਠ ਕੇ ਜਿਹੜਾ ਵਾ ਸਖ਼ਤ ਫੈਸਲਾ ਲੈਣਾ ਚਾਹੀਦਾ ਵਾ, ਨਹੀਂ ਤਾਂ ਮਤਲਬ ਇਹ ਗੱਲ ਬਰਦਾਸ਼ਤ ਤੋਂ ਬਾਹਰ ਆ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਦੇ। ਹਾਂਜੀ, ਧੰਨਵਾਦ ਜੀ। ਆਪਣੇ ਗੁਰਮੀਤ ਸਿੰਘ ਖਨਿਆਲ ਸਾਹਿਬ ਇੱਕ ਮੈਸੇਜ ਵੀ ਆਇਆ ਗੁਰਦਿਆਲ ਸਿੰਘ ਆ, ਉਹ ਕਹਿੰਦੇ ਇਸ ਚੈਨਲ ਨੂੰ ਅਜਿਹੀ ਡਿਬੇਟ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਆ, ਇਹ ਕੌਮ ਨੂੰ ਖਾਨਾ ਜੰਗੀ ਵੱਲ ਲਿਜਾ ਰਿਹਾ ਹੈ, ਮਸਲਾ ਹੱਲ ਕਰੋ। ਭਾਈ ਸਾਹਿਬ ਜੀ, ਮੈਂ ਦੋ ਗੱਲਾਂ ਦਾ ਜਵਾਬ ਦੇਣਾ ਚਾਹੁੰਦਾ। ਹਾਂ, ਪਹਿਲਾਂ ਤਾਂ ਉਹ ਸਿੰਘ ਦਾ ਜਿਹੜਾ ਪਹਿਲਾਂ ਆਇਆ ਕਮੈਂਟੋ ਦਾ, ਹਰਪ੍ਰੀਤ ਗਿੱਲ, ਹਾਂਜੀ ਹਰਪ੍ਰੀਤ ਗਿੱਲ, ਹਾਂਜੀ, ਕਮੀਆਂ ਤਾਂ ਹੈ, ਹਾਂ ਬਿਲਕੁਲ ਕਮੀਆਂ ਬਹੁਤ ਨੇ, ਕਮੀਆਂ ਨੂੰ ਉਹ ਦੱਸ ਸਕਦਾ ਜਿਹੜਾ ਬੰਦਾ ਆ ਪੂਰਾ ਹੋਵੇ। ਠੀਕ ਆ, ਵੀ ਤੇਰੇ ਕੋਲ ਤਾਂ ਉੱਪਰ ਤੋਂ ਲੱਗ ਕੇ ਥੱਲੇ ਤੱਕ ਹੀ ਕਮੀਆਂ ਨੇ, ਤੂੰ ਤਾਂ ਸਿੱਖ ਵੀ ਨਹੀਂ ਗਿਆ। ਜਿਵੇਂ ਪਹਿਲਾਂ ਗੱਲ ਕੀਤੀ ਆ, ਅਸੀਂ ਕਮੀਆਂ ਆਪਣੀਆਂ ਪੜਚੋਲ ਕਰਨੀਆਂ ਸਿਧਾਂਤ ਦੀ, ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਦੇ, ਹਾਂਜੀ, ਇਸ ਕਰਕੇ ਸਾਡਾ ਢਿੱਡ ਦੁਖਦਾ ਵੀ ਜਿਹਦੇ ਕੋਲ ਪੱਲੇ ਕੁਛ ਨੀ, ਸੱਚ ਜਿਵੇਂ ਕਹਿੰਦੇ ਸਾਨੂੰ ਸੱਚ ਤਾਂ ਬੋਲੇ ਤੇ ਸ਼ਾਨ ਨੀ ਕੋ ਬੋਲੇ, ਹਾਂਜੀ, ਜਿਹ ਚ ਅਨੇਕਾਂ ਸ਼ੇਖ ਨੇ ਉਹ ਕਿਵੇਂ ਬੋਲੇ? ਤੂੰ ਦੂਜਿਆਂ ਨੂੰ ਪਹਿਰਾਵਾ ਸਭ ਕੁਝ ਦੱਸ ਰਿਹਾ ਵੀ ਉਹਨੂੰ ਕੋਈ ਅਧਿਕਾਰ ਨਹੀਂ ਹੈ। ਠੀਕ, ਇਸ ਗੱਲ ਦੇ ਦੂਸਰੀ ਗੱਲ ਇਹ ਹੈ ਵੀ ਜਿਹੜੀ ਜੈਤਰ ਸਾਹਿਬ ਨੇ ਗੱਲ ਕੀਤੀ ਆ ਵੀ ਸਿੱਖ ਦੀ ਸ਼ਰਧਾ, ਹਾਂ, ਉਹ ਆਪਣੀ ਸ਼ਰਧਾ ਆਪਣੇ ਗੁਰੂ ਅੱਗੇ ਅਰਪਣ ਕਰਦਾ, ਹਾਂਜੀ, ਉਹ ਸੋਨਾ ਕਰਦਾ, ਮਹਿੰਗੇ ਦੁਸ਼ਾਲੇ ਕਰਦਾ, ਗੁਰੂ ਸਾਹਿਬਾਂ ਅੱਗੇ ਵੀ ਕੀਤੇ ਨੇ, ਨਹੀਂ ਉਹਦੀ ਸ਼ਰਧਾ ਉਹ ਕਿਵੇਂ ਕਰਦਾ? ਉਹ ਉਹਦੀ ਆਪਣੀ ਮਨ ਦੀ ਇੱਛਾ, ਹਾਂਜੀ, ਭਾਵੇਂ 50 ਲੱਖ ਕਰੇ, ਭਾਵੇਂ 5 ਇੱਕਦਮ ਲੋਕ ਕਰੋੜ ਕਰੋੜ ਤੱਕ ਉੱਥੇ ਪਾਲਕੀ ਸਾਹਿਬ ਦੀ ਸੇਵਾ ਕਰ ਦਿੰਦੇ ਆ ਜੀ। ਸ਼ਰਧਾ ਵਾਸਤੇ ਗਿਣਤੀ ਮਿਣਤੀ ਨਹੀਂ, ਕੋਈ ਇਹ ਨਹੀਂ ਹੈ ਵੀ ਕਰੋੜ ਆ ਜਾਂ 20 ਕਰੋੜ ਆ, ਉਹਦੀ ਇੱਕ ਦਮੜੀ ਵੀ ਗੁਰੂ ਨੂੰ ਪ੍ਰਵਾਨ ਹੈ ਜੇ ਸਿੱਖ ਦੀ ਉਹਦੀ ਸ਼ਰਧਾ ਹੈ। ਠੀਕ ਹੈ, ਤੇ ਦੂਸਰੀ ਗੱਲ ਮੈਂ ਕਰਨੀ ਚਾਹੁੰਦਾ, ਜਿਹੜੀ ਇਸ ਲੱਖੇ ਸਧਾਣੇ ਦੇ ਹਿਸਾਬ ਨਾਲ ਹੀ ਜੇ ਇਸ ਤਰ੍ਹਾਂ ਗੱਲ ਕਰ ਰਹੇ ਆ ਤੁਸੀਂ, ਕੱਲ ਦੀ ਗੱਲ ਆ ਜਫਰਨਾਮੇ ਦੀ,
हाँ जी हाँ जी जफरनामा गाया गया सरताज वालों हाँ जी उसके ऊपर किंतु होया ठीक है एक सिंह वालों किया गया किंतु जिन्ना उन्हें पढ़िया सुनिया जिन्ने उन्हें ज्ञान सी उन्हें उस हिसाब ना किंतु किया हाँ जी हाँ जी पर उसके विरोध के विच मतलब उसके विरोध ना आप कह लिए पर दूजे पासे जो दूसरे सिंह ने ओदा स्पष्टीकरण दिता जां ओदी व्याख्या कीती हाँ जी उन्होंने 12-12 13-13 15-18 21 स्रोतों तक का इस्तेमाल किया भी नहीं ये गल इत्थे भी है जिहड़े सिंह ने विरोध किया जां इतराज किया उन्हें कहा जी मैं इत्थों पढ़िया ठीक है जी हाँ हाँ जी पर जदों उन्हें ओदे छोटा दायरा सी ते जदों उस नूं वड्डा करके देखिया नहीं ये उन्होंने बंदे ने किया जिहड़ा बंदे नूं कोई इलम है जिन्होंने पढ़िया सुनिया जिन्होंने उस बात की जानकारी है पर फेसबुक ते जिहड़ा मेरे वर्गा उठदा जिहनूं पता ही कोई नहीं जफरनामा हुंदा की है की आरबी फारसी दे की शब्दां दी महत्ता है ते की उहनां दा मतलब उच्चारण है उह बंदे गल कर रहे ने इही इक उस दे विच्चों इक लखा सधाणा भी उही चीज़ है दूसरी गल जिहड़ी कर रहे हां उह हैगी धर्म दी हां धर्म ने की दिता धर्म ने की बचाता धर्म नाल क्यों नहीं मूत पीण नाल क्यों नहीं जिउंदे रहिंदे अमृत सरोवर विच टुब्बी ला के क्यों नहीं दुख दूर होंदे हाँ जी ये बहुत बड़े सवाल है ना हर धर्म के उपर आ रहे ने अपना अपने धर्म की गल करांगे ठीक है ते डॉक्टर 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 सारी गल डॉक्टर दे हॉस्पिटलां ते हो रही है हाँ मैं अज चैलेंज करके एक गल कहना है हाँ जी एक भी दवाई दस दे मैनू जिहड़े डॉक्टर ने तैयार की हो भी ये दवाई खाण नाल ये बीमारी का इलाज है ठीक है जे ओहदा इलाज है तो फिर लोग उस बीमारी तो पीड़ित मरते क्यों ने हाँ कोई भी इलाज भावे तो दिल की दवाई कह लो भावे बुखार का भी कह लो सिर दर्द का भी कह लो कैंसर का भी कह लो जे तुम दवाई कढ ली किसी चीज की पर उन्हां करके उन्हां बीमारियां करके दुनिया मर क्यों रही है हाँ जी कोई उन्हां कोल कोई इलाज नहीं है कोई डॉक्टर जीवन नहीं दे सकता जीवन की दिंदा जीवन दिंदा धर्म ठीक है जिन्हां सिंघां सिंघ ने धर्म सीध दिते जिन्हां दी कमाई दा ध्यान करके असीं हर रोज वाहिगुरु बोलते हैं हाँ जी जीवन दिंदा धर्म बाबा दीप सिंह जिन्हें धर्म की कमाई करके धर्म की लड़ाई लड़ी हाँ जी जीवन दिंदा धर्म जी दी तुसीं कल गल कर हटे भाई शहीद भाई सतनाम सिंह दी हाँ जी की ओह मरे ने मरिया किनूं कहा जांदा मरिया नूं कहा जांदा जिहड़ा खत्म जिहनूं याद ना कीता जावे मरिया जिउंदा किनूं कहिंदे जिउंदा उहनूं कहिंदे जिहड़ा जीवन विच हैगा जिहड़ा चेते विच है ओह जिउंदा जिहड़ा धर्म है ओह जीवन दिंदा मसला चैनल ते लियाउणा ही नहीं चाहीदा इन्हां दबदा पैंदी आ ते हल लभणा चाहीदा दबदा दा कारण की बणिया हां रणजीत बाबा जां लखां सधाणा हां जी इह बकवास ना करदे सानूं बोलण दी लोड़ ही नहीं सी ਠੀਕ ਹੈ ਅਸੀਂ ਦੁਬਧਾ ਨਹੀਂ ਪਾ ਰਹੇ ਅਸੀਂ ਦੁਬਧਾ ਦੂਰ ਕਰਨ ਦੀ ਗੱਲ ਕਰਦੇ ਆ ਜਿੱਦਾਂ ਉਹ ਚੈਨਲ ਨੂੰ ਕਹਿ ਰਿਹਾ ਵੀ ਪਲੇਟਫਾਰਮ ਤੇ ਲਿਆਉਣ ਦੀ ਲੋੜ ਹੀ ਨਹੀਂ ਚੈਨਲ ਨੂੰ ਇਹੋ ਜਿਹੇ ਮੁੱਦੇ ਨਹੀਂ ਲਿਆਉਣ ਦੀ ਲੋੜ ਨਹੀਂ ਮੁੱਦੇ ਕਿਉਂ ਨਹੀਂ ਲਿਆਉਣ ਦੀ ਲੋੜ ਜੇ ਤੁਸੀਂ ਮੁੱਦੇ ਨਹੀਂ ਲਿਆਉਂਗੇ ਜੇ ਤੁਸੀਂ ਗੱਲ ਨਹੀਂ ਕਰੋਗੇ ਜੇ ਤੁਸੀਂ ਸੱਚ ਨਹੀਂ ਬੋਲੋਗੇ ਤੇ ਤੁਸੀਂ ਸਿੱਖੀ ਦੇ ਠੇਕੇਦਾਰ ਬਣਨ ਦਾ ਦਾਅਵਾ ਕਿਸ ਗੱਲ ਦਾ ਹੈ ਠੀਕ ਦਾਅਵਾ ਇਸ ਗੱਲ ਦਾ ਹੈ ਵੀ ਜੇ ਸਾਡੇ ਧਰਮ ਦੇ ਖਿਲਾਫ ਸਾਡੇ ਸਿਧਾਂਤਾਂ ਦੇ ਖਿਲਾਫ ਕੋਈ ਖਿਲਵਾੜ ਕਰਦਾ ਸਾਡਾ ਫਰਜ਼ ਬਣਦਾ ਅਸੀਂ ਉਸ ਗੱਲ ਨੂੰ ਛਾਣ ਕੇ ਸੰਗਤਾਂ ਦੇ ਮੂਹਰੇ ਰੱਖ ਸਕੀਏ ਤਾਂ ਕਿ ਦੁਬਧਾ ਦੂਰ ਹੋ ਸਕੇ ਆਪਾਂ ਤੇ ਦੁਬਧਾ ਦੂਰ ਕਰ ਰਹੇ ਹਾਂ ਵੀ ਨਹੀਂ ਲੱਖੇ ਸਧਾਣੇ ਵਰਗੇ ਜਾਂ ਇਹਨਾਂ ਲਖਾਰੀਆਂ ਵਰਗੇ ਜਾਂ ਰਣਜੀਤ ਬਾਬੇ ਵਰਗਿਆਂ ਨੂੰ ਕੋਈ ਅਧਿਕਾਰ ਨਹੀਂ ਉਹ ਸਿੱਖੀ ਸਿਧਾਂਤਾਂ ਉੱਪਰ ਗੁਰੂ ਦੇ ਅਸੂਲਾਂ ਉੱਪਰ ਸਿੱਖੀ ਦੇ ਅਸੂਲਾਂ ਉੱਪਰ ਉਹ ਕੋਈ ਟੀਕਾ ਟਿੱਪਣੀ ਕਰ ਸਕਣ ਗੁਰਮੀਤ ਸਿੰਘ ਜੀ ਹੁਣਾਂ ਨੇ ਬਾਕੀ ਸਾਰਿਆਂ ਨੇ ਗੱਲ ਕੀਤੀ ਕਿਉਂਕਿ ਆਪਾਂ ਸਲੂਸ਼ਨ ਵੀ ਸੰਗਤਾਂ ਨੂੰ ਦਈਏ ਦੱਸੀਏ ਵੀ ਕਿ ਇਹੋ ਜਿਹੇ ਲੋਕ ਜਦੋਂ ਵੀ ਬੋਲਦੇ ਆ ਕਈ ਵਾਰੀ ਜਿੱਦਾਂ ਹੁਣ ਆਪਣੇ ਨੂੰ ਕਮੈਂਟ ਵੀ ਆ ਰਹੇ ਆ ਵੀ ਇਹੋ ਜਿਹੇ ਮਸਲੇ ਨਹੀਂ ਲੈਣੇ ਚਾਹੀਦੇ ਇਹ ਮਤਲਬ ਜਦੋਂ ਬੋਲਦੇ ਉਹ ਵੀ ਤਾਂ ਮੀਡੀਆ ਜੇ ਬੋਲਦੇ ਆ ਉਹ ਕਿਹੜੇ ਘਰ ਬੈਠੇ ਕਿਸੇ ਤੋਂ ਸਲਾਹ ਲੈਣ ਜਾਂਦੇ ਜਾਂ ਕਿਸੇ ਨਾਲ ਬੈਠ ਕੇ ਗੱਲ ਕਰਦੇ ਆ ਉਹ ਜੇ ਤਾਂ ਹੁਣ ਉਹਨਾਂ ਦੇ ਹੱਕ ਦੀ ਉਹ ਗੱਲ ਕਰਦਾ ਉਹ ਸਹੀ ਆ ਨਾ ਭਾਵੇਂ ਮਾੜੀ ਵੀ ਹੋਵੇ ਜੇ ਉਹਨਾਂ ਹੱਕ ਦੀ ਗੱਲ ਨਹੀਂ ਨਾ ਲੋਕਾਂ ਨੂੰ ਉਹ ਫਿਰ ਗਲਤ ਲੱਗਦੀ ਆ ਚਾਹੇ ਸਿੱਖ ਧਰਮ ਹੈ ਚਾਹੇ ਦੁਨੀਆਂ ਦਾ ਕੋਈ ਵੀ ਧਰਮ ਹੈ ਨਾ ਉਸ ਧਰਮ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਜਿਹੜੀ ਸ਼ਰਧਾ ਹੈ ਨਾ ਉਹੀ ਸਿੱਧਕ ਨੂੰ ਜਨਮ ਦਿੰਦੀ ਹੁੰਦੀ ਆ ਸਿੱਧਕਵਾਨ ਹੁੰਦੇ ਜਿਹੜੇ ਉਹੀ ਆਪਣੀ ਧਰਮ ਵਾਸਤੇ ਆਪਣੇ ਲਈ ਆਪਣੀ ਕੌਮ ਲਈ
ਔਰ ਆਪਣੇ ਭਾਈਚਾਰੇ ਲਈ ਕੁਰਬਾਨੀ ਕਰਿਆ ਕਰਦੇ ਆ। ਸ਼ੁਰੂ ਤੋਂ ਇੱਦਾਂ ਹੁੰਦਾ ਆਇਆ ਇਹਦੀਆਂ ਆਪਣੇ ਕੋਲ ਜਦੋਂ ਦਾ ਸਿੱਖ ਧਰਮ ਹੋਣ ਵਿੱਚ ਆਇਆ ਆਪਾਂ ਉਦੋਂ ਤੱਕ ਅਨੇਕਾਂ ਮਸਾਲਾਂ ਆਪਣੇ ਕੋਲ ਹੈਗੀਆਂ ਤੇ ਇਸ ਕਰਕੇ ਇਹ ਲੋਕਾਂ ਦਾ ਕੰਮ ਆ ਕਿ ਸ਼ਰਧਾ ਨੂੰ ਰੱਦ ਕਰਨਾ, ਸ਼ਰਧਾ ਤੇ ਝੂਠ ਕਰਨੀ, ਔਰ ਸ਼ਰਧਾ ਖਤਮ ਹੋਵੇਗੀ ਤੇ ਸਦਕ ਖਤਮ ਹੋਊਗਾ, ਸਦਕ ਖਤਮ ਹੋਊਗਾ ਤੇ ਜਿਹੜੀ ਗੁਲਾਮੀ ਆ ਨਾ ਉਹ ਸਦੀਵ ਕਾਲ ਲਈ ਕੌਮ ਦੇ ਪੱਲੇ ਪਈ ਰਹੇਗੀ। ਸੋ ਇਹ ਪੂਰੀ ਪਲੈਨ ਦੇ ਨਾਲ ਕੰਮ ਕਰ ਰਹੇ ਆ ਜਿਹੜੇ ਸਿੱਖ ਮਾਨਸਿਕਤਾ ਵਿੱਚੋਂ ਸ਼ਰਧਾ ਨੂੰ ਖਤਮ ਕਰਦੇ ਤੁਲੇ ਹੋਏ ਆ, ਕਿਉਂਕਿ ਸ਼ਰਧਾ ਨਹੀਂ ਸੜਕ ਨੂੰ ਜਨਮ ਦੇਣਾ, ਸੜਕ ਦੇ ਨਾਲ ਹੀ ਵੇਗਾ ਕੌਮ ਨੇ ਕੁਰਬਾਨੀਆਂ ਕਰਨੀਆਂ ਕੀਤੀਆਂ ਵੀ ਆ, ਪਗਾਹ ਵੀ ਕਰਨੀਆਂ। ਸੋ ਇਹਨਾਂ ਲੋਕਾਂ ਤੋਂ ਬਿਲਕੁਲ ਖਬਰਦਾਰ ਰਹਿਣ ਦੀ ਲੋੜ ਆ, ਸਾਵਧਾਨ ਰਹਿਣ ਦੀ ਲੋੜ ਆ, ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ, ਇਹਨਾਂ ਨੂੰ ਕੋਈ ਵੀ ਪਲੇਟਫਾਰਮ ਮੁਹੱਈਆ ਨਹੀਂ ਕਰਵਾਉਣਾ ਚਾਹੀਦਾ, ਚਾਹੇ ਲੱਖਾਂ ਹੋਵੇ ਚਾਹੇ ਬਾਵਾ ਹੋਵੇ, ਜਿਹੜੀ ਵੀ ਗਲਤੀ ਕਰਨਗੇ ਇਹਨਾਂ ਨੂੰ ਸਜ਼ਾ ਖਾਲਸਾ ਪੰਥ ਸਮਾਂ ਆਉਣ ਤੇ ਅਵਸ਼ ਦੇਵੇਗਾ, ਜਿੰਦਾ ਆਇਆ ਆ। ਪਰ ਇਹਨਾਂ ਨੂੰ ਆਪਣੀ ਹੱਦ ਦੇ ਵਿੱਚ ਰਹਿਣਾ ਚਾਹੀਦਾ, ਜਿੰਨੇ ਜੋਗੇ ਹੈਗੇ ਆ ਜਿਹੜਾ ਇਹਨਾਂ ਦਾ ਦਾਇਰਾ ਆ ਉਹਦੇ ਵਿੱਚ ਹੀ ਰਹਿਣਾ ਚਾਹੀਦਾ। ਜਦੋਂ ਦਾਇਰੇ ਤੋਂ ਬਾਹਰ ਜਾਂਦੇ ਆ ਬੰਦੇ ਉਦੋਂ ਹੀ ਗਲਤ ਬੋਲਦੇ ਆ, ਉਦੋਂ ਹੀ ਆਪਣੀ ਲਾਈਨ ਕਰੋਸ ਕਰਕੇ ਫਿਰ ਜੋ ਅਵਾ ਤਵਾ ਬੋਲਣ ਲੱਗ ਜਾਂਦੇ ਆ। ਸੋ ਇਹੀ ਗੱਲ ਆ ਕਿ ਇਹਨਾਂ ਨੂੰ ਇਹੀ ਆਪਾਂ ਸਲਾਹ ਦੇ ਸਕਦੇ ਹਾਂ ਕਿ ਹੁਣ ਜੇ ਸ਼ਰੀਆ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਵਗੈਰਾ ਖਾਲਸਾ ਪੰਥ ਤੋਂ, ਔਰ ਉਸ ਤੋਂ ਬਾਅਦ ਫਿਰ ਸਿੱਖ ਕੌਮ ਸੋਚੇਗੀ ਕਿ ਇਹਨਾਂ ਦੇ ਨਾਲ ਕਿਸ ਤਰੀਕੇ ਨਾਲ ਵਰਤਣਾ, ਔਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਬਿਲਕੁਲ ਇਹਨਾਂ ਦੇ ਨਾਲੋਂ ਤੋੜ ਬਛੂਰਾ ਕਰਕੇ ਚੱਲਣ ਦੀ ਲੋੜ ਆ, ਬਿਲਕੁਲ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਸਹਿਮਤੀ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਸੋ ਇਹ ਬਹੁਤ ਹੀ ਨੁਕਸਾਨਦਾਇਕ ਗੱਲ ਆ ਆਪਣੇ ਧਰਮ ਵਾਸਤੇ ਕੌਮ ਵਾਸਤੇ। ਜੇ ਆਪਾਂ ਗੁਰੂ ਸਾਹਿਬ ਦੀ ਨਿੰਦਿਆ ਬਰਦਾਸ਼ਤ ਕਰਕੇ ਵੀ ਇਹੋ ਜਿਹੇ ਬੰਦਿਆਂ ਨੂੰ ਲੈਫਟ ਦੇਣੀ ਆ, ਮੈਂ ਕਹਿੰਦਾ ਇਹਦੇ ਨਾਲ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਠੀਕ ਹੈ, ਧੰਨਵਾਦ ਜੀ ਆਪਣੇ ਲਵਿੰਦਰ ਸਿੰਘ ਜੀ। ਅਸੀਂ ਅਕਾਲ ਜ਼ੋਰਾਵਰ ਸਿੰਘ ਪੰਜ ਵੜਿਆ ਆਸਟ੍ਰੇਲੀਆ ਤੋਂ ਸਾਡੇ ਨਾਲ ਜੁੜੇ, ਤੇ ਉਹਦੇ ਬਾਅਦ ਆਖਰ ਦੇ ਵਿੱਚ ਜਥੇਦਾਰ ਸਾਹਿਬ ਨੂੰ ਲੈ ਕੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ, ਜ਼ੋਰਾਵਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਭਾਜੀ ਇਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਲੱਖੇ ਸਿਧਾਣੇ ਦਾ ਜਿਹੜਾ ਪੂਰਾ ਲਾਈਵ ਆ ਉਹ ਸੁਣੋ, ਤਾਂ ਉਹਦੇ ਵਿੱਚੋਂ ਇੱਕ ਗੱਲ ਜਿਹੜੀ ਆ ਕਲੀਅਰ ਕੱਟ ਆ ਤੇ ਉਹ ਕਿਤੇ ਵੀ ਉਹਦੇ ਲਈ ਗੁਰੂ ਸਾਹਿਬ ਦੀ ਉਹਦੇ ਲਈ ਸ਼ਰਧਾ ਨੀ ਹੈਗੀ ਉਹਦੇ ਮਨ ਚ। ਅੱਛਾ ਜੀ, ਉਹ ਜਿਹੜਾ ਅਸੀਂ ਅੱਜ ਤੋਂ 2-3 ਸਾਲ ਪਹਿਲਾਂ ਜਿਹੜਾ ਅਸੀਂ ਪ੍ਰਚਾਰ ਤੋਂ ਹੁੰਦੇ ਪਏ ਆ, ਨੇਕੀ ਆ, ਢੱਡੀ ਆ, ਜਿਹੜੇ ਹੋਰ ਆ ਮਿਸ਼ਨਰੀ ਆ, ਦੂਜੇ ਤੀਜੇ ਆ, ਇਹਦਾ ਆਪਣੇ ਆ ਜਿਹੜਾ ਲੱਖਾਂ ਸਿਧਾਣਾ ਬੋਲ ਰਿਹਾ ਆ ਕਿ ਇੱਕ ਰੁਮਾਲਾ ਹੀ ਕਾਫੀ ਆ ਸਾਲਾਂ ਲਈ, ਗਰੀਬਾਂ ਦੀ ਮਦਦ ਕਰੋ। ਮੈਨੂੰ ਇਹ ਨੀ ਸਮਝ ਲੱਗਦੀ ਕਿ ਲੱਖੇ ਸਿਧਾਣੇ ਦੇ ਕੋਲ ਇਹ ਕੀ ਅਧਿਕਾਰ ਆ ਕਿ ਉਹ ਸਾਨੂੰ ਇਹ ਸੁਝਾਅ ਦੇ ਰਿਹਾ, ਸਾਡੇ ਪੰਥ ਨੂੰ ਇੱਕ ਕਰ ਰਿਹਾ ਆ ਕਿ ਤੁਸੀਂ ਏਦਾਂ ਕਰੋ, ਏਦਾਂ ਨੀ ਏਦਾਂ ਕਰੋ। ਉਹਦੇ ਕੋਲ ਕੀ ਅਧਿਕਾਰ ਆ, ਉਹ ਕੌਣ ਆ ਜਿਹਨੇ ਸਾਰੀ ਉਮਰ ਆਪਣੀ ਜਿਹੜੀ ਜਿਹਨੇ ਆਪਣੀ ਸਾਰੀ ਉਮਰ ਚੋਰੀਆਂ ਡਕੈਤੀਆਂ ਪਰਚੀਆਂ ਚ ਕੱਢਤੀ ਤੇ ਉਹ ਅੱਜ ਖੜਾ ਹੋ ਕੇ 200 ਰੁਪਏ ਦਾ ਨੈੱਟ ਪੈਕ ਪਵਾ ਕੇ ਪੂਰੇ ਪੰਥ ਨੂੰ ਸੇਧ ਦੇਣ ਦਿਆ ਵਾ ਆਪਣੇ ਘਰੇ ਬੈਠਾ ਹੀ ਠੀਕ ਹੈ, ਧੰਨਵਾਦ ਜੀ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਜ਼ੋਰਾਵਰ ਸਿੰਘ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ ਭਤੀਜਾ ਜੀ ਆਸਟ੍ਰੇਲੀਆ ਤੋਂ ਗੱਲ ਕਰ ਰਿਹਾ ਸੀ। ਜਥੇਦਾਰ ਸਾਹਿਬ, ਪ੍ਰੋਗਰਾਮ ਜੇ ਤੁਸੀਂ ਚਾਹੋ ਤਾਂ ਆਪਾਂ ਵਧਾ ਵੀ ਸਕਦੇ ਹਾਂ, ਜੇ ਹੋਰ ਆਪਾਂ ਵੈਸੇ ਤਾਂ ਤੁਹਾਨੂੰ ਮੈਂ ਬੇਨਤੀ ਕਰੂੰਗਾ ਕਿ ਲਾਸਟ ਦੇ ਵਿੱਚ ਸਮ ਅਪ ਕਰ ਦਿਓ ਕਿ ਆਪਾਂ ਮਤਲਬ ਸਮਾਪਤੀ ਵੱਲ ਵੱਧਦੇ ਹਾਂ। ਭਾਈ ਰਘਵੀਰ ਸਿੰਘ ਜੀ, ਬੜੇ ਸੋਹਣੇ ਵਿਚਾਰ ਸਾਰੇ ਹੀ ਪੈਨਲ ਦੇ ਜਿੰਨੇ ਵੀ ਸਤਿਕਾਰਯੋਗ ਸੱਜਣ ਬੈਠੇ ਆ ਸਾਰਿਆਂ ਨੇ ਬੜੇ ਸੋਹਣੇ ਵਿਚਾਰ ਦਿੱਤੇ ਆ। ਹਾਂਜੀ, ਸਾਰਿਆਂ ਦੀ ਜਿਹੜੀ ਗੱਲ ਆ ਹੁਣ ਤੁਹਾਡੇ ਵਾਜੇ ਕੌਮ ਦੇ ਰਾਹੀਂ ਸੰਸਾਰ ਵਿੱਚ ਪਹੁੰਚ ਜਾਣੀ ਆ ਸਾਰੀਆਂ ਸੰਗਤਾਂ ਤੱਕ, ਤੇ ਸਾਰੇ ਇਸ ਤੋਂ ਸੁਚੇਤ ਹੋਣਗੇ। ਮੈਂ ਬੇਨਤੀ ਇਹੀ ਕਰਨੀ ਚਾਹੁੰਦਾ, ਜਿਵੇਂ ਨਿਆਣ ਸਾਹਿਬ ਨੇ ਵੀ ਕਿਹਾ ਤੇ ਡੱਲੇਵਾਲ ਸਾਹਿਬ ਨੇ ਵੀ, ਖੰਡੇਵਾਲਾ ਸਾਹਿਬ ਨੇ ਵੀ, ਕਿ ਰਣਜੀਤ ਬਾਵੇ ਤੇ ਲੱਖੇ ਸਿਧਾਣੇ ਨੂੰ ਮਰਯਾਦਾ ਤੇ ਬੋਲਣ ਦਾ ਹੱਕ ਹੀ ਨਹੀਂ ਹੈ। ਜਿਹੜਾ ਬੰਦਾ ਆਪ ਸਾਬਤ ਸੂਰਤਨੀ ਬਾਣੀ ਬਾਣੇ ਦਾ ਧਾਰਨੀ ਨਹੀਂ ਆ, ਉਹ ਬਾਣੀ ਬਾਣੀ ਤੇ ਜਾਂ ਗਾਤਰੇ ਤੇ ਜਾਂ ਮਰਯਾਦਾ ਤੇ ਬੋਲੇ, ਇਹ ਤਾਂ ਬਾਣੀ ਦੇ ਬਚਨ ਨੇ ਕਿ ਪਹਿਲੇ ਮਨ ਪਰ ਬੁੱਧ ਹੈ ਆਪਣਾ, ਪਾਛੈ ਅਵਰ ਰਿਜਾਵੈ। ਗੁਰਬਾਣੀ ਦੇ ਬਚਨ ਨੇ ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ।
सतगुर दे बचन ने भी अवर उपदेश है आप ना करे आपत जापत जन्मे मरे और सतगुर सच्चे पातशाह कहिंदे अवरा को उपदेश ते कबीर साहब दे बचन ने भगत कबीर जी दे के अवरा को उपदेश ते मुख में पर है रेत रास बरानी राख ते खाया घर का खेत कहिंदे आपदा दा खेत जेड़ा सारा उजाड़ लिया खवा लिया ते लोकां दे खेतां दी राखी करदे फिरदे आ ਗਰੇਜ ਕਰਨੀ ਚਾਹੀਦੀ ਹੈ ਦਰਬਾਰ ਸਾਹਿਬ ਦੀ ਮਹੱਤਤਾ ਸ਼ਰਧਾ ਤੇ ਸੋਭਾ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਰਹਿਣੀ ਆ ਇਹੋ ਜੇ ਭੁਗ ਚੜੇ ਕੁ ਬੰਦਿਆਂ ਦੇ ਕਹਿਣ ਤੇ ਨਾ ਤਾਂ ਸੋਭਾ ਘਟਣੀ ਆ ਹਾਂਜੀ ਤੇ ਨਾ ਹੀ ਸੰਗਤਾਂ ਦੀ ਸ਼ਰਧਾ ਘਟਣੀ ਇਹੋ ਜਿਹੇ ਘੁੱਗ ਜਿਹੜੇ ਕੁ ਬੰਦੇ ਬਹੁਤ ਪਹਿਲਾਂ ਵੀ ਆਏ ਹੋਰ ਵੀ ਆਉਣਗੇ ਸਮੇਂ ਸਮੇਂ ਦੇ ਨਾਲ ਸ਼ਰਧਾ ਤਾਂ ਸੰਗਤਾਂ ਦੀ ਦੇਖੋ ਸ਼ਰਧਾਲੂਆਂ ਦੀ ਦੇਖੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੇਰੇ ਗੁਰੂ ਰਾਮਦਾਸ ਦਾ ਦਾਰਾ ਮੈਂ ਸੋਨੇ ਚ ਮੜ ਦੇਣਾ ਹਾਂਜੀ ਤੇ ਉਹਨਾਂ ਨੇ ਸੋਨੇ ਚ ਮੜ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਅੱਜ ਵੀ ਦਰਬਾਰ ਸਾਹਿਬ ਜਦੋਂ ਦਰਸ਼ਨ ਕਰਦੇ ਆ ਤੇ ਮੂਹਰੇ ਜਦੋਂ ਦੇਖਦੇ ਆ ਸੋਨੇ ਦੀ ਪਲੇਟ ਲੱਗੀ ਆ ਤੇ ਉਹਦੇ ਉੱਤੇ ਮੂਲ ਮੰਤਰ ਸਾਹਿਬ ਲਿਖਿਆ ਤੇ ਥੱਲੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰਕੇ ਗੁਰੂ ਮਹਾਰਾਜ ਨੇ ਸੋਨੇ ਦੀ ਸੇਵਾ ਕਰਾਈ ਹੈ ਹਾਂਜੀ ਹਾਂਜੀ ਉਹਨਾਂ ਨੇ ਮਹਾਰਾਜ ਨੇ ਆਪ ਦਇਆ ਕਰਕੇ ਕਰਾਈ ਤੇ ਜਿਨ੍ਹਾਂ ਦੇ ਸ਼ਰਧਾ ਭਾਵਨਾ ਉਹ ਤਾਂ ਆਪਣੇ ਗੁਰੂ ਨੂੰ ਕਹਿੰਦੇ ਸੋਨੇ ਚ ਮੜ ਦੇਣਾ ਜੇ ਉਦੋਂ ਲੱਖੇ ਸਿਧਾਣੇ ਵਰਗੇ ਹੁੰਦੇ ਤੇ ਇਹਨਾਂ ਨੂੰ ਕਹਿਣਾ ਹੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਸੋਨਾ ਚੜਾਉਣ ਦੀ ਕੀ ਲੋੜ ਪਈ ਸੀ ਇਹੋ ਜਿਹੇ ਬੰਦੇ ਹੋਣ ਗੁਰੂ ਸਾਹਿਬ ਦਾ ਦੁੱਧ ਚੋਰੀ ਕਰਨ ਨੂੰ ਫਿਰਦੇ ਆ ਤਾਂ ਕਿਉਂਕਿ ਇਹਨਾਂ ਦੀਆਂ ਚੋਰੀਆਂ ਵਾਲੀਆਂ ਬਿਰਤੀਆਂ ਡਕੈਤਾਂ ਵਾਲੀਆਂ ਬਿਰਤੀਆਂ ਉਹੀ ਬਿਰਤੀ ਜਿਹੜੀ ਆ ਦਿਮਾਗ ਚ ਵਸੀ ਹੁਣ ਕਿਹੜਾ ਵੀ ਲੱਖੇ ਸਿਧਾਣੇ ਨੇ ਅੰਮ੍ਰਿਤ ਛੱਕ ਕੇ ਜੀਵਨ ਬਦਲ ਗਿਆ ਗੁਰਸਿੱਖ ਬਣ ਗਿਆ ਬਾਣੀ ਬਾਣੇ ਦਾ ਧਾਰਨੀ ਬਣ ਗਿਆ ਤੇ ਜੀਵਨ ਬਦਲ ਗਿਆ ਅੱਜ ਵੀ ਤੇ ਸਗਲ ਸੂਰਤ ਕੰਮ ਕਾਰ ਉਹੀ ਆ ਅੱਗੇ ਸਿਕੰਦਰ ਮਲੂਕੇ ਦੇ ਕਹਿਣ ਤੇ ਕਰਦਾ ਸੀ ਹੁਣ ਮਨਪ੍ਰੀਤ ਬਾਦਲ ਦੇ ਕਹਿਣ ਤੇ ਕਰਦਾ ਜਦੋਂ ਇਹ ਬਗਾੜੀ ਬਾਰੇ ਬੋਲਿਆ ਸੀ ਜਵਾਬ ਇਹਨੂੰ ਉਦੋਂ ਦੇ ਤਾ ਸੀ ਪਰ ਅਸੀਂ ਬਹੁਤਾ ਇਸ ਗੱਲ ਚ ਤਾਂ ਨੀ ਪਏ ਕਿ ਸ਼ਾਇਦ ਕੋਈ ਸੋਚੇ ਵੀ ਸ਼ਾਇਦ ਵਿਅਕਤੀਗਤ ਗੱਲ ਜਿਹੜੀ ਆ ਅਸੀਂ ਤਾਂ ਕਰਕੇ ਇਹਦਾ ਕੋਈ ਵਿਰੋਧ ਕਰਨੇ ਆ ਪਰ ਅੱਜ ਦਾ ਜਿਹੜਾ ਸੱਚਾਈ ਇਹਦੀ ਮਾਨਸਿਕਤਾ ਸਾਹਮਣੇ ਆ ਗਈ ਆ ਮੈਂ ਤੇ ਇਹੀ ਲਫ਼ਜ਼ ਕਹਿਣੇ ਚਾਹੂੰਗਾ ਕਿ ਇਹਨੇ ਪ੍ਰਵੇਸ਼ ਦੁਆਰ ਬਣਾਇਆ ਸੀ ਪੰਜਾਬੀ ਬੋਲੀ ਦਾ ਮੁੱਦਾ ਜਾਂ ਸਤਿਗੁਰ ਦੀ ਬੇਅਦਬੀ ਦੇ ਖਿਲਾਫ਼ ਵੀ ਮੇਰਾ ਪੰਥ ਵਿੱਚ ਇਸ ਤਰ੍ਹਾਂ ਪ੍ਰਵੇਸ਼ ਹੋ ਜੂਗਾ ਪਰ ਸਿਆਣਿਆਂ ਦੀ ਕਹਾਵਤ ਆ ਉਹ ਸਿਆਣੇ ਕਹਿੰਦੇ ਆ ਕਿ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ ਕਹਿੰਦੇ ਪਾਉਣ ਦਾ ਬੁੱਲਾ ਆਇਆ ਸੀ ਤੇ ਕੱਖ ਆਕਾਸ਼ ਚ ਡਾਰੀਆਂ ਲਾਉਣ ਲੱਗ ਗਿਆ ਤੇ ਉਹਨੇ ਸੋਚਿਆ ਮੈਂ ਪਤਾ ਨੀ ਕੀ ਬਣ ਗਿਆ ਤੇ ਪਰ ਜਦੋਂ ਉਹ ਬੁੱਲਾ ਲੰਘ ਗਿਆ ਤੇ ਨਾਲ ਦੀ ਨਾਲ ਉਸੇ ਕੱਖਾਂ ਦੇ ਕੋਲ ਥੱਲੇ ਜਾ ਡਿੱਗਾ ਅੱਜ ਲੱਖੇ ਸਿਧਾਣੇ ਦਾ ਜਿਹੜਾ ਕੱਖ ਹਵਾ ਦੇ ਬੁੱਲੇ ਨਾਲ ਤਾਂ ਚੜਿਆ ਸੀ ਨਾ ਪੰਥ ਗੁਰਦਿਆਂ ਕਰਕੇ ਜਾਂ ਪੰਜਾਬੀ ਬੋਲੀ ਕਰਕੇ ਅੱਜ ਉਹਦਾ ਸੱਚ ਸਾਹਮਣੇ ਆ ਗਿਆ ਤੇ ਅੱਜ ਸਾਰੇ ਪੰਥ ਨੂੰ ਸਾਰੀ ਕੌਮ ਨੂੰ ਪਤਾ ਲੱਗ ਗਿਆ ਕਿ ਲੱਖੇ ਸਿਧਾਣੇ ਦੀ ਮਾਨਸਿਕਤਾ ਕੀ ਆ ਤੇ ਅੱਜ ਜਿਵੇਂ ਉਹ ਵੀਰ ਨੇ ਕਮੈਂਟ ਕੀਤਾ ਕਿ ਅਸੀਂ ਸੋਚਦੇ ਸੀ ਵੀ ਗੰਦ ਚੋਂ ਬਦਬੋ ਕਿਉਂ ਨੀ ਆਈ ਅੱਜ ਬਦਬੋ ਵੀ ਸਾਹਮਣੇ ਆ ਗਈ ਅੱਜ ਉਹਦਾ ਸੱਚ ਜਿਹੜੀ ਕਾਫੀ ਚਿਰ ਦੀ ਉਹਦੀ ਬਿੱਲੀ ਥੈਲੇ ਚ ਲੁਕੀ ਪਈ ਸੀ ਨਾ ਅੱਜ ਬਿੱਲੀ ਥੈਲਿਓ ਬਾਹਰ ਆ ਗਈ ਆ ਅੱਜ ਸੰਗਤ ਦੇ ਸਾਹਮਣੇ ਸੱਚ ਆ ਗਿਆ ਕਿ ਲੱਖਾ ਸਿਧਾਣਾ ਕਿਹੜੀ ਮਾਨਸਿਕਤਾ ਦਾ ਮਾਲਕ ਆ ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਮੂੰਹ ਨੀ ਲਾਉਣਾ ਚਾਹੀਦਾ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਚੋਂ ਜਾਂ ਸਿੱਖ ਜਥੇਬੰਦੀਆਂ ਜਿਹੜੀਆਂ ਇਹੋ ਜਿਹੇ ਬੰਦਿਆਂ ਦੇ ਮੋਢਿਆਂ ਤੇ ਦੱਸੋ ਇਹੋ ਜਿਹੇ ਬੰਦਿਆਂ ਨੇ ਕਰਨਾ ਕੀ ਆ ਸਾਡੇ ਚ ਦਮ ਆ ਅਸੀਂ ਆਪਣੇ ਗੁਰੂ ਦੀ ਸੇਵਾ ਆਪ ਕਰਾਂਗੇ ਪੰਥ ਦੀ ਸੇਵਾ ਆਪ ਕਰਾਂਗੇ ਸਾਡੀ ਸ਼ਰਧਾ ਅਸੀਂ ਦੁੱਧ ਵੀ ਚੜਾਵਾਂਗੇ ਅਸੀਂ ਰੁਮਾਲਾ ਸਾਹਿਬ ਵੀ ਭੇਟ ਕਰਾਂਗੇ ਅਸੀਂ ਏਸੀ ਤੇ ਅਸੀਂ ਇਹ ਹੀਟਰ ਵੀ ਲਾਵਾਂਗੇ ਤੇ ਅਸੀਂ ਜਿੱਥੇ ਲੋੜਵੰਦਾਂ ਦੀ ਮਦਦ ਦੀ ਲੋੜ ਆ ਉੱਥੇ ਵੀ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਖਾਵੇ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵਾਧੂ ਜਾਈ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਇਹੋ ਜਿਹੇ ਬੰਦਿਆਂ ਦੇ ਕਹਿਣ ਦੇ ਉੱਤੇ ਇਹ ਸੇਵਾਵਾਂ ਜਿਹੜੀਆਂ ਉਹ ਰੁਕਣੀਆਂ ਨੀ ਨਾ ਹੀ ਗੁਰੂ ਦੇ ਦਰ ਦੀ ਸੋਭਾ ਜਿਹੜੀ ਆ ਉਹ ਘਟਣ ਲੱਗੀ ਹੈ ਗੁਰੂ ਦੇ ਦਰ ਦੀ ਸੋਭਾ ਇਸ ਤਰ੍ਹਾਂ ਦੀ ਹੈ ਜਿਵੇਂ ਸਤਿਗੁਰ ਦੀ ਬਾਣੀ ਦੇ ਵਚਨ ਆ ਕਿ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਗੁਰੂ ਦੇ ਦਰ ਦੀ ਸੋਭਾ ਲੋਕਾਂ ਦੇ ਕਹਿਣ ਨਾਲ ਵੱਡੀ ਨੀ ਹੋਣੀ ਤੇ ਲੋਕਾਂ ਦੇ ਕਹਿਣ ਨਾਲ ਛੋਟੀ ਨੀ ਹੋਣੀ ਜਿਹੜਾ ਗੁਰੂ ਦੇ ਦਰ ਦੀ ਸੋਭਾ ਗੁਰੂ ਜੀ ਮੈਨੂੰ
ਸੋਭਾ ਧਾਰਨ ਕਰੂਗਾ, ਉਹਦੀ ਆਪਣੀ ਸੋਭਾ ਵਧਣੀ ਆ, ਤੇ ਜਿਹੜਾ ਟੀਕਾ ਟੁੱਪਣੀ ਆ ਇੱਦਾਂ ਦੀਆਂ ਕਰੂਗਾ, ਉਹਦੀ ਆਪਣੀ ਸੋਭਾ ਘਟਣੀ ਆ। ਅੱਜ ਲੱਕੀ ਸੁਧਾਣੇ ਦੀ ਬਿੱਲੀ ਸਾਡੇ ਬਾਹਰ ਆ ਗਈ ਆ, ਸਾਰਿਆਂ ਨੇ ਦੇਖ ਲਈ, ਤੇ ਅੱਜ ਉਹਨੂੰ ਵਿਚਾਰ ਕਰ ਰਹੇ ਭਾਵੇਂ ਮੈਂ ਕਰ ਰਿਹਾ, ਪਰ ਮੈਨੂੰ ਦੁੱਖ ਬਹੁਤ ਇਸ ਗੱਲ ਦਾ, ਕਿਉਂਕਿ ਦਰਬਾਰ ਸਾਹਿਬ ਸਾਡਾ, ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਸਾਡਾ ਦੇ ਲਿਆ। ਜਦੋਂ ਹਰਿਮੰਦਰ ਸਾਹਿਬ ਵੱਲ ਕੋਈ ਉਂਗਲੀ ਕਰਦਾ ਤੇ ਸਾਡੇ ਕਾਲਜ ਨੂੰ ਹੱਥ ਪੈਂਦਾ। ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਇਹ ਇੱਕ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਲੱਕੇ ਵਰਗੇ ਜਾਂ ਕੋਈ ਹੋਰ ਪੁੱਟ ਕੇ ਰਣਜੀਤ ਬਾਵੇ ਵਰਗੇ ਭਾਵੇਂ ਹੋਰ ਵੀ 50 ਆ ਜਾਣ, ਜੇ ਉੱਲੂ ਮਤਲਬ ਸੂਰਜਵਾਲ ਨੂੰ ਮੂੰਹ ਕਰਕੇ ਥੁੱਕਣਗੇ ਤੇ ਸੂਰਜ ਨੇ ਮੈਲਾ ਨਹੀਂ ਹੋਣਾ। ਗੁਰੂ ਰਾਮਦਾਸ ਸਾਹਿਬ ਜੀ ਦੀ ਸੋਭਾ, ਇਹ ਸੋਭਾ ਸਦਾ ਰਹੀ ਆ, ਪਰ ਇੱਕ ਗੱਲ ਦਾ ਖਿਆਲ ਰੱਖੀਏ ਵੀ ਮਾਨੁੱਖ ਕੱਥ ਕੱਥ ਲੋਕ ਸੁਣਾਵੇ, ਜੋ ਬੋਲੇ ਸੋ ਨਾ ਵਿਚਾਰੇ। ਪਰ ਕਹਿੰਦੇ ਜੀਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਵਾਨ। ਇਸ ਕਰਕੇ ਸਾਨੂੰ ਬੋਲਣ ਲੱਗਿਆਂ ਸੰਕੋਚ ਕਰਨਾ ਚਾਹੀਦਾ, ਜਿਹਦੇ ਨਾਲ ਸਾਨੂੰ ਮਾਣ ਮਿਲੇ ਪਤ ਮਿਲੇ ਉਹ ਬੋਲਣਾ ਚਾਹੀਦਾ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸਾਡੇ ਇਸ਼ਟ ਆ, ਮਾਤਾ ਸਾਹਿਬ ਸਾਹਿਬ ਜੀ ਦੇ ਦਰ ਤੇ ਏਦਾਂ ਸੰਗਤਾਂ ਨੇ ਲਹਿਰਾਂ ਪਹਿਰਾਂ ਲਾਉਣੀਆਂ। ਇਹੋ ਜਿਹੇ ਗੰਦ 50 ਭੌਂਕਦੇ ਫਿਰਦੇ, ਇਹਨਾਂ ਦੇ ਭੌਂਕਿਆਂ ਉੱਤੇ ਕੋਈ ਬਹੁਤਾ ਫਰਕ ਨਹੀਂ ਪੈਣਾ। ਸਾਡਾ ਧਰਮ ਤੁਸੀਂ ਲੈ ਕੇ ਆਏ ਆ, ਤੇ ਮੈਂ ਜਥੇਬੰਦੀ ਨੂੰ ਕਹੂੰਗਾ ਜੇ ਹੁਣ ਵੀ ਨਾ ਕੋਈ ਬੋਲੇ ਤੇ ਫਿਰ ਮੈਂ ਸਮਝੂਗਾ ਮਤਲਬ ਇਹ ਕੇਵਲ ਭੇਖੀ ਆ, ਤੇ ਇਹਨਾਂ ਨੇ ਆਪਣਿਆਂ ਨੂੰ ਤਾਂ ਸਾਡੀਆਂ ਤਾਂ ਮਤਲਬ ਬਿਨਾਂ ਕਾਰਨ ਧੀਆਂ ਨੂੰ ਬਾਣੀ ਪੜ੍ਹਦਿਆਂ ਨੂੰ ਅਗਲੇ ਚੱਕ ਕੇ ਥਾਣੇ ਲੈ ਗਏ, ਤੇ ਅੱਜ ਤੱਕ ਅਸੀਂ ਨਕਲੀ ਕਹਿੰਦੇ ਰਹੇ ਹਾਂ, ਨਕਲੀ ਕਹਿੰਦੇ ਰਹੇ ਹਾਂ, ਤੇ ਮਤਲਬ ਅੱਜ ਵੀ ਜੇ ਸਿੱਖ ਨਾ ਬੋਲਣ ਗੁਰੂ ਗ੍ਰੰਥ ਸਾਹਿਬ ਜੀ ਤੇ, ਤੇ ਮੈਂ ਸਮਝੂਗਾ ਵੀ ਕੇਵਲ ਭੇਖ ਆ, ਇਹ ਭੇਖ ਧਾਰੇ ਹੋਣ, ਤੇ ਸਾਨੂੰ ਉਹਨਾਂ ਨੂੰ ਸੁਚੇਤ ਹੋਣਾ ਚਾਹੀਦਾ, ਉਹਨਾਂ ਲੋਕਾਂ ਤੋਂ ਵੀ ਆਪਣਿਆਂ ਤੋਂ ਵੀ ਸੁਚੇਤ ਹੋਣਾ ਚਾਹੀਦਾ। ਮਿਹਰਬਾਨੀ ਜੀ, ਗੁਰਮੀਤ ਸਿੰਘ ਖਨਿਆਲ ਸਾਹਿਬ, ਲਾਸਟ ਇੱਕ ਮਿੰਟ ਦੇ ਵਿੱਚ। ਮੈਂ ਤਾਂ ਇਹੀ ਕਹਿਣਾ ਜੀ, ਦੇਖੋ ਜੀ, ਸਾਡੇ ਕੋਲ ਤਸਵੱਟੀ ਗੁਰਬਾਣੀ ਹੈ, ਸਿਧਾਂਤ ਹੈ, ਪੁਰਾਣੇ ਖਰੜੇ ਨੇ, ਤੇ ਉਹ ਜੋ ਪ੍ਰਾਰਥਨ ਸਾਡੇ ਕੋਲ ਇਤਿਹਾਸ ਹੈ ਉਹ ਸਾਡੇ ਕੋਲ ਕਸਵੱਟੀ ਹੈ। ਇਹ ਜਿਹੜੇ ਕਿਸੇ ਵੀ ਵਿਅਕਤੀ ਕੋਲ ਕਸਵੱਟੀ ਨਹੀਂ, ਕਿਉਂਕਿ ਜਦੋਂ ਸਿੱਖ ਨੇ ਆਪਣਾ ਜੀਵਨ ਪਰਖਣਾ ਉਹ ਸਿਧਾਂਤ ਤੇ ਗੁਰਬਾਣੀ ਤੇ ਪਰਖਣਾ ਹੈ। ਠੀਕ ਹੈ ਜੀ। ਜਿਹੜਾ ਅਧੂਰਾ ਤੇ ਉਹ ਸਾਨੂੰ ਸੇਧ ਨਹੀਂ ਦੇ ਸਕਦਾ, ਭੁੱਲਣ ਅੰਦਰ ਸਭ ਤੋਂ ਭੁੱਲ ਗੁਰੂ ਕਰਤਾਰ, ਅਸੀਂ ਭੁੱਲ ਕੋਲੋਂ ਸੇਧ ਲੈਣੀ ਹੈ, ਭੁੱਲਣਾ ਕੋਲੋਂ ਸੇਧ ਲੈ ਕੇ ਫਿਰ ਹੀ ਡੁੱਬਾਂਗੇ। ਸਮੁੱਚੇ ਪੰਥ ਨੂੰ ਕਹਿਣਾ ਚਾਹੁੰਦਾ ਇਹੋ ਜਿਹੇ ਬੰਦਿਆਂ ਦੇ ਬਹੁਤ ਹੀ ਮਤਲਬ ਸੁਚੇਤ ਰਹਿਣ, ਪਰ ਇਹਨਾਂ ਮਗਰ ਨਾ ਲੱਗਣ, ਗੁਰੂ ਤੇ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖ ਕੇ ਆਪਣੀ ਸ਼ਰਧਾ ਮੁਤਾਬਕ, ਆਪਣੀ ਇੱਛਾ ਮੁਤਾਬਕ ਜਿਵੇਂ ਗੁਰੂ ਸਾਨੂੰ ਸੇਧ ਦਿੰਦਾ ਉਦਾਂ ਜੀਵਨ ਦਾ ਯਤਨ ਕਰਨ ਜੀ। ਹਾਂਜੀ, ਲਖਸ਼ਿੰਦਰ ਸਿੰਘ ਜੀ, ਲਾਸਟ ਮਿੰਟ ਦੇ ਵਿੱਚ। ਹਾਂਜੀ, ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿਸੇ ਖੁਆਈ ਆਪ ਕਰਤਾ ਖੁਸ ਲੈ ਚੰਗਿਆਈ, ਇਹਦੀ ਹਾਲਤ ਹੋਣੀ ਹੁਕਮਾਰੀ ਹੋਣੀ ਆ, ਅਵਸ਼ ਹੋਣੀ ਆ। ਇਹਨੇ ਦਰਬਾਰ ਸਾਹਿਬ ਵੱਲ ਉਂਗਲ ਕੀਤੀ ਆ, ਇਹਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ ਉਂਗਲ ਕੀਤੀ ਆ, ਸੋ ਇਹਦੇ ਹੁਣ ਮਾੜੇ ਦਿਨ ਆਰੰਭ ਹੋਣੇ ਹੀ ਹੋਣੇ ਆ। ਜੇ ਇਹਨੂੰ ਵਾਕਿਆ ਜਿਹੜਾ ਕੌਮ ਦਾ ਕੋਈ ਦਰਦ ਆ ਜਾਂ ਸਿੱਖ ਧਰਮ ਦਾ ਕੋਈ ਦਰਦ ਹੈਗਾ, ਤੇ ਇਹ ਸਤਿਕਾਰਯੋਗ ਸਾਡੇ ਵੀਰ ਭਾਈ ਹਰਦੀਪ ਸਿੰਘ ਸ਼ੀਰਾ, ਭਾਈ ਰਮਨਦੀਪ ਸਿੰਘ ਬੱਗਾ ਤੋਂ ਮਤ ਲੈ ਲਵੇ, ਉਹਨਾਂ ਦੇ ਰਸਤੇ ਚੱਲ ਪਵੇ, ਤਾਂ ਇਹਦੇ ਜਿਹੜੀਆਂ ਆਪ ਗਲਤੀਆਂ ਭੁੱਲਾਂ ਆ ਇਹ ਬਖਸ਼ੀਆਂ ਜਾ ਸਕਦੀਆਂ, ਵਰਨਾ ਇਹਨੇ ਬਹੁਤ ਵੱਡਾ ਗੁਨਾਹ ਕੀਤਾ ਔਰ ਇਸ ਨੇ ਗੁਰੂ ਸਾਹਿਬ ਤੇ ਉਂਗਲ ਕੀਤੀ ਆ, ਟਿੱਪਣੀ ਕੀਤੀ ਆ, ਸੋ ਇਹ ਬਹੁਤ ਵੱਡਾ ਨਿਰਾਦਰ ਕਰਨ ਵਾਲੀ ਗੱਲ ਆ। ਸੋ ਸਾਰੀ ਕੌਮ ਨੂੰ ਇਹ ਤੋਂ ਸੁਚੇਤ ਰਹਿਣਾ ਚਾਹੀਦਾ ਜਿੰਨੇ ਵੀ ਇਹੋ ਜਿਹੇ ਬੰਦੇ ਆ। ਦੂਜੀ ਗੱਲ ਆ, ਉਹ ਜਿਹੜਾ ਮਿਸਟਰ ਫੁਲਕਾ ਆ ਉਹਨੂੰ ਵੀ ਹੁਣ ਹਿਸਾਬ ਕਿਤਾਬ ਲਾ ਕੇ ਦੱਸ ਦੇਣਾ ਚਾਹੀਦਾ ਕਿ ਆ ਜਿਹੜੇ ਅੱਜ ਨਸ਼ੇੜੀ ਪਾਲਸੀਆਂ ਨੇ ਨੌਜਵਾਨ ਤੇ ਗੋਲੀ ਮਾਰੀ, ਹਾਂਜੀ, ਕਬੱਡੀ ਖਿਡਾਰੀ ਨੂੰ ਕਤਲ ਕੀਤਾ ਉਹਨੂੰ ਕਿੰਨੀ ਸਜ਼ਾ ਦੇਣੀ ਆ, ਕਿਉਂਕਿ ਉਹ ਨਿਹੰਗ ਸਿੰਘਾਂ ਬਾਰੇ ਤਾਂ ਫਟਾਫਟ ਕਹਿ ਦਿੱਤਾ ਸੀ ਇਹਨੇ ਵੀ ਦਸਾਂ ਦਿਨਾਂ ਦੇ ਵਿੱਚ ਉਮਰ ਕੈਦ ਕਰ ਦਿਓ, ਹੁਣ ਇਹਦੀ ਵੀ ਦੱਸ ਦਿਓ ਉਹਨੂੰ ਕਿਹੜੇ ਚੌਂਕ 'ਚ ਫਾਂਸੀ ਦੇਣੀ ਆ। ਇਹਦਾ ਵੀ ਨਿਰਣਾ ਸੀ, ਉਹਨੂੰ ਫੁਲਕੇ ਨੂੰ ਇਹ ਅਪੀਲ ਕਰਦੇ ਆ ਕਿ ਬੋਲੇ ਤੇ ਦੱਸੇ ਹੁਣ ਇਹਨੂੰ ਕਿੰਨੀ ਸਜ਼ਾ ਦੇਣੀ ਆ। ਠੀਕ ਹੈ, ਧੰਨਵਾਦ ਜੀ। ਜਹਿਦਾਰ ਜੀ, ਤੁਸੀਂ ਵੀ ਲਾਸਟ ਦੇ ਵਿੱਚ ਆਪਣੇ ਵੱਲੋਂ। ਠੀਕ ਆ ਜੀ, ਮੈਂ ਬੇਨਤੀ ਪਹਿਲਾਂ ਕਰ ਦਿੱਤੀ ਆ ਕਿ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ ਰਹਿਣੀ ਆ, ਕੋਈ ਉਹਨੂੰ ਰੋਕ ਨਹੀਂ ਸਕਦਾ, ਹੋ ਰਹੀ ਆ, ਹੁੰਦੀ ਰਹਿਣੀ। ਇਹੋ ਜਿਹੇ ਭੋਗ ਚੜੇ ਬਹੁਤ ਆਏ ਆ, ਬਹੁਤ ਆਉਣਗੇ, ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਸੰਗਤਾਂ ਸੁਚੇਤ ਹੋਣ,
ਇਹ ਤੋਰੀ ਫੁਲਕਾ ਮਹਿਕਮਾ, ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਤੋਰੀ ਫੁਲਕੇ ਮਹਿਕਮੇ ਤੋਂ ਸੁਚੇਤ ਰਿਹਾ ਕਰਨ। ਇਹ ਕਦੇ ਨਾ ਕਦੇ ਪੰਥ ਕਿਸ਼ੂਆਂ ਤੇ ਇੱਦਾਂ ਦੀ ਬਿਆਨਬਾਜ਼ੀ ਕਰਕੇ ਸਾਨੂੰ ਵਰਗਲਾ ਲੈਂਦੇ ਆ, ਪੰਥਕ ਸ਼ਖਸੀਅਤਾਂ ਤੇ ਟੀਕਾ ਟਿੱਪਣੀ ਕਰਦੇ ਆ, ਪੰਥਕ ਮਰਿਆਦਾ ਤੇ ਕਰਦੇ ਆ, ਗੁਰੂ ਘਰਾਂ ਤੇ ਕਰਦੇ, ਇਹੋ ਜਿਹੇ ਲੋਕਾਂ ਦਾ ਸੱਚ ਕੀ ਆ? ਜਥੇਦਾਰ ਜੀ ਇੱਕ ਇੱਕ ਕਮੈਂਟ ਦਾ ਮਾੜਾ ਜਿਹਾ, ਕਿਉਂਕਿ ਉਹ ਢੁਕਦਾ ਸਾਡੇ ਨਾਲ ਚੈਨਲ ਤੇ ਆਉਂਦਾ, ਕਿ ਸਮੇਤ ਸੈਣੀ ਦਾ ਮੁੱਦਾ ਕਿਉਂ ਨੀ ਰੱਖਿਆ? ਉਹ ਵੀ ਦੱਸ ਦਿਓ ਵੀ ਕੱਲ ਅਸੀਂ ਕਰ ਚੁੱਕੇ ਹਾਂ, ਕੱਲ ਇਹ ਮੁੱਦਾ ਕੱਲ ਕੱਲ ਆਪਾਂ ਬੜੇ ਵਧੀਆ ਤਰੀਕੇ ਨਾਲ ਕੀਤਾ। ਜਿਹੜਾ ਸਮੇਧ ਸੈਣੀ ਦੇ ਉੱਤੇ ਜਿਹੜਾ ਹੈਗਾ ਮੁਕਦਮਾ ਦਰਜ ਹੋਇਆ, ਉਹਨੇ ਜਮਾਨਤ ਲਾਈ ਤੇ ਜਮਾਨਤ ਦੇ ਵਕੀਲ ਜਿਹੜੇ ਸੀ ਉਹ ਬਾਦਲਾਂ ਦੇ ਵਕੀਲ ਜਿਹੜੇ ਪੇਸ਼ ਹੋਏ, ਤੇ ਜਦੋਂ ਵਿਰੋਧ ਹੋਇਆ ਤੇ ਹੁਣ ਉਹ ਵਕੀਲ ਜਿਹੜੇ ਸੀ ਉਹ ਪਿੱਛਾ ਹਟ ਗਿਆ। ਹਾਂਜੀ, ਹੁਣ ਉਹ ਮਾਫ਼ੀ ਮੰਗ ਲਈ ਆ ਜਿਹੜੇ। ਠੀਕ ਤਜਿੰਦਰ ਸਿੰਘ ਬਿੱਲੂ ਦੇ ਕਾਤਲ ਸੀ ਜਿਹੜੇ, ਉਹ ਸਜ਼ਾ ਖਤਮ ਕਰ ਦਿੱਤੀ ਹੈ ਇਹਨੇ। ਹਾਲਾਂਕਿ ਇਹਨਾਂ ਨੂੰ ਸਜ਼ਾ ਦਵਾਉਣ ਵਾਸਤੇ ਭਾਈ ਜਗਵਿੰਦਰ ਸਿੰਘ ਹੋਣਾਂ ਦੇ ਪਰਿਵਾਰ ਨੇ 20 ਸਾਲ ਲੜਾਈ ਲੜੀ ਸੀ। ਕੈਪਟਨ ਨੇ ਖਤਮ ਕਰ ਦਿੱਤੀ ਆ। ਡੱਲੇਵਾਲ ਸਾਹਿਬ ਨੂੰ ਵੀ ਲਓ ਤੇ ਹੋਰ ਵੀ ਕੱਲ ਨੂੰ ਇਸ ਮੁੱਦੇ ਤੇ ਰੱਖੋ ਵੀ ਜੋ ਕੈਪਟਨ ਨੇ ਸਜਾਵਾਂ ਜਿਹੜੀਆਂ ਮਾਫ਼ ਕੀਤੀਆਂ। ਹਾਂਜੀ, ਨਹੀਂ ਇਹ ਆਪਾਂ ਜਿਹੜਾ ਬਾਦਲਾਂ ਦੇ ਵਕੀਲਾਂ ਨੇ ਸਟੈਪ ਬੈਕ ਕੀਤਾ, ਯੂ ਟਰਨ ਕੀਤਾ ਉਹਦੇ ਤੇ, ਤੇ ਜਿਹੜਾ ਕੈਪਟਨ ਸਾਹਿਬ ਨੇ ਬਾਦਲਾਂ ਕੈਪਟਨਾਂ ਦਾ ਵਕੀਲਾਂ ਦਾ ਕੱਲ ਨੂੰ ਰੱਖੋ ਅੱਜ ਜਿਹੜਾ ਲੱਕੀ ਕੋਈ ਫਰਕ ਨੀ ਪੈਂਦਾ। ਇਹਦੀ ਬਿੱਲੀ ਜਿਹੜੀ ਕਈ ਚਿਰ ਦੀ ਥੈਲੇ ਚ ਬੜੀ ਸੀ ਉਹ ਬਾਹਰ ਆ ਗਈ, ਇਹਦੀ ਮਾਨਸਿਕਤਾ ਸਾਹਮਣੇ ਆ ਗਈ ਆ, ਤੇ ਹੁਣ ਸੰਗਤਾਂ ਨੇ ਪੰਥ ਨੇ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਨਿਬੜਨਾ ਵਾ, ਉਹ ਪੰਥ ਜ਼ਰੂਰ ਤਿਆਰ ਰੱਖੇ। ਧੰਨਵਾਦ ਜੀ, ਮੈਂ ਧੰਨਵਾਦੀ ਹਾਂ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਦਾ, ਭਾਈ ਸਰਜੀਤ ਸਿੰਘ ਜੀ ਖੰਡੇਵਾਲਾ ਸਾਹਿਬ ਇਟਲੀ ਤੋਂ ਉਹਨਾਂ ਦਾ, ਅਤੇ ਇਸੇ ਤਰ੍ਹਾਂ ਭਾਈ ਗੁਰਮੀਤ ਸਿੰਘ ਜੀ ਖਨਿਆਣ ਜਰਮਨੀ ਤੋਂ ਉਹਨਾਂ ਦਾ, ਭਾਈ ਲਵਛਿੰਦਰ ਸਿੰਘ ਜੀ ਡੱਲੇਵਾਲ, ਜਿਨ੍ਹਾਂ ਨੇ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ। ਅਤੇ ਆਵਾਜ਼ੇ ਕੌਮ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਜਿਹੜਾ ਵੀ ਮੁੱਦਾ ਹੈ ਉਹਨੂੰ ਐਨ ਮੌਕੇ 'ਤੇ ਲਿਆਵੇ। ਸੋ ਸੁਮੇਧ ਸੈਣੀ ਦਾ ਮੁੱਦਾ ਅਸੀਂ ਕੱਲ੍ਹ ਆਲਰੇਡੀ ਡਿਬੇਟ ਕਰ ਚੁੱਕੇ ਹਾਂ, ਅਤੇ ਜੇ ਫਿਰ ਵੀ ਕੋਈ ਵੀਰ ਕਰਨਾ ਚਾਹੁੰਦਾ, ਗੱਲ ਕਰਨੀ ਚਾਹੁੰਦਾ, ਕੱਲ੍ਹ ਅਸੀਂ ਫਿਰ ਰੱਖਾਂਗੇ, ਉਦੋਂ ਜ਼ਰੂਰ ਉਹ ਵੀ ਭਾਗ ਲੈ ਸਕਦੇ। ਅੱਜ ਜਿਹੜਾ ਤਾਜ਼ਾ ਮੁੱਦਾ ਸੀਗਾ ਉਹ ਲੱਖੇ ਸਿਧਾਣੇ ਦਾ ਸੀ, ਉਹ 'ਤੇ ਵਿਚਾਰ ਕੀਤੀ ਆ। ਸੋ ਦੁਬਾਰਾ ਇੱਕ ਵਾਰੀ ਸਾਰੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ ਜਾਂ ਜਿਨ੍ਹਾਂ ਨੇ ਕਮੈਂਟ ਕੀਤੇ ਹਨ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਜਦੋਂ ਵੀ ਕੋਈ ਇਹੋ ਜਿਹਾ ਮਸਲਾ ਆਉਂਦਾ, ਉਹਦੇ ਸੁਚੇਤ ਰਹਿਣਾ ਕੌਮ ਦਾ ਫਰਜ਼ ਹੈ, ਆਵਾਜ਼ੇ ਕੌਮ ਆਪਣਾ ਫਰਜ਼ ਨਿਭਾ ਰਿਹਾ। ਸੋ ਇੱਥੇ ਹੀ ਖਿਮਾ ਦੇ ਜਾਚਕਾਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।